ਵਿੱਚ ਤਾਂ ਭਾਈ ਵੀਰ ਸਿੰਘ ਸਦਨ ਸੀ, ਪਰ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਬਣੇ, ਡਾਕਟਰ ਅਮਰੀਕ ਸਿੰਘ, ਡਾਕਟਰ ਨੇਕੀ ਤੇ ਹੋਰ ਵਿਦਵਾਨ ਨਾਲ ਜੁੜੇ, ਤੇ ਇਹਨੂੰ ਕੀ ਕੀਤਾ ਕਿ ਸਾਹਿਤ ਦਾ ਸਦਨ ਭਾਈ ਵੀਰ ਸਿੰਘ ਦੀ ਯਾਦ ਬਣਿਆ। ਭਾਈ ਵੀਰ ਸਿੰਘ ਬੜੇ ਮਹਾਨ ਹਨ, ਪੰਜਾਬੀ ਸਾਹਿਤ ਦੇ ਪਿਤਾਮਾ ਹਨ, ਪਰ ਉਹਨਾਂ ਦੀ ਛਤਰ ਛਾਇਆ ਹੇਠਾਂ ਸਾਹਿਤ ਦੀ ਗੱਲ ਹੋਣੀ ਚਾਹੀਦੀ ਹੈ। ਤਾਂ ਅਸੀਂ ਕੀ ਕਰਦੇ ਹਾਂ, ਹਰੇਕ ਮਹੀਨੇ ਦੋ ਫੰਕਸ਼ਨ ਕਰਦੇ ਹਾਂ, ਇੱਕ ਬੁੱਕ ਡਿਸਕਸ਼ਨ, ਚੰਗੀ ਕਿਤਾਬ ਤੇ ਡਿਸਕਸ਼ਨ ਕਰਦੇ ਹਾਂ, ਇੱਕ ਵੱਡਾ ਲੈਕਚਰ ਹੁੰਦਾ। ਪਰ ਡਾਕਟਰ ਵੇਰ ਸਿੰਘ ਨੇ ਦੱਸਿਆ, ਜਿਹੜਾ ਅੱਛਾ ਆਈਡੀਆ ਸੀ, ਕਿ ਨੌਜਵਾਨ ਪੀੜ੍ਹੀ ਨੂੰ ਜੋੜਨਾ ਬੜੀ ਜ਼ਰੂਰੀ ਹੈ। ਅਸੀਂ ਹੁਣ ਸਾਡੀ ਜਿਹੜੀ ਹੈ ਨਾ, ਏਜ ਇਜ਼ ਅਗੇਂਸਟ ਅਸ, ਅਸੀਂ ਆਲ ਸਾਰੇ ਵੀ ਆਰ ਆਲ ਏਜਿੰਗ। ਸੋ ਨੈਕਸਟ ਜਿਹੜਾ ਤੁਹਾਡੇ ਵਰਗੇ ਜਿਹੜੇ ਜਵਾਨ ਜੁੜਨਗੇ, ਤੇ ਜਿਹਦਾ ਫਿਊਚਰ ਜਿਹੜਾ ਹੈ ਗਰੰਟਿਡ ਰਹੇਗਾ, ਇਹਦਾ ਭਵਿੱਖ ਸਦਨ ਦਾ ਠੀਕ ਹੋਏਗਾ। ਤਾਂ ਸਾਨੂੰ ਖੁਸ਼ੀ ਹੈ ਕਿ ਤੁਹਾਡੇ ਵਰਗੇ ਨੌਜਵਾਨ ਜਿਹੜੇ ਹਨ ਅੱਗੇ ਆ ਗਏ ਹਨ, ਤੇ ਪੰਜਾਬੀ ਸਾਹਿਤ ਸੱਭਿਆਚਾਰ ਨੂੰ ਫੁੱਲਦਾ ਰੱਖਣਗੇ। ਸਾਡੇ ਨੌਜਵਾਨ ਦੋਸਤ ਦਵਿੰਦਰ ਸਿੰਘ ਇਸ ਪ੍ਰੋਗਰਾਮ ਦੇ ਕਨਵੀਨਰ ਹਨ, ਮੈਂ ਹੋਰ ਬਹੁਤਾ ਨਹੀਂ ਬੋਲਣਾ ਚਾਹਾਂਗਾ। ਮੈਂ ਇਤਿਹਾਸ ਦਾ ਵਿਦਿਆਰਥੀ ਹਾਂ, ਪੰਜਾਬੀ ਸਾਹਿਤ ਬਹੁਤ ਘੱਟ ਪੜਿਆ, ਸੁਣਨਾ ਚਾਹਾਂਗਾ। ਬਾਬਾ ਜੀ ਕਹਿੰਦੇ ਹਨ ਵੀ ਦੁਨੀਆਂ ਜਬ ਲੱਗ ਰਹੀ ਹੈ, ਨਾਨਕ ਕਿਛ ਸੁਣੀਏ ਕਿਛ ਕਹੀਏ। ਡਾਇਲਾਗ ਵਿੱਚ ਕੀ ਹੈ, ਬਾਬੇ ਦੇ ਡਾਇਲਾਗ ਵਿੱਚ ਸੁਣਨ ਤੇ ਜ਼ਿਆਦਾ ਜ਼ੋਰ ਹੈ, ਕਹਿਣ ਤੇ ਘੱਟ ਜ਼ੋਰ ਹੈ, ਇਸ ਕਰਕੇ ਸੁਣਨਾ ਚਾਹਾਂਗਾ। ਧੰਨਵਾਦ। ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਸ਼ੁਰੂ ਕਰਾਂਗਾ। ਯੁਵਾ ਸਾਹਿਤੀ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਸਾਡੇ ਸਾਰੇ ਪੰਜਾਬੀ ਪ੍ਰੇਮੀਆਂ ਦਾ ਮੈਂ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਸਵਾਗਤ ਕਰਦਾ। ਜਿਵੇਂ ਕਿ ਪਿਛਲੇ ਪ੍ਰੋਗਰਾਮ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਇਸ ਮਹਾਮਾਰੀ ਦਾ ਪ੍ਰਕੋਪ ਬਸ਼ਰਤੇ ਪਹਿਲਾਂ ਨਾਲੋਂ ਘੱਟ ਗਿਆ ਹੈ, ਪਰ ਹਜੇ ਮੁਕੰਮਲ ਤੌਰ ਤੇ ਮੁੱਕਿਆ ਨਹੀਂ, ਜਿਸ ਕਰਕੇ ਫਿਲਹਾਲ ਦੀ ਘੜੀ ਵਿੱਚ ਸਰੀਰਕ ਤੌਰ ਤੇ ਇਕੱਠ ਕਰਨਾ ਸੰਭਵ ਨਹੀਂ ਹੋ ਸਕਦਾ। ਹਾਲਾਤ ਮੁੜ ਪਹਿਲਾਂ ਵਾਂਗ ਹੋਣ ਤੱਕ ਸਦਨ ਵੱਲੋਂ ਚਰਚਾ ਦੀ ਇਹ ਲੜੀ ਏਦਾਂ ਹੀ ਚੱਲਦੀ ਰਹੇਗੀ। ਤੇ ਇਸ ਵਿੱਚ ਅਸੀਂ ਯੁਵਾ ਲਿਖਾਰੀਆਂ, ਆਲੋਚਕਾਂ ਤੇ ਰੰਗ ਕਰਮੀਆਂ ਨੂੰ ਤੁਹਾਡੇ ਰੂਬਰੂ ਕੀਤਾ ਵੀ ਹੈ ਅਤੇ ਅੱਗੇ ਵੀ ਕਰਦੇ ਰਵਾਂਗੇ। ਮੂਲ ਤੌਰ ਤੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਸਾਡਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਵਿਦਵਾਨਾਂ ਅਤੇ ਲੇਖਕਾਂ ਦੀ ਇੱਕ ਨਵੀਂ ਪਨੀਰੀ ਤਿਆਰ ਕੀਤੀ ਜਾਵੇ, ਜਿਹੜੀ ਕਿ ਸਾਡੇ ਸਥਾਪਕ ਵਿਦਵਾਨਾਂ ਦੀ ਉੱਤਰਾਧਿਕਾਰੀ ਬਣ ਸਕੇ। ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਇਹ ਯੁਵਾ ਸਾਹਿਤੀ ਦਾ ਤੀਜਾ ਪ੍ਰੋਗਰਾਮ ਹੈ, ਜਿਸ ਵਿੱਚ ਅਸੀਂ ਉਸ ਵਿਸ਼ੇ ਉੱਤੇ ਚਰਚਾ ਕਰਾਂਗੇ ਜਿਹੜਾ ਆਪਣੇ ਆਪ ਵਿੱਚ ਬਹੁਤ ਵਿਸ਼ਾਲ ਅਰਥਾਂ ਦਾ ਧਾਰਨੀ ਹੈ ਅਤੇ ਜਿਸਦਾ ਇੱਕ ਲੰਮਾ ਇਤਿਹਾਸ ਸਾਡੇ ਸਾਹਮਣੇ ਪਿਆ ਨਜ਼ਰ ਆਉਂਦਾ ਹੈ। ਭਾਵ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਪੰਜਾਬੀ ਸਾਹਿਤ ਵਿੱਚ ਸਵਲਟਰਨ ਚੇਤਨਾ ਹੈ। ਤੇ ਅੱਜ ਦੀ ਇਸ ਚਰਚਾ ਵਿੱਚ ਭਾਗ ਲੈਣ ਵਾਲੇ ਪਹਿਲੇ ਬੁਲਾਰੇ ਹਨ ਬਲਜਿੰਦਰ ਸਿੰਘ, ਜੋ ਕਿ ਖੋਜ ਵਿਦਿਆਰਥੀ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿੱਚ PhD ਕਰ ਰਹੇ ਹਨ, ਅਤੇ ਦੂਜੇ ਹਨ ਸਤਵੀਰ ਸਿੰਘ, ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ PhD ਕਰ ਰਹੇ ਹਨ। ਇਸ ਪ੍ਰੋਗਰਾਮ ਦੇ ਸੰਚਾਲਨ ਲਈ ਅਸੀਂ ਸਤੀਸ਼ ਕੁਮਾਰ ਜੀ ਨੂੰ ਚੁਣਿਆ ਹੈ, ਜੋ ਕਿ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਤੋਂ PhD ਕਰ ਰਹੇ ਹਨ। ਹੁਣ ਮੈਂ ਮੰਚ ਸਤੀਸ਼ ਕੁਮਾਰ ਜੀ ਦੇ ਹਵਾਲੇ ਕਰਦਾ ਹਾਂ ਤਾਂ ਜੋ ਉਹ ਬੁਲਾਰਿਆਂ ਨਾਲ ਜਾਣ ਪਛਾਣ ਕਰਾਉਂਦਿਆਂ ਹੋਇਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ। ਸਤੀਸ਼ ਕੁਮਾਰ ਜੀ, ਸ਼ੁਕਰੀਆ ਦਵਿੰਦਰ। ਭਾਈ ਵੀਰ ਸਿੰਘ ਸਾਹਿਤ ਸਦਨ ਵਿੱਚ ਸਾਰੇ ਹੀ ਬੁਲਾਰੇ ਪਹੁੰਚਿਆਂ ਹੋਇਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਹਿੰਦਾ। ਸਭ ਤੋਂ ਪਹਿਲਾਂ ਮੈਂ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡਾਇਰੈਕਟਰ ਡਾਕਟਰ ਮਹਿੰਦਰ ਸਿੰਘ ਜੀ ਹੁਣਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਯੁਵਾ ਸਾਹਿਤੀ ਪ੍ਰੋਗਰਾਮ ਦੇ ਤਹਿਤ ਨੌਜਵਾਨ ਸਾਥੀਆਂ ਨੂੰ ਆਪਣੇ ਵਿਚਾਰ ਰੱਖਣ ਦਾ ਮੰਚ ਮੁਹੱਈਆ ਕਰਵਾਇਆ ਹੈ। ਇਸ ਉਪਰਾਲੇ ਲਈ ਉਹ ਵਧਾਈ ਦੇ ਪਾਤਰ ਵੀ ਹਨ। ਡਾਕਟਰ ਮਹਿੰਦਰ ਸਿੰਘ ਸਰ ਹੋਰਾਂ ਦੀ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵਿੱਚ ਮੈਂ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ, ਤੇ ਇਸ ਦੇ ਨਾਲ ਮੈਂ ਆਪਣੇ ਗੁਰੂਵਰ ਪ੍ਰੋਫੈਸਰ ਵੇਲ ਸਿੰਘ ਜੀ ਹੋਰਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਦਾ ਮੌਕਾ ਦਿੱਤਾ। ਸਾਡੀ ਅੱਜ ਦੀ ਸੰਵਾਦ ਲੜੀ ਦਾ ਜੋ ਵਿਸ਼ਾ ਹੈ ਉਹ ਪੰਜਾਬੀ ਸਬਲਟਰਨ ਚੇਤਨਾ, ਪੰਜਾਬੀ ਸਾਹਿਤ ਵਿੱਚ ਸਬਲਟਰਨ ਚੇਤਨਾ ਹੈ। ਇਸੇ ਵਿਸ਼ੇ ਤਹਿਤ
ਜੇਕਰ ਮੈਂ ਦੇਖਾਂ ਤੇ ਸਾਡੇ ਸਨਮੁਖ ਸਭ ਤੋਂ ਪਹਿਲਾਂ ਜਿਹੜਾ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬੀ ਸਾਹਿਤ ਵਿੱਚ ਸਬਲਟਨ ਕੌਣ ਹੈ, ਜਾਂ ਜਿਸ ਨੂੰ ਅਸੀਂ ਪੰਜਾਬੀ ਵਿੱਚ ਹਾਸ਼ੀਆਗਤ ਵੀ ਕਹਿ ਦਿੰਦੇ ਹਾਂ, ਉਹ ਕੌਣ ਹੈ, ਜਾਂ ਉਹ ਕਿਹੜੀਆਂ ਧਿਰਾਂ ਹਨ ਜਿਨ੍ਹਾਂ ਨੂੰ ਅਸੀਂ ਹਾਸ਼ੀਆਗਤ ਤਾਂ ਮੰਨਦੇ ਹਾਂ। ਜਦੋਂ ਅਸੀਂ ਇਸ ਦੇ ਅਰਥ ਘੇਰੇ ਨੂੰ ਵਿਚਾਰਦੇ ਹਾਂ ਤਾਂ ਮਸਲਾ ਪੈਦਾ ਹੁੰਦਾ ਹੈ ਕਿ ਪੰਜਾਬ ਵਿੱਚ ਦੱਬਿਆ ਹੋਇਆ ਕੌਣ ਹੈ, ਨੀਵੇਂ ਪੱਧਰ ਦਾ ਕੌਣ ਹੈ, ਦਮਿਤ ਕੌਣ ਹੈ, ਜਾਂ ਦੁਜੈਲੇ ਦਰਜੇ ਦਾ ਕੌਣ ਹੈ। ਜੇਕਰ ਦੇਖਿਆ ਜਾਵੇ ਤਾਂ ਸਾਡੇ ਸਾਹਮਣੇ ਹਾਸ਼ੀਆਗਤ ਦੇ ਅਧਿਐਨ ਦੇ ਬਣੇ ਬਣਾਏ ਵਰਗ ਨੇ, ਜਿਨ੍ਹਾਂ ਵਿੱਚ ਲਿੰਗ ਪੱਖੋਂ ਔਰਤ, ਧਰਮ ਪੱਖੋਂ ਘੱਟ ਗਿਣਤੀ, ਸਥਾਨ ਪੱਖੋਂ ਪ੍ਰਵਾਸੀ ਆਦਿ ਮੰਨੇ ਗਏ ਹਨ ਜਾਂ ਮੰਨੇ ਜਾਂਦੇ ਹਨ। ਪਰ ਭਾਰਤੀ ਵਿਸ਼ੇਸ਼ ਕਰਕੇ ਪੰਜਾਬ ਵਿੱਚ ਜਾਤ ਪੱਖੋਂ ਦਲਿਤ, ਭਾਸ਼ਾ ਪੱਖੋਂ ਸਥਾਨਕ ਭਾਸ਼ਾਈ ਲੋਕ ਅਤੇ ਰਹਿਣ ਸਥਾਨ ਪੱਖੋਂ ਪੇਂਡੂ ਅਤੇ ਸਿੱਖਿਆ ਪੱਖੋਂ ਅਨਪੜ੍ਹ ਅਤੇ ਸਾਧਨਾ ਪੱਖੋਂ ਭੂਮੀਹੀਣ ਜਾਂ ਸਾਧਨਹੀਣ ਨੂੰ ਅਸੀਂ ਹਾਸ਼ੀਆਗਤ ਕਹਿ ਸਕਦੇ ਹਾਂ ਜਾਂ ਮੰਨ ਸਕਦੇ ਹਾਂ। ਸੋ ਇਹਨਾਂ ਦਰਮਿਆਨ ਵੀ ਇੱਕ ਤਰ੍ਹਾਂ ਦੀ ਦਰਜਾਬੰਦੀ ਹੈ ਜੋ ਸਦਾ ਲਈ ਸਥਿਰ ਪ੍ਰਵਰਗ ਨਹੀਂ ਹਨ, ਸਗੋਂ ਸਮੇਂ ਦੇ ਸਥਾਨ ਦੇ ਅਨੁਸਾਰ ਬਦਲਦੇ ਰਹਿੰਦੇ ਹਨ। ਇਸ ਤਰ੍ਹਾਂ ਸਬਲਟਰਾਂ ਨੂੰ ਪ੍ਰਭਾਸ਼ਿਤ ਕਰਦਿਆਂ ਇਸ ਦਾ ਦਾਇਰਾ ਜੋ ਹੈ ਉਹ ਵਿਸ਼ਾਲ ਹੁੰਦਾ ਜਾਪਦਾ ਹੈ। ਇਸ ਤਰ੍ਹਾਂ ਜੋ ਇੱਥੇ ਇੱਕ ਵਿਚਾਰ ਕਹਿਣਾ ਬਣਦਾ ਗੱਲ ਕਹਿਣੀ ਬਣਦੀ ਹੈ ਕਿ ਹਰ ਵਿਅਕਤੀ ਤੇ ਸਮੂਹ ਕਿਸੇ ਨਾ ਕਿਸੇ ਤਰ੍ਹਾਂ ਦੇ ਵੱਖ ਵੱਖ ਪ੍ਰਸੰਗਾਂ ਵਿੱਚ ਆਪਣੀ ਵਿਸ਼ੇਸ਼ ਸਥਿਤੀ ਕਾਰਨ ਹਾਸ਼ੀਆਗਤ ਦੇ ਦਾਇਰੇ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਨੁਕਤਾ ਨਿਗਾਹ ਤੋਂ ਮੇਰੀ ਜਾਚੇ ਜੇ ਹਾਸ਼ੀਆਗਤ ਦੇ ਪ੍ਰਭਾਸ਼ਿਕ ਦਾਇਰੇ ਵਿੱਚ ਉਹਨਾਂ ਸਮੂਹਾਂ ਨੂੰ ਹੀ ਸ਼ਾਮਲ ਕਰਨਾ ਲੋੜੀਂਦਾ ਬਣਦਾ ਹੈ ਜਿਹੜੇ ਇੱਕ ਲੰਮੇ ਸਮੇਂ ਲਈ ਹਾਸ਼ੀਆਗਤ ਹੋਣੀ ਨੂੰ ਹੰਡਾਉਂਦੇ ਆ ਰਹੇ ਹਨ। ਸੋ ਹਾਸ਼ੀਆਗਤ ਦੇ ਪ੍ਰਭਾਸ਼ਿਕ ਨੁਕਤਾ ਨਿਗਾਹ ਤੋਂ ਦੇਖਣਾ ਬਣਦਾ ਹੈ ਕਿ ਸਾਡੇ ਪੰਜਾਬੀ ਸਾਹਿਤ ਦੇ ਵੱਖ ਵੱਖ ਰੂਪਾਕਾਰਾਂ ਵਿੱਚ, ਜਿਨ੍ਹਾਂ ਵਿੱਚ ਕਵਿਤਾ, ਨਾਵਲ, ਕਹਾਣੀ, ਨਾਟਕ ਤੇ ਵਾਰਤਕ ਆਦਿ ਦੀਆਂ ਕਿਹੜੀਆਂ ਦਮਿਤ ਧਿਰਾਂ ਨੂੰ ਹਾਸ਼ੀਆਗਤ ਚੇਤਨਾ ਦਾ ਹਿੱਸਾ ਬਣਾਉਂਦੇ ਹਨ, ਇਸ ਦੇ ਸੰਬੰਧ ਵਿੱਚ ਮੈਂ ਸਾਡੇ ਅੱਜ ਦੇ ਪਹਿਲੇ ਬੁਲਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਸਾਡੇ ਨਾਲ ਪਹਿਲੇ ਬੁਲਾਰੇ ਜੁੜੇ ਹੋਏ ਹਨ ਬਲਜਿੰਦਰ ਸਿੰਘ ਜੀ, ਮੈਂ ਉਹਨਾਂ ਨੂੰ ਸੱਦਾ ਦਿਆਂਗਾ ਕਿ ਉਹ ਪੰਜਾਬੀ ਸਾਹਿਤ ਦੇ ਸੰਦਰਭ ਦੇ ਵਿੱਚ ਸਬਾਲਟਰਨ ਜਾਂ ਹਾਸ਼ੀਆਗਤ ਚੇਤਨਾ ਸੰਬੰਧੀ ਆਪਣੇ ਵਿਚਾਰ ਰੱਖਣ। ਜੀ ਬਲਵਿੰਦਰ। ਸਭ ਤੋਂ ਪਹਿਲਾਂ ਜੀ ਆਪਾਂ ਗੁਰੂ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਮੈਂ ਭਾਈ ਵੀਰ ਸਿੰਘ ਸਾਹਿਤ ਸਦਨ ਜੀ ਦੇ ਸਾਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਵਰਗੇ ਨੌ ਸਿੱਖੇ ਸਿਖਿਆਰਥੀ ਨੂੰ ਇਸ ਮੰਚ ਤੇ ਬੋਲਣ ਦਾ ਮੌਕਾ ਬਖਸ਼ਿਆ ਆ। ਮੈਂ ਅੱਜ ਦਾ ਜਿਹੜਾ ਵਿਸ਼ਾ ਹੈਗਾ ਆ ਉਹ ਹੈ ਆ ਆਧੁਨਿਕ ਪੰਜਾਬੀ ਕਵਿਤਾ ਵਿੱਚ ਦਲਿਤ ਦੀ ਹਾਸ਼ੀਆਗਤ ਸਥਿਤੀ ਦੀ ਪਛਾਣ। ਇਸ ਸੰਬੰਧ ਵਿੱਚ ਆਪਾਂ ਗੱਲ ਕਰਨ ਪਰ ਥੋੜੀਆਂ ਕੁਝ ਗੱਲਾਂ ਜਿਹੜੀਆਂ ਮੈਂ ਉਹ ਸਬਾਲਟਰਨ ਸਟੱਡੀ ਦੇ ਸੰਬੰਧ ਵਿੱਚ ਕਰਾਂਗਾ ਕਿ ਸਬਾਲਟਰਨ ਕੌਣ ਆ, ਤੇ ਫਿਰ ਉਸ ਤੋਂ ਬਾਅਦ ਅਸੀਂ ਆਧੁਨਿਕ ਪੰਜਾਬੀ ਕਵਿਤਾ ਦੇ ਵਿੱਚ ਦਲਿਤ ਦੀ ਜਿਹੜੀ ਹਾਸ਼ੀਆਗਤ ਪਛਾਣ ਆ ਉਹਦੇ ਸੰਬੰਧ ਦੇ ਵਿੱਚ ਗੱਲਬਾਤ ਕਰਾਂਗੇ। ਉਸ ਸਬਾਲਟਰਨ ਅਧਿਐਨ ਪੁੱਤਰ ਰੂਪੀ ਵਿਆਖਿਆ ਸ਼ਾਸਤਰਾਂ ਦਾ ਸੰਕਲਪ ਹੈ ਜੋ ਅਜਿਹੇ ਵਿਭਿੰਨ ਸਮਾਜਿਕ ਸਮੂਹਾਂ ਦੀ ਸਬਾਲਟਰਨ ਦੇ ਤੌਰ ਤੇ ਨਿਸ਼ਾਨਦੇਹੀ ਕਰਦਾ ਹੈ ਜਿਹੜੇ ਬਸਤੀਵਾਦ, ਰਾਸ਼ਟਰਵਾਦ ਅਤੇ ਵਰਤਮਾਨ ਵਿੱਚ ਪੈਦਾ ਹੋਏ ਨਵ ਬਸਤੀਵਾਦ ਅਤੇ ਨਵ ਰਾਸ਼ਟਰਵਾਦ ਦੀਆਂ ਸੰਰਚਨਾਵਾਂ ਵਿੱਚ ਪੈਦਾ ਹੋਈਆਂ ਕੁਲੀਨ ਧਿਰਾਂ, ਜਿਹਨਾਂ ਨੂੰ ਅਸੀਂ ਅਲੀਟ ਕਲਾਸ ਕਹਿੰਦੇ ਹਾਂ, ਦੇ ਗਲਬੇ ਅਧੀਨ ਰਹਿ ਕੇ ਗੁਲਾਮੀ ਭਰਿਆ ਜੀਵਨ ਹੰਡਾਉਣ ਲਈ ਮਜਬੂਰ ਹਨ ਅਤੇ ਲੰਮੇ ਇਤਿਹਾਸਕ ਕਾਲ ਤੋਂ ਅਣਗੌਲੇ, ਬੇਪਛਾਣ, ਦੱਬੇ ਕੁਚਲੇ, ਸ਼ੋਸ਼ਿਤ, ਚੁੱਪ, ਇਤਿਹਾਸ, ਰਾਜਨੀਤੀ ਅਤੇ ਸਮਾਜ ਸੱਭਿਆਚਾਰ ਦੀ ਕੇਂਦਰੀ ਸੱਤਾ ਵਿੱਚੋਂ ਮਨਫੀ ਕਰਕੇ ਹਾਸ਼ੀਏ ਦੇ ਧੱਕੇ ਹੋਏ ਹਨ। ਦੱਖਣੀ ਏਸ਼ੀਆ ਦੀ ਇਤਿਹਾਸਕਾਰੀ ਵਿੱਚ ਉਹ ਸਮਾਜਿਕ ਸਮੂਹ ਸਬਾਲਟਰਨ ਹੈ ਜੋ ਜਾਤੀ, ਜਮਾਤੀ, ਨਸਲੀ, ਲਿੰਗਕ ਅਤੇ ਧਾਰਮਿਕ ਘੱਟ ਗਿਣਤੀ ਸਮੂਹ ਆਦਿ ਦੇ ਰੂਪ ਵਿੱਚ ਕੁਲੀਨਵਾਦੀ ਧਿਰ ਵੱਲੋਂ ਕਈ ਪ੍ਰਕਾਰ ਦੇ ਛਲ ਬਲ ਦੇ ਸ਼ੜਯੰਤਰ ਨਾਲ ਦਬਾਏ, ਡਰਾਏ, ਚੁੱਪ ਕਰਾਏ ਜਾਂ ਸਤਾਏ ਹੋਏ ਹਨ। ਮੈਂ ਅੰਤੋਨੀਓ ਗ੍ਰਾਮਸ਼ੀ ਦੀ ਪਰਿਭਾਸ਼ਾ ਜਾਂ ਰਣਜੀਤ ਗੁਹਾ ਦੀ ਪਰਿਭਾਸ਼ਾ ਨੂੰ ਇੱਥੇ ਸਮੇਂ ਦਾ ਸੰਕੋਚ ਕਰਕੇ ਛੱਡਦਾ ਹੋਇਆ ਇੱਕ ਹੀ ਪਰਿਭਾਸ਼ਾ ਨੂੰ ਸਾਹਮਣੇ ਤੁਹਾਡੇ ਰੱਖਾਂਗਾ ਕਿ ਸ਼ਾਹਿਦ ਅਮੀਨ ਤੇ ਗਿਆਨ ਇੰਦਰ ਪਾਂਡੇ ਆਪਣੇ
हिंदी दे सबाल्टर्न अध्ययन दे अनुवाद दे विच लिखदे ने कि सबाल्टर्न जां निम्न वर्ग शब्दावली तो साडा भाव हर प्रकार की चौधर अते अधीनता दे दर्जे नूं भावे वह आर्थिक या सभ्याचारक शक्ति बाहुबल जां सेना या फिर वर्ण जाति या लिंग की श्रेष्ठता दे आधार ते होवे इतिहास विच पेश करना। तो यह परिभाषा के आधार पर आप सिट्टा कट सकते हैं कि जो सबाल्टर्न वह विभिन्न समाजिक समूह है जो कई पक्षों तो कुलीन धिर वालों सताए दबाए ते चुप करवाए गए होंगे। सबाल्टर्न समूहों धौंसी चौधर के गलबे अधीन गुलाम बना के इतिहास राजनीति आर्थिक अते समाज सभ्याचार के खेत्र विचों मनफी किया जाता जां मनमर्जी की व्याख्या दे के आवाजहीने लाचार अते बेपछाणे दे रूप विच पेश किया जाता जां उन्हां नूं जात जमात रंग नसल अते लिंग दे आधार ते कोझे निमण हीणे दर्शा के घिरना दे अहसास नाल भरिया जाता है। भारतीय उपमहाद्वीप दे जे इक संदर्भ विच असी सबाल्टर्न की गल देखिए ਤਾਂ ਸਾਡੇ ਸਾਹਮਣੇ ਦਲਿਤ ਔਰਤ ਕਬੀਲੇ ਹਿਜੜੇ ਨਿਮਨ ਕਿਸਾਨ ਪ੍ਰਵਾਸੀ ਮਜ਼ਦੂਰ ਦੀ ਸਬਾਲਟਨ ਧਿਰ ਵਜੋਂ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੋ ਪਹਿਲਾਂ ਵੀਰ ਜੀ ਉਹਨਾਂ ਨੇ ਗੱਲ ਕੀਤੀ ਹੈ ਕੁਝ ਹੋਰ ਧਿਰਾਂ ਵੀ ਆ ਜਾਂਦੀਆਂ ਨੇ, ਪਰੰਤੂ ਸਾਹਿਤ ਦੇ ਅੰਦਰ ਇਹਨਾਂ ਧਿਰਾਂ ਦੀ ਜਿਹੜੀ ਮੌਜੂਦਗੀ ਜਿਹੜੀ ਆ ਉਹ ਸਹਿਜ ਪਾਈ ਦੇਖੀ ਜਾ ਸਕਦੀ ਹੈ। ਸਬਾਲਟਨ ਅਧਿਐਨ ਜਿਹੜਾ ਹੈਗਾ ਆ ਉਹਦਾ ਦੂਸਰਾ ਨਾਮ ਹਿਸਟਰੀ ਫਰੋਮ ਬਿਲੋ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆ, ਭਾਵ ਹਿਸਟਰੀ ਨੂੰ ਹੇਠਾਂ ਤੋਂ ਵੇਖਣ ਦਾ ਨਜ਼ਰੀਆ। ਅਸਲ ਵਿੱਚ ਜਿਹੜੀ ਸਬਾਲਟਰਨ ਅਧਿਐਨ ਆ ਇਹ ਹਿਸਟਰੀ ਹਿਸਟਰੀ ਦੀ ਦ੍ਰਿਸ਼ਟੀ ਆ, ਹਿਸਟਰੀ ਨੂੰ ਇੱਕ ਨਵੇਂ ਸਿਰੇ ਤੋਂ ਹੇਠਾਂ ਦੇ ਨਜ਼ਰੀਏ ਤੋਂ ਦੇਖਣ ਦੀ ਇੱਕ ਦ੍ਰਿਸ਼ਟੀ ਆ। ਤੇ ਇਹ ਕੈਂਬਰਿਜ ਸਕੂਲ ਜੋ ਇਤਿਹਾਸਕਾਰੀ ਦਾ ਸਕੂਲ ਸੀਗਾ ਤੇ ਰਾਸ਼ਟਰਵਾਦੀ ਸਕੂਲ ਦੇ ਪ੍ਰਤੀਰੋਧ ਵਜੋਂ ਪੈਦਾ ਹੁੰਦੀ ਆ। ਮੈਂ ਇਹਦੀਆਂ ਸੰਬੰਧ ਵਿੱਚ ਬਹੁਤੀਆਂ ਗੱਲਾਂ ਨਹੀਂ ਕਰਾਂਗਾ, ਆਪਾਂ ਜਿਹੜੀ ਆ ਮੁਹਿੰਮ ਮੁੱਦੇ ਤੇ ਜਿਹੜਾ ਮੈਂ ਆਵਾਂਗਾ, ਹਾਲਾਂਕਿ ਇਸ ਸੰਬੰਧ ਵਿੱਚ ਮੈਂ ਕਾਫੀ ਕੁਛ ਤਿਆਰੀ ਕੀਤੀ ਸੀ ਪਰ ਮੈਨੂੰ ਲੱਗਦਾ ਕਿ ਸਮਾਂ ਜਿਹੜਾ ਮੈਨੂੰ ਇਸ ਸੰਬੰਧੀ ਇਜਾਜ਼ਤ ਨਹੀਂ ਦਊਗਾ। ਦੋਸਤੇ ਕੰਮ ਆਏਗਾ, ਕੰਮ ਆਏਗਾ, ਵਧੀਆ ਤਿਆਰੀ ਕੀਤੀ ਤੁਸੀਂ, ਕੰਮ ਆਇਆ ਕਿਸੇ ਵੱਡੇ ਸੈਮੀਨਾਰ ਲਈ। ਜੀ ਜੀ ਧੰਨਵਾਦ। ਤਾਂ ਆਪਾਂ ਗੱਲ ਕਰਦੇ ਹੁਣ ਦਲਿਤ ਦੇ ਸੰਬੰਧ ਵਿੱਚ ਕਿ ਦਲਿਤ ਸਬਾਲਟਰਨ ਕਿਵੇਂ ਆ, ਦਲਿਤ ਕਿਵੇਂ ਸਬਾਲਟਰਨ ਦੇ ਸੰਬੰਧ ਦੇ ਵਿੱਚ ਇੱਕ ਕਿਤਾਬ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਰੂਟਲੈਜ਼ ਨੇ ਛਾਪੀ ਹੋਈ ਮਿਲਦੀ ਆ, ਦਲਿਤ ਸਬਾਲਟਰਨਸ ਐਂਡ ਸੋਸ਼ਲ ਚੇਂਜ ਇਨ ਇੰਡੀਆ। ਉਹਦੇ ਵਿੱਚ ਜਿਹੜੇ ਉਹਦੇ ਸੰਪਾਦਕ ਨੇ ਅਸ਼ੋਕ ਕੇ ਪੰਕਜ ਤੇ ਅਜੀਤ ਕੇ ਪਾਂਡੇ ਉਹ ਲਿਖਦੇ ਨੇ ਕਿ ਦਲਿਤ ਅਤੇ ਸਬਾਲਟਰਨ ਯੋਜਨਾਵਾਂ ਦੇ ਉਦੇਸ਼ ਵੱਖੋ ਵੱਖ ਸਨ। ਜਦੋਂ ਦਲਿਤ ਪੈਂਥਰ ਫੂਲੇ ਅਤੇ ਅੰਬੇਡਕਰ ਦਾ ਉਦੇਸ਼ ਦਲਿਤਾਂ ਨੂੰ ਜਾਤੀ ਆਧਾਰਿਤ ਸਮਾਜ ਅਤੇ ਆਰਥਿਕ ਦਮਨ ਤੋਂ ਮੁਕਤ ਕਰਾਉਣਾ ਸੀ, ਉਦੋਂ ਸਬਾਲਟਰਨ ਯੋਜਨਾ ਦਾ ਮੁੱਖ ਉਦੇਸ਼ ਬਸਤੀਵਾਦੀ ਭਾਰਤ ਦੀ ਇਤਿਹਾਸਕਾਰੀ ਵਿੱਚੋਂ ਕੁਲੀਨਵਾਦੀ ਤਬਕੇ ਦੇ ਪੱਖਪਾਤ ਨੂੰ ਦਰੁਸਤ ਕਰਨਾ ਅਤੇ ਇਤਿਹਾਸਕਾਰੀ ਦੀ ਮੁੱਖ ਧਾਰਾ ਵਿੱਚ ਸਬਾਲਟਰਨ ਸ਼੍ਰੇਣੀਆਂ ਦੇ ਬਿਰਤਾਂਤ ਨੂੰ ਲਿਆਉਣਾ ਸੀ। ਭਾਵ ਜਿਹੜਾ ਕੈਂਬਰਿਜ ਸਕੂਲ ਆ ਤੇ ਰਾਸ਼ਟਰਵਾਦੀ ਸਕੂਲ ਆ ਉਹ ਜਿਹੜੀ ਗੱਲ ਕਰਦੇ ਸੀ ਜਿਹੜੀ ਰਾਸ਼ਟਰ ਨਿਰਮਾਣ ਤੇ ਰਾਸ਼ਟਰ ਅੰਦੋਲਨ ਦੇ ਵਿੱਚ ਜਿਹੜਾ ਯੋਗਦਾਨ ਮੰਨਦੇ ਸੀਗੇ ਉਹ ਕੁਲੀਨ ਧਿਰਾਂ ਦਾ ਮੰਨਦੇ ਸੀਗੇ, ਜਿਹੜੀਆਂ ਨਿਮਨ ਧਿਰਾਂ ਸੀ ਉਹਨਾਂ ਦੇ ਜਿਹੜਾ ਜ਼ਿਕਰ ਉਹ ਇਤਿਹਾਸ ਦੇ ਵਿੱਚ ਮਨਫੀ ਕਰ ਦਿੰਦੇ ਸੀਗੇ। ਤੋ ਉਸ ਬਿਰਤਾਂਤ ਨੂੰ ਮੁੜ ਤੋਂ ਇਤਿਹਾਸ ਦੇ ਵਿੱਚ ਲਿਆਉਣ ਵਾਸਤੇ ਹੀ ਜਿਹੜਾ ਸਬਾਲਟਰਨ ਅਧਿਐਨ ਜਿਹੜਾ ਆ ਉਭਰ ਕੇ ਸਾਡੇ ਸਾਹਮਣੇ ਆਉਂਦਾ ਆ। ਸੋ ਬੇਸ਼ੱਕ ਇਹਨਾਂ ਦ੍ਰਿਸ਼ਟੀਆਂ ਦੇ ਉਦੇਸ਼ ਅਲੱਗ ਅਲੱਗ ਸਨ, ਪਰ ਦਲਿਤਾਂ ਨਾਲ ਜਿਹੜਾ ਉੱਚ ਜਾਤੀ ਅਤੇ ਕੁਲੀਨ ਧਿਰਾਂ ਵੱਲੋਂ ਲੰਮੇ ਇਤਿਹਾਸਿਕ ਕਾਲ ਤੋਂ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਕੀਤਾ ਜਾ ਰਿਹਾ ਦਮਨ ਜ਼ੁਲਮ ਸ਼ੋਸ਼ਣ ਅਤੇ ਸਮਾਜ ਸਭਿਆਚਾਰ ਆਰਥਿਕ ਰਾਜਨੀਤਿਕ ਵਿਦਿਅਕ ਧਰਮ ਇਤਿਹਾਸ ਦੇ ਖੇਤਰ ਵਿੱਚ ਹਾਸ਼ੀ ਦੇ ਧੱਕੇ ਹੋਣ ਦਾ ਸੰਤਾਪ ਸਬਾਲਟਰਨ ਦ੍ਰਿਸ਼ਟੀ ਨਾਲ ਜੋੜਦਾ ਹੈ। ਦਲਿਤ ਸਬਾਲਟਰਨ ਸ਼੍ਰੇਣੀਆਂ ਦੇ ਮੁਕਾਬਲੇ ਜਮਾਤੀ ਨਹੀਂ ਸਗੋਂ ਜਾਤੀ ਸੰਤਾਪ ਵੀ ਸਹਿਣ ਕਰਦਾ ਆਇਆ ਹੈ। ਦਲਿਤ ਸੰਤਾਪ ਬਹੁਪਾਤੀ ਹੈ, ਉਹ ਕਿਵੇਂ ਆ ਕਿ ਦਲਿਤ ਪਹਿਲਾਂ ਬ੍ਰਾਹਮਣ ਦੇ ਗਲਬੇ ਹੇਠ ਸੀ ਤੇ ਅਤੇ ਫਿਰ ਅੰਗਰੇਜ਼ ਅਤੇ ਰਾਸ਼ਟਰਵਾਦੀ ਕੁਲੀਨ ਤਬਕੇ ਦੇ ਗਲਬੇ ਹੇਠ ਰਹਿ ਕੇ ਜੀਵਨ ਬਤੀਤ ਕਰਨ ਲਈ ਮਜਬੂਰ ਹੋਇਆ। ਸਬਾਲਟਰਨ ਇਤਿਹਾਸਕਾਰਨ ਜਿਸ ਕਦਰ ਨਿਮਨ ਕਿਸਾਨਾਂ ਦੇ ਇਤਿਹਾਸ ਨੂੰ ਉਭਾਰਨ ਤੇ ਜ਼ੋਰ ਦਿੱਤਾ ਹੈ, ਉਸ ਤਰ੍ਹਾਂ ਦਲਿਤ ਸੰਤਾਪ ਅਤੇ ਉਹਨਾਂ ਵੱਲੋਂ ਇਤਿਹਾਸ ਵਿੱਚ ਨਿਭਾਈ ਭੂਮਿਕਾ ਨੂੰ ਨਹੀਂ ਉਭਾਰਿਆ। ਇਹ ਇੱਕ ਸਬਾਲਟਰਨ ਦੀ ਇੱਕ ਖਾਮੀ ਕਹੀ ਜਾ ਸਕਦੀ ਹੈ ਕਿ ਉਹਨਾਂ ਨੇ ਦਲਿਤ ਉੱਪਰ ਇੰਨਾ ਕੰਮ ਨਹੀਂ ਕੀਤਾ। ਇੱਕ ਦੋ ਆਰਟੀਕਲ ਮਿਲਦਾ ਹੈ ਜ਼ਰੂਰ, ਪਰੰਤੂ ਉਹ ਇੰਨਾ ਉਭਾਰ ਕੇ ਨਹੀਂ ਲਿਆਂਦਾ ਗਿਆ ਜਿੰਨਾ ਕਿ ਕਿਸਾਨ ਦੇ ਸੰਬੰਧ ਵਿੱਚ ਉਹਨਾਂ ਨੇ ਕਾਰਜ ਕੀਤਾ ਆ। ਸੋ ਇਸ ਤਰ੍ਹਾਂ ਨਾਲ ਸਬਾਲਟਰਨ ਚਿੰਤਕਾਂ ਵੱਲੋਂ ਹੀ ਦਲਿਤ ਨੂੰ ਹਾਸ਼ੀਏ ਤੇ ਧੱਕਣ ਦੀ ਜਿਹੜੀ ਕਵਾਇਦ ਆ
उस स्वैटर अध्ययन विच वेखी जा सकती है। सो इस तो बाद हुण आपां अगली जिहड़ी गलबात है वह हैगी है कि दलित की हाशियागत पछाण जिहड़ी आ पंजाबी कविता दे विच उह किस प्रकार की मिलती है, उस संबंध विच आपां गल करदे हां कि आधुनिक पंजाबी काव्य दलित जाति समूह के सदियों तो हाशियागत जीवन संताप नूं इतिहासक समाजिक सभ्याचारक धार्मिक विद्यक आर्थिक राजनीतिक अते समकाल दे बहुपक्षी प्रसंगां विच रख के उसकी जिहड़ी सबाल्टन स्थिति नूं उभारन दे राह पैंदा जिहड़ा वेख्या जा सकता है। तां आधुनिक पंजाबी काव्य जिहड़ा विच दलित काव्य दलितां दे उस हाशियागत जीवन संताप दे इतिहासिक कारणां दी पड़चोल करदा है जिस विच उन्हां नूं अखौती मनोवादी विचारधारा दे पुश्तो पुश्ती मानवी हक हकूकत विरवे रख के पशुआं तों वी बत्तर जीवन जीउण लई मजबूर कीता सी। सो इतिहासक रूप दे विच जिहड़ी उहदी हाशियागत स्थिति आ उहनूं उभारदा होया जिहड़ा आधुनिक दलित पंजाबी काव्य उह की बोलदा आ, मैं एक दो तुहाडे सामने एग्जाम्पल रखांगा। ते कदे धर्म दी कंध सिरज के पुश्तो पुश्ती हक तों सानूं विरवे रखिया पशुआं वांग वाड़े विच डकिया। दूसरी संतोख सुखी की एक कविता का नमूना तुहाडे सामने पेश है कि असी उह लोक हाँ जिन्हों का गंदगी विच रहना नसीब बना दिता है, चिंतन नहीं चिंता ही करीब कर दिती है। सो ये उन्हां दी जिहड़ी इतिहासक हाशियागत स्थिति आ उहनूं काव्यबद्ध रूप दे विच जिहड़ा आ साडे सामने ये दलित काव्य जिहड़ा आ रखदा आ। इस तों बाद अगली गल कि जिहड़ा दलित संताप आ उह शरीरक नहीं मानसिक भी है, मानसिक रूप दे विच किवें उन्हों जिहड़ा आर्थिक रूप दे विच विद्यक रूप दे विच पढ़ लिख के मजबूत होने के बावजूद उच्च अहुदयां ते पहुंचण के बावजूद भी जिहड़ा आ उह इस संताप तों जिहड़ा विरवा नहीं रहिंदा, उह जाति वितकरे तों जिहड़ा आ बच नहीं पाउंदा। तां देखण नूं मिलदा इक कविता मदन वीरा दी साडे सामने कि दलित दा सदियां पुराना जिहड़ा संताप आ उह अज वी किसे ना किसे रूप विच बरकरार है। बेशक दलित जाति समूह नूं संविधानिक हक हकूक प्राप्त हन, इसके बावजूद भी निमन जाति का जिहड़ा कलंक आ उहनां दा पिछा नहीं छड़दा। मौजूदा समय विच मध्य वर्गी दलित पढ़ लिख के आर्थिक पक्ष तों साधन संपन्न तां हो गए हन, पर इसके बावजूद उहनां नूं हर पिंड शहर स्कूल कॉलेज दफ्तर फैक्टरी आदि विच निमन जाति होण दा जिहड़ा अपमान नूं सहन करदिआं उच्च जाति समूह की जिहड़ी मानसिक नफरत का शिकार होने लई मजबूर होना पैंदा है। अजिही स्थिति विच दलित जिहड़ा आ उह आदमी तों पैर भाव शूद्र ਵਿੱਚ ਤਬਦੀਲ ਹੋ ਜਾਂਦਾ ਤੇ ਆਪਣੇ ਆਪ ਨੂੰ ਉੱਚ ਜਾਤੀ ਸਮੂਹ ਵਿੱਚ ਤੁਸ਼ ਹੀਣਾ ਲਾਚਾਰ ਤੇ ਇਕੱਲਤਾ ਦੇ ਅਹਿਸਾਸ ਨਾਲ ਘਿਰਿਆ ਮਹਿਸੂਸ ਕਰਦਾ ਹੈ। ਐਗਜ਼ਾਮਪਲ ਦੇ ਤੌਰ ਤੇ ਕਵਿਤਾ ਕਿ ਇੱਕ ਘਰ ਤੋਂ ਦੂਜੇ ਘਰ 'ਚ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਜਦੋਂ ਮੈਂ ਤਬਦੀਲ ਹੁੰਦਾ ਹਾਂ ਤਾਂ ਮੇਰੇ ਪਹੁੰਚਣ ਤੋਂ ਪਹਿਲਾਂ ਉਸ ਘਰ ਉਸ ਸ਼ਹਿਰ ਉਸ ਦਫ਼ਤਰ ਵਿੱਚ ਪਹੁੰਚ ਜਾਂਦੀ ਹੈ ਮੇਰੀ ਜਾਤ। ਤੋ ਇਹ ਉਹ ਘਿਰਿਆ ਮਹਿਸੂਸ ਕਰਦਾ ਹੈ ਉਹਨਾਂ ਦੇ ਵਿੱਚ ਆਪਣੇ ਆਪ ਨੂੰ, ਕਿਉਂਕਿ इस संबंध में एक एग्जाम्पल देखनी पी साडे जिहड़े राष्ट्रपति सीगे वो दलित जाति दे नाल संबंध रखते ने ते उहनां नूं एक वारी मंदिर दे विच इस करके दाखल नहीं होण दिता गया कि वह दलित जाति दे नाल संबंध रखते ने। सो आर्थिक पक्षों या विद्यक पक्षों या रुतबे पक्षों उच्चा उठण दे बावजूद भी जिहड़ा दलित दा जिहड़ा मसला आ जां जिहड़ा वितकरा आ उह खत्म नहीं हुंदा। सो दलितां नूं दबाउण दे वास्ते जिहड़ी प्रभुतावादी धिर आ जिहड़ी कुलीनवादी धिर आ उहनां ते हिंसक कारवाइयां करन तों वी जिहड़ा संकोच नहीं करदी। इस संबंध विच इक खूबसूरत उदाहरण अरुंधती राय की किताब एक था डॉक्टर एक था संत दे विच वेखी जा सकदी है कि सुरेखा नां दी एक औरत 40 सालां दी औरत जिहड़ी महाराष्ट्र दे विच जिहदे नाल उहदा बलात्कार हुंदा आ उहदा दी कुटमार हुंदी आ उहदा हत्या हुंदी आ, बहुत उहनां दे घिनौना जिहड़ा वर्तारा वापरदा है जिहदा संबंध जिहदा जिक्र जिहड़ा है उस किताब दे विच दित्ता गया। तो दलितां नाल जाति वितकरे दे आधार ते जिहड़ी कुटमार गाली गलोच साड़ फूक आदि वर्गियां घटनावां नूं अज भी आजाद हिंदुस्तान दे बहुत सारे इलाकियां विच उच्च जाति अते सवर्ण श्रेणी समूह वल्लों शरेआम अंजाम दित्ता जांदा है। इस संबंध विच वी साडे सामने इक कविता जिहड़ी आ उह इह तत्थां नूं लै के आउंदी आ। तां उह दसदे आ कि घोड़े ते चढ़िया बरात लै के, तुहानूं पता कि गुजरात दे विच उत्थे दलित व्यक्ति नूं घोड़े चढ़न की इजाजत नहीं आ, घोड़े ते चढ़िया बरात लैके जांदा एक एकलव्या दी कुल दा एक लाड़ा, संबूक दा भाई बंद आजाद भारत दे एक पछड़े हुए पिंड च कर दिता है कतल, उहनूं कर दिता है कतल घोड़े ते चढ़न ते। तां
ਜਿਹੜੀ ਦੂਜੀ ਵਿਰੋਧੀ ਧਿਰ ਆ ਜਿਹੜੀ ਜ਼ਾਲਮ ਧਿਰ ਆ ਉਹਦਾ ਇਸ ਸੰਬੰਧੀ ਕੀ ਕਹਿਣਾ ਆ, ਉਹ ਕੀ ਕਹਿੰਦੇ ਨੇ, ਅਸੀਂ ਕੁਝ ਨਹੀਂ ਕੀਤਾ ਮਾਈ ਬਾਪ, ਭਾਰਤ ਵਿੱਚ ਲੋਕਤੰਤਰ ਹੈ, ਅਸੀਂ ਵੈਦਿਕ ਯੁੱਗ ਤੋਂ ਲੈ ਕੇ 21ਵੀਂ ਸਦੀ ਦੇ ਲੋਕਤੰਤਰ ਦੀ ਕੀਤੀ ਹੈ ਨਵੀਂ ਸ਼ੁਰੂਆਤ, ਸੰਭੂਕ ਦੇ ਖਾਨਦਾਨ ਦੇ ਚਿਰਾਗਾਂ ਨੂੰ ਇਹਨਾਂ ਦੀ ਔਕਾਤ ਦੱਸੀ ਹੈ, ਇਹਨਾਂ ਨੂੰ ਉੱਚੀਆਂ ਗਲੀਆਂ ਦੇ ਵਿੱਚ ਤੁਰਨ ਦੀ ਜਰਾ ਕੋ ਜਾਂਚ ਦੱਸੀ ਹੈ, ਅਸੀਂ ਕਿਸੇ ਦਾ ਕਤਲ ਨਹੀਂ ਕੀਤਾ। ਇਹ ਮਾਨਸਿਕਤਾ ਆ ਬ੍ਰਾਹਮਣਵਾਦੀ ਮਨੂਵਾਦੀ ਵਿਚਾਰਧਾਰਾ ਦੀ, ਕਿ ਉਹ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਕੇ ਵੀ ਆਪਣੇ ਆਪ ਨੂੰ ਜਿਹੜੇ ਆ ਉਹ ਪਾਪੀ ਜਾਂ ਜ਼ਾਲਮ ਜਿਹੜਾ ਆ ਨਹੀਂ ਗਰਦਾਣਦੇ। ਸੋ ਇਹ ਕਵਿਤਾ ਵੀ ਸਾਡੇ ਸਾਹਮਣੇ, ਸਾਡੀ ਇਹ ਸਮਾਜਿਕ ਸਥਿਤੀ ਜਿਹੜੀ ਆ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ ਕਿ ਉਹ ਕਿਵੇਂ ਜਿਹੜਾ ਆ ਹਾਸ਼ੀਏ ਤੇ ਧੱਕਿਆ ਜਾਂਦਾ ਆ, ਉਹਦੇ ਸਵੈ ਮਾਨ ਨੂੰ ਜਿਹੜਾ ਕਿਵੇਂ ਕੁਚਲਿਆ ਜਾਂਦਾ ਆ। ਸੋ ਉਹਨਾਂ ਨੂੰ ਪ੍ਰਸ਼ਾਸਨਿਕ ਰੂਪ ਦੇ ਵਿੱਚ ਜੇਕਰ ਖੇਤਰ ਦੇ ਵਿੱਚ ਦੇਖੀਏ, ਕਾਨੂੰਨੀ ਖੇਤਰ ਦੇ ਵਿੱਚ ਦੇਖੀਏ, ਤਾਂ ਉੱਥੇ ਵੀ ਜਿਹੜਾ ਜਿਹੜਾ ਦਲਿਤ ਆ ਨਾ ਉਹ ਹਾਸ਼ੀਏ ਤੇ ਧੱਕਿਆ ਹੋਇਆ, ਉਹ ਸਬਾਲਟਰਨ ਆ। ਇਹਦੀ ਇੱਕ ਖੂਬਸੂਰਤ ਉਦਾਹਰਣ ਸਾਡੇ ਸਾਹਮਣੇ ਹੁਣ ਹਾਥਰਸ ਕੇਸ ਵਾਪਰਿਆ ਸੀ, ਜਿਹਦੇ ਵਿੱਚ ਇੱਕ ਔਰਤ ਦਲਿਤ ਔਰਤ ਦੇ ਨਾਲ ਰੇਪ ਹੋਇਆ ਤੇ ਉਹਦੇ ਨਾਲ ਜਿਸ ਤਰ੍ਹਾਂ ਦਾ ਪ੍ਰਸ਼ਾਸਨ ਨੇ ਫਿਰ ਵਿਹਾਰ ਕੀਤਾ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈਗਾ ਆ। ਸੋ ਉਸੇ ਸੰਬੰਧ ਨਾਲ ਇੱਕ ਗੱਲ ਇਹ ਜੁੜਦੀ ਆ ਕਿ ਇੱਕ ਕਵਿਤਾ ਮਦਨ ਵੀਰਾ ਦੀ ਬਹੁਤ ਖੂਬਸੂਰਤ ਹੈ, ਹਰੀ ਦਾ ਨੇਕ, ਜਿਹਦੇ ਵਿੱਚ ਦਰਸਾਇਆ ਗਿਆ ਕਿ ਗੰਨੇ ਵਰਗੀ ਨਿਗੂਣੀ ਚੀਜ਼ ਦੀ ਚੋਰੀ ਕਰਨ ਤੇ ਸਜ਼ਾ ਜਿਹੜੀ ਆ ਉਹ ਕਿਵੇਂ ਉੱਚ ਧਿਰ ਜਿਹੜੀ ਆ ਉਹਨਾਂ ਨੂੰ ਦਿੰਦੀ ਆ। ਸੋ ਉਹਦੀ ਕਵਿਤਾ ਮੈਂ ਤੁਹਾਡੇ ਸਾਹਮਣੇ ਰੱਖਦਾ ਆ ਕਿ ਚੋਰੀ ਦਾ ਗੰਨਾ ਭੰਨ ਕੇ ਚੁੱਪਣ ਦਾ ਚੱਖਣ ਦਾ ਉਸ ਲਈ ਹੋਵੇਗਾ ਕਿੰਨਾ ਕੁ ਸਵਾਦ, ਕਿ ਜੋ ਉਸ ਗੰਨੇ ਨਾਲ ਖੁਦ ਭੰਨਿਆ ਗਿਆ ਤੇ ਚੋਰੀ ਦੇ ਕੇਸ ਚ ਫੜਿਆ ਗਿਆ ਬੰਨਿਆ ਗਿਆ, ਜਦੋਂ ਥਾਣੇ ਤੋਂ ਮੁੜਦਿਆਂ ਉਹਦੀ ਹਿੱਕ ਚ ਪਾ ਗਿਆ ਛੇਕ, ਤਾਂ ਫਿਰ ਉਹ ਨਾ ਹਰੀ ਰਿਹਾ ਤੇ ਨਾ ਨੇਕ, ਚੰਦਨ ਦੀ ਗੇਲੀ ਵਰਗਾ ਨੇਕਾ ਘੁਣ ਲੱਗਾ, ਸਤੀਰ ਹੋ ਗਿਆ, ਇਸ਼ਤਿਹਾਰੀ ਮੁਜ਼ਰਮ ਹੋ ਗਿਆ। ਸੋ ਇਸ ਤਰ੍ਹਾਂ ਦੇ ਵਰਤਾਰੇ ਜਿਹੜੇ ਆ ਉਹ ਪ੍ਰਸ਼ਾਸਨ ਜਿਹੜਾ ਆ ਉਹ ਕਰਦਾ ਆ, ਉਹ ਕਾਨੂੰਨੀ ਵਿਵਸਥਾ ਜਿਹੜੀ ਆ ਉਹ ਕਰਦੀ ਆ ਕਿ ਸਬਾਲਟਰਨਸ ਨੂੰ ਦਬਾਉਣ ਦੇ ਵਾਸਤੇ ਉਹ ਨਿਗੂਣੀਆਂ ਉਹਨਾਂ ਦੀਆਂ ਕੁਤਾਹੀਆਂ ਨੂੰ ਜਿਹੜਾ ਆ ਉਹਦੀ ਸਜ਼ਾ ਜਿਹੜੀ ਆ ਵੱਡੇ ਰੂਪ ਦੇ ਦਿੰਦੀ ਆ, ਜਦਕਿ ਜਿਹੜੀਆਂ ਕੁਲੀਨ ਧਿਰਾਂ ਆ ਉਹ ਵੱਡੇ ਪੱਧਰ ਤੇ ਕਹਿ ਲਓ ਕਿ ਪਾਪ ਜਾਂ ਜ਼ੁਲਮ ਕਰਨ, ਤਾਂ ਉਹਦੇ ਬਦਲੇ ਉਹਨਾਂ ਨੂੰ ਜਿਹੜੀਆਂ ਨਿਗੂਣੀਆਂ ਜਿਹੜੀਆਂ ਨੇ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਸੋ ਇਹ ਵਖਰੇਵਾਂ ਜਿਹੜਾ ਦੋਵਾਂ ਦੇ ਵਿੱਚ ਆਪਸੀ ਵਿੱਚ ਜਿਹੜਾ ਵੇਖਿਆ ਜਾ ਸਕਦਾ ਹੈ। ਕਿ ਇੱਕ ਹੋਰ ਬੜੀ ਖੂਬਸੂਰਤ ਕਵਿਤਾ, ਜਿਵੇਂ ਕਿ ਸਾਡੇ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ, ਕਿ ਉਹਦੇ ਵਿੱਚ ਵੇਖਿਆ ਜਾ ਰਿਹਾ ਕਿ ਉਹ ਵੀ ਇੱਕ ਕਿਸਾਨ ਜਿਹੜਾ ਆ ਉਹ ਇੱਕ ਆਪਣੇ ਆਪ ਦੇ ਵਿੱਚ ਸਬਾਲਟਰਨ ਆ, ਤਾਂ ਉਹਦੀ ਜਿਹੜੀ ਅਸਲ ਪਛਾਣ ਨੂੰ ਗੁੰਮਰਾਹ ਕਰਨ ਦੇ ਵਾਸਤੇ ਕੀ ਕੀਤਾ ਜਾਂਦਾ ਆ ਕਿ ਉਹਨੂੰ ਵੱਖ ਵੱਖ ਜਿਹੜੇ ਆ ਲੇਬਲ ਜਿਹੜੇ ਆ ਉਹਦੇ ਨਾਂ ਤੇ ਚਿਪਕਾ ਕੇ ਤੇ ਉਹਨੂੰ ਰਾਕਸ਼ਸ ਰੂਪ ਦੇ ਵਿੱਚ ਜਿਹੜਾ ਆ ਸਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਆ। ਤਾਂ ਇਹਦੇ ਸੰਬੰਧ ਇੱਕ ਬੜੀ ਥੋੜੀ ਖੂਬਸੂਰਤ ਕਵਿਤਾ ਆ ਕਿ ਜਦੋਂ ਨੰਗੇ ਸਿਰ ਬੋਲਦਾ ਤਾਂ ਮੈਂ ਨਕਸਲ ਬਾੜੀਆ, ਸਿਰ ਢੱਕ ਕੇ ਬੋਲਦਾ ਤਾਂ ਮੇਰੇ ਸਿਰ ਮੜੀ ਖਾਲਿਸਤਾਨੀ, ਜਦੋਂ ਕੁਝ ਨਹੀਂ ਬੋਲਦਾ ਤਾਂ ਪਾਕਿਸਤਾਨੀ। ਸੋ ਇਸ ਤਰ੍ਹਾਂ ਦੇ ਲੇਬਲ ਚਪਕਾ ਕੇ ਸਬਾਲਟਰਾਂ ਨੂੰ ਦਬਾਉਣਾ, ਚੁੱਪ ਕਰਾਉਣਾ, ਉਹਨਾਂ ਨੂੰ ਹਾਸ਼ੀਏ ਤੇ ਧੱਕਣਾ, ਇਹ ਜਿਹੜਾ ਵਰਤਾਰਾ ਆ ਉਹ ਉੱਚ ਧਿਰ ਵੱਲੋਂ ਅਕਸਰ ਹੀ ਕੀਤਾ ਜਾਂਦਾ ਆ। ਹੁਣ ਅਸੀਂ ਪੰਜਾਬ ਦੇ ਸੰਬੰਧ ਵਿੱਚ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਜਾਤੀਵਾਦ ਆ ਉਹ ਕਠੋਰ ਇੰਨਾ ਨਹੀਂ ਆ ਜਿੰਨਾ ਕਿ ਭਾਰਤ ਦੇ ਬਾਕੀ ਰਾਜਾਂ ਦੇ ਵਿੱਚ ਵੇਖਣ ਨੂੰ ਮਿਲਦਾ ਆ, ਤਾਂ ਇਹਨੂੰ ਗੈਰ ਹਾਜ਼ਰ ਨਹੀਂ ਕਿਹਾ ਜਾ ਸਕਦਾ। ਸੋ ਹੈ ਜ਼ਰੂਰ ਪ੍ਰਤੀ ਕਠੋਰ ਨਹੀਂ। ਤਾਂ ਪੰਜਾਬ ਦੇ ਸੰਬੰਧ ਵਿੱਚ ਜਿਹੜੀ ਇਹ ਦਲਿਤ ਕਵੀ ਨੇ ਉਹ ਆਪਣਾ ਜਿਹੜੀਆਂ ਵੇਦਨਾਵਾਂ ਨੂੰ ਪ੍ਰਗਟਾਉਂਦੇ ਹੋਏ ਕੀ ਕਹਿੰਦੇ ਨੇ ਕਿ ਦਲਿਤ ਨਾਲ ਜਿਹੜਾ ਜਾਤੀ ਵਿਤਕਵੇ ਦੇ ਆਧਾਰ ਤੇ ਕੀਤਾ ਜਾਂਦਾ ਅਮਾਨਵੀ ਸ਼ੋਸ਼ਣ ਪੰਜਾਬ ਵਿੱਚ ਵੀ ਮੌਜੂਦ ਹੈ। ਬੇਸ਼ੱਕ ਇਹ ਭਾਰਤ ਦੇ ਦੂਸਰੇ ਇਲਾਕਿਆਂ ਨਾਲੋਂ ਘੱਟ ਕਠੋਰ ਹੈ, ਪਰ ਇਹ ਬਿਲਕੁਲ ਗੈਰ ਹਾਜ਼ਰ ਨਹੀਂ ਹੈ। ਪੰਜਾਬ ਵਿੱਚ ਜਾਤੀ ਵਿਤਕਰੇ ਦੇ ਸਮੀਕਰਨ ਭਾਰਤੀ ਮਹਾਂਦੀਪ ਦੇ ਹੋਰ ਇਲਾਕਿਆਂ ਨਾਲੋਂ ਵੱਖਰੇ ਬਣਦੇ ਹਨ, ਕਿਉਂਕਿ ਪੰਜਾਬ ਵਿੱਚ ਬ੍ਰਾਹਮਣਵਾਦ ਦੀ ਨਹੀਂ ਜੱਟਵਾਦ ਦੀ ਚੌਧਰ ਸਥਾਪਿਤ ਹੈ, ਜੋ ਜਾਤੀ ਅਭਿਮਾਨ ਵਿੱਚ ਖੁਦ ਨੂੰ ਸਭ ਤੋਂ ਵੱਧ ਸ੍ਰੇਸ਼ਠ ਮੰਨਦਿਆਂ ਦੂਸਰੇ ਜਾਤੀ ਭਾਈਚਾਰੇ ਨੂੰ ਵਕੇਂਦਰ ਤੇ ਧੱਕਦਾ ਹੈ। ਸਰਦਾਰ ਅਜਮੇਰ ਸਿੰਘ ਇਹਦੇ ਸੰਬੰਧ ਵਿੱਚ ਬਹੁਤ ਸੋਹਣਾ ਲਿਖਦੇ ਨੇ, ਉਹ ਕਹਿੰਦੇ ਨੇ ਕਿ ਪੰਜਾਬ ਦਾ ਜੱਟ ਕਿਸਾਨ ਜਦ ਸਿੱਖੀ ਦੇ ਜਜ਼ਬੇ ਨੂੰ ਗ੍ਰਹਿਣ ਕਰ ਲੈਂਦਾ ਹੈ ਤਾਂ ਉਹ ਸ਼ੁੱਧ ਸੋਨਾ ਬਣ ਜਾਂਦਾ ਹੈ, ਅਤੇ ਜਦ ਉਹ ਇਸ ਜਜ਼ਬੇ ਤੋਂ ਵਿਰਵਾ ਹੋ ਜਾਂਦਾ ਹੈ ਤਾਂ ਪਿੱਤਲ ਦੇ ਮੁੱਲ ਦਾ ਵੀ ਨਹੀਂ ਰਹਿੰਦਾ, ਬਤੌਰ ਨਿਰਾ ਜੱਟੋ ਜਾਹਲ ਤੇ ਜਾਤ ਬੇਮਾਨੀ ਹੋ ਨਿਬੜਦਾ ਹੈ। ਆਧੁਨਿਕ ਦਲਿਤ ਪੰਜਾਬੀ ਕਵਿਤਾ ਉਸ ਦਲਿਤ ਕਾਵ ਨਾਇਕ ਨੂੰ ਪੇਸ਼ ਕਰਦੀ ਹੈ ਜੋ ਪੰਜਾਬੀ ਪੇਂਡੂ ਸਮਾਜ ਵਿੱਚ ਜੱਟ ਫਿਰਕੇ ਹੱਥੋਂ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਹੈ। ਜੱਟ ਭਾਈਚਾਰੇ ਨਾਲ ਖੇਤਾਂ ਦੇ ਵਿੱਚ ਕੰਮ ਕਰਾਉਣ ਵਾਲੇ ਦਲਿਤ ਮਜ਼ਦੂਰਾਂ ਨੂੰ ਕਿਸੇ ਸਮੇਂ ਸਾਂਝੀ ਕਹਿਣ ਦਾ ਰਿਵਾਜ਼ ਸੀ,
जो जट किसान दे खेतां विच सख्त मेहनत करदा सी पर उसनू चूड़ा भेड़ गिड्डल आदि जिहड़े आ कई होर किस्म दे कुनावां नाल नीवे ने ते तुश होण दा अहसास भी कराया जांदा है। ਇਹ ਨਹੀਂ ਕਿ ਦਲਿਤਾਂ ਨਾਲ ਖਾਣ ਪੀਣ ਦੇ ਮਾਮਲੇ ਵਿੱਚ ਵਿਤਕਰਾ ਕਰਦਾ, ਉਹਨਾਂ ਦੇ ਭਾਂਡੇ ਘਰ ਵਿੱਚ ਵੱਖਰੇ ਰੱਖੇ ਜਾਂਦੇ। ਅਜਿਹੇ ਗੈਰ ਮਨੁੱਖੀ ਵਰਤਾਰੇ ਦਲਿਤ ਨੂੰ ਮਨੁੱਖੀ ਦਲਿਤ ਨੂੰ ਸਮਾਜ ਵਿੱਚ ਸਬਾਲਟਨ ਸਥਿਤੀ ਦੇ ਭਾਗੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸੰਬੰਧ ਵਿੱਚ ਇੱਕ ਦੋ ਕਵਿਤਾ ਆ ਉਹ ਤੁਹਾਡੇ ਸਾਹਮਣੇ ਰੱਖਦਾ ਕਿ ਕਿਵੇਂ ਉਹ ਆਪਣੇ ਦਰਦ ਨੂੰ ਬਿਆਨ ਕਰਦੇ ਨੇ ਕਿ ਮੈਂ ਜਿਹੜਾ ਵੱਡਿਆਂ ਘਰਾਂ ਦੇ ਵਿਹੜਿਆਂ 'ਚ ਹਾਰੇ ਕੋਲ ਰੱਖੀ ਸਿਲਵਰ ਦੀ ਕੌਲੀ ਤੇ ਜੰਗ ਖਾਧੇ ਗਿਲਾਸ ਨਾਲ ਦੋਸਤੀ ਕਰਕੇ ਹੋਇਆ ਹਾਂ ਜਵਾਨ, ਜਿਸਦੇ ਸੁਪਨਿਆਂ ਚ ਵੀ ਸਾਕਾਰ ਨੇ ਸਾਲਾ ਕੁੱਤਾ ਚੂੜਾ ਡੇਢ ਤੇ ਗਿੱਟਲ ਤੇ ਜਿਹੇ ਸ਼ਬਦਾਂ ਦੇ ਅੰਬਾਰ ਮੈਂ ਮੁਖਾਤਿਬ ਹਾਂ ਤੁਹਾਨੂੰ। ਇਸੇ ਪ੍ਰਕਾਰ ਜੇਕਰ ਅਸੀਂ ਸਿੱਖ ਧਰਮ ਦੇ ਵਿੱਚ ਵੀ ਦੇਖੀਏ ਤਾਂ ਸਿੱਖ ਧਰਮ ਦੀ ਜਿਹੜੀ ਵਿਚਾਰਧਾਰਾ ਆ ਉਹ ਜਾਤੀਵਾਦ ਨੂੰ ਨਕਾਰਦੀ ਆ, ਪਰੰਤੂ ਕੁੱਝ ਸਾਡੇ ਲੋਕ ਜਿਹੜੇ ਨੇ ਉਹ ਜਦੋਂ ਗੁਰੂ ਵਿਚਾਰਧਾਰਾ ਤੋਂ ਪਾਸਾ ਵੱਟ ਜਾਂਦੇ ਨੇ ਤੇ ਉਹਨਾਂ ਵਿੱਚ ਜਾਤੀ ਅਭਿਮਾਨ ਆ ਜਾਂਦਾ ਆ, ਤਾਂ ਉੱਥੇ ਵੀ ਜਿਹੜਾ ਆ ਦਲਿਤ ਨੂੰ ਜਿਹੜਾ ਆ ਸਿਰਫ ਇੱਕ ਨਾਮ ਦੇ ਕੇ ਤੇ ਉਹਦੀ ਵੱਖਰੀ ਪਛਾਣ ਸਥਾਪਿਤ ਕਰ ਦਿੱਤੀ ਜਾਂਦੀ ਆ। ਉਸ ਸੰਬੰਧ ਦੇ ਵਿੱਚ ਮਦਨ ਵੀਰਾ ਲਿਖਦਾ ਆ ਕਿ ਨਹੀਂ ਰਾਮ ਰੱਖਾ ਸਿੰਘ ਹੈ, ਬਾਬੇ ਨਾਨਕ ਦੀ ਨਾਮ ਲੇਵ ਸੰਗਤ, ਗੁਰੂ ਘਰ ਦੀ ਪੰਗਤ, ਦਸਮੇਸ਼ ਦੇ ਇਸ ਬੇਟੇ ਨੂੰ ਸਿਦਕੀ ਰੰਗਰੇਟੇ ਨੂੰ, ਗੁਰੂ ਘਰ ਦਾ ਸਿੱਖ ਨਹੀਂ ਮਜ਼ਬੀ ਸਿੱਖ ਦਾ ਨਾਂ ਦਿੰਦੀ ਹੈ ਤੇ ਅਖੌਤੀ ਮੁੱਖ ਧਾਰਾ ਤੋਂ ਵੱਖਰੀ ਥਾਂ ਦਿੰਦੀ ਹੈ। ਇਹ ਸਿਰਫ ਸਿੱਖ ਧਰਮ ਦੇ ਵੀ ਨਹੀਂ ਵੀ ਉਹਨੂੰ ਚੌਥੀ ਪੌੜੇ ਦਾ ਸਿੱਖ ਕਹਿ ਕੇ ਨਕਾਰਨਾ ਜਾਂ ਇੱਕ ਵੱਖਰੀ ਥਾਂ ਦੇਣੀ। ਇਸਲਾਮ ਦੇ ਅੰਦਰ ਵੀ ਮਸੱਲੀ ਜਾਂ ਅਜ਼ਲਾਫ਼ ਨਾਂ ਦੇ ਸ਼ਬਦ ਵਰਤੇ ਜਾਂਦੇ ਨੇ, ਜਾਂ ਫਿਰ ਈਸਾਈ ਧਰਮ ਦੇ ਵਿੱਚ ਵੀ ਉਹਨੂੰ ਮਸੀਹ ਕਹਿ ਕੇ ਤੇ ਵੱਖ ਕੀਤਾ ਜਾਂਦਾ ਆ। ਸੋ ਇਹ ਵਰਤਾਰਾ ਜਿਹੜਾ ਆ ਕਿ ਧਰਮ ਦੇ ਅੰਦਰ ਵੀ ਜਿਹੜੀ ਉਹਦੀ ਸਥਿਤੀ ਜਿਹੜੀ ਆ ਉਹ ਹਾਸ਼ੀਆਗਤ ਵੇਖਣ ਨੂੰ ਸਾਨੂੰ ਮਿਲਦੀ ਹੈਗੀ ਆ। ਸੋ ਜਦੋਂ ਬੇਧਰਮਾ ਹੋ ਜਾਂਦਾ ਆ ਤਾਂ ਉਦੋਂ ਵੀ ਉਹਨੂੰ ਬਖਸ਼ਿਆ ਨਹੀਂ ਜਾਂਦਾ, ਉਦੋਂ ਵੀ ਉਹਦੇ ਉੱਤੇ ਕੋਈ ਨਾ ਕੋਈ ਲੇਬਲ ਚਿਪਕਾ ਕੇ ਤੇ ਉਹਨੂੰ ਜਿਹੜਾ ਆ ਹਾਸ਼ੀ ਤੇ ਧੱਕਣ ਦਾ ਜਿਹੜਾ ਕਾਰਜ ਉਹ ਕੀਤਾ ਜਾਂਦਾ ਆ। ਤਾਂ ਕੀ ਕੀਤਾ ਜਾਂਦਾ ਆ ਕਿ ਲੱਗਦਾ ਰਿਹਾ ਸਭ ਧਰਮਾਂ ਦੇ ਲੜ ਪਰ ਕਿਸੇ ਧਰਮ ਨੇ ਲਾਇਆ ਨਾ, ਅਖੀਰ ਲੜ ਲੜ ਕੇ ਅਧਾਰਮਿਕ ਹੋ ਗਿਆ ਤੇ ਧਰਮਹੀਨ ਹੋਣ ਤੇ ਲਗਾ ਦਿੱਤਾ ਗਿਆ ਅਸਭਿਕ ਹੋਣ ਦਾ ਫੱਟਾ। ਤੇ ਜਦੋਂ ਉਹ ਧਰਮ ਅਧਾਰਮਿਕ ਹੋ ਗਿਆ ਨਾਸਤਿਕ ਹੋ ਗਿਆ ਤਾਂ ਉਹਨੂੰ ਅਸਭਿਕ ਅਧਾਰਮਿਕ ਕਹਿ ਕੇ ਵੀ ਜਿਹੜਾ ਆ ਉਹਨੂੰ ਹੀਣ ਭਾਵ ਦਾ ਜਿਹੜਾ ਆ ਉਹ ਅਹਿਸਾਸ ਕਰਾਇਆ ਜਾਂਦਾ ਆ। ਸੋ ਬ੍ਰਾਹਮਣ ਦੇ ਜਿਹੜੇ ਧਰਮ ਪੁਸਤਕਾਂ ਨੇ ਜਿਹੜੀਆਂ ਬ੍ਰਾਹਮਣ ਵਿਚਾਰਧਾਰਾ ਵਾਲੀਆਂ ਨੇ ਉਹਦੇ ਵਿਚਲੇ ਜਿਹੜੇ ਬਿਰਤਾਂਤ ਨੇ ਉਹ ਵੀ ਜਿਹੜੇ ਆ ਦਲਿਤ ਦੇ ਵਿਪੱਖ ਦੇ ਵਿੱਚ ਭੁਗਤਦੇ ਨੇ, ਉਹਨੂੰ ਹਾਸ਼ੀਏ ਤੇ ਧੱਕਦੇ ਨੇ, ਉਹਦੇ ਅੰਦਰ ਹੀਣ ਭਾਵ ਮਹਿਸੂਸ ਕਰਵਾਉਂਦੇ ਨੇ। ਤਾਂ ਉਸ ਸੰਬੰਧ ਵਿੱਚ ਵੀ ਸਾਨੂੰ ਜਿਹੜੀਆਂ ਨੇ ਕੁਝ ਕਵਿਤਾਵਾਂ ਜਿਹੜੀਆਂ ਮਿਲਦੀਆਂ ਨੇ। ਇਸ ਸੰਬੰਧ ਵਿੱਚ ਮੈਂ ਗੱਲਬਾਤ ਕਰਾਂਗਾ ਕਿ ਜਿਸ ਭਾਰਤ ਦੀ ਸ਼ੁੱਧ ਤੇ ਸ਼੍ਰੇਸ਼ਟ ਸੰਸਕ੍ਰਿਤੀ ਹੋਣ ਦਾ ਡੰਕਾ ਜ਼ੋਰਾਂ ਸ਼ੋਰਾਂ ਦੇ ਨਾਲ ਵਜਾ ਕੇ ਫਖਰ ਮਹਿਸੂਸ ਕੀਤਾ ਜਾਂਦਾ ਹੈ, ਉਹ ਸੰਸਕ੍ਰਿਤ ਵਿੱਚ ਦਲਿਤ ਲਈ ਦੁੱਖ ਤਕਲੀਫਾਂ, ਸ਼ੋਸ਼ਣ, ਅਨਿਆਂ, ਬੇਇਨਸਾਫੀ, ਲਾਚਾਰੀ, ਬੇਪਛਾਣ, ਨਾਬਰ, ਇਕੱਲਤਾ, ਜਹਾਲਤ ਆਦਿ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੈ। ਅਜਿਹੀ ਸੰਸਕ੍ਰਿਤੀ ਵਾਲੇ ਦੇਸ਼ ਨੂੰ ਦਲਿਤ ਕਵੀ ਆਪਣਾ ਦੇਸ਼ ਨਹੀਂ ਮੰਨਦੇ, ਉਹਨਾਂ ਦਾ ਦੇਸ਼ ਤਾਂ ਸ਼ੋਸ਼ਣ, ਅਨਿਆਂ, ਗੁਰਬਤ ਤੇ ਹਾਸ਼ੀਆ ਗਸਤਿਤੀ ਵਾਲਾ ਹੈ। ਤਾਂ ਇਸ ਸੰਬੰਧ ਵਿੱਚ ਕਵਿਤਾ ਹੈ ਕਿ ਤੇਰੇ ਨਾਂ ਤੇ ਰਚੀਆਂ ਪੂਜ ਪੁਸਤਕਾਂ ਚ ਸਾਡੇ ਵਿਕਾਊ ਹੋਣ ਦੇ ਅਧਿਆਇ ਕਿਉਂ ਜੋੜੇ ਨੇ, ਸਾਡੇ ਗਲਾਂ ਲਈ ਗੁਲਾਮੀ ਦੇ ਤਵੀਤ ਕਿਉਂ ਘੜੇ ਨੇ, ਸ਼ੁੱਧ ਸੰਸਕ੍ਰਿਤੀ ਚ ਸਾਡੀ ਥਾਂ ਕਿੱਥੇ ਹੈ, ਸਾਡਾ ਨਾਂ ਕਿੱਥੇ ਹੈ। ਤੋ ਇਹ ਇਸ ਤੋਂ ਬਾਅਦ ਜਿਹੜੀ ਅਗਲੀ ਮੈਂ ਗੱਲ ਕਰਕੇ ਉਸ ਤੋਂ ਬਾਅਦ ਮੈਂ ਆਪਣੀ ਜਿਹੜਾ ਵਿਚਾਰਾਂ ਨੂੰ ਸੰਕੋਚ ਦੇਣਾ ਆ ਕਿ ਜਿਹੜੀ ਦਲਿਤ ਔਰਤ ਆ ਉਹਦਾ ਮੁੱਦਾ ਦਲਿਤਾਂ ਨਾਲ ਦਲਿਤ ਮਰਦ ਨਾਲੋਂ ਵੀ ਗੰਭੀਰ ਬਣਦਾ ਆ। ਦਲਿਤ ਔਰਤ ਦਲਿਤ ਮਰਦ ਨਾਲੋਂ ਵੱਧ ਹਾਸ਼ੀਏ ਤੋਂ ਪਾਰ ਧੱਕੀ ਜਾਂਦੀ ਆ ਕਿ ਉਹ ਕਿਵੇਂ ਕਿ ਦਲਿਤ ਔਰਤ ਸਿਰਫ ਦਲਿਤ ਮਰਦ ਦੇ ਦਮਨ ਦਾ ਸ਼ਿਕਾਰ ਹੀ ਨਹੀਂ ਹੁੰਦੀ, ਸਗੋਂ ਉਹ ਗੈਰ ਦਲਿਤ ਤੇ ਗੈਰ ਔਰਤ ਦੇ ਦਮਨ ਦਾ ਵੀ ਉਹਦੀ ਅਧੀਨਤਾ ਦਾ ਵੀ ਜਿਹੜਾ ਆ ਉਹਨੂੰ ਸ਼ਿਕਾਰ ਹੋਣਾ ਪੈਂਦਾ। ਇਸ ਤੋਂ ਇਲਾਵਾ ਉਹਨੂੰ ਜਾਤੀ, ਰੰਗ, ਨਸਲ, ਲਿੰਗ ਆਦਿ ਦਾ ਵੀ ਜਿਹੜਾ ਆ ਉਹਨੂੰ ਸ਼ਿਕਾਰ ਹੋ ਕੇ ਜਿਹੜਾ ਆ ਹਾਸ਼ੀਏ ਧੱਕੇ ਜਾਣ ਵਾਸਤੇ ਮਜਬੂਰ ਹੋਣਾ ਪੈਂਦਾ। ਸੋ ਦਲਿਤ ਔਰਤ ਦਾ ਮੁੱਦਾ ਆ ਉਹ ਦਲਿਤ ਮਰਦ ਨਾਲੋਂ ਹੋਰ ਗੰਭੀਰ ਹੋ ਜਾਂਦਾ ਹੈ। ਤਾਂ ਉਸ ਸੰਬੰਧ ਵਿੱਚ ਵੀ ਸਾਨੂੰ ਕੁਝ ਜਿਹੜੀਆਂ ਕਵਿਤਾਵਾਂ ਮਿਲਦੀਆਂ ਨੇ। ਤਾਂ ਇਸ ਸੰਬੰਧ ਵਿੱਚ ਵੀ ਮੈਂ ਇੱਕ ਅੱਧੀ ਗੱਲ ਕਰਕੇ ਤੇ ਫਿਰ ਮੈਂ ਜਿਹੜੀ ਤੁਹਾਡੇ ਤੋਂ ਇਜਾਜ਼ਤ ਲੈ ਲੈਣੀ ਆ। ਸੋ
कि दलित औरत दे हाशियागत जीवन की विडंबना यह रही है कि आधुनिक नारीवादी पंजाबी काव्य दी कवित्रियां वालों दलित औरत की जिहड़ी वेदना आ संताप आ अते अवचेतन नूं कोई थां नहीं दित्ती गई। ई वी एक विचारण वाला मुद्दा आ कि साडी जिहड़ियां नारीवादी कवित्रियां ने उन्हां ने दलित औरत नूं उस प्रकार नहीं उभारिया जिवें कि बाकी औरतां दे संबंध विच सानूं जिहड़ियां ने गल्लां मिलदियां ने। तो दलित औरत का जिहड़ा काव्यक हाशियागत प्रवचन जो विकुलतरे रूप विच पेश होया है वह दलित मर्द कवियां वल्लों पेश कीता गया है। इस प्रकार दलित औरत जिहड़ा आ नारीवादी कवि औरतां वल्लों भी एक किस्म की जिहड़ी आ उह हाशिए ते धक्की जांदी है। तो दलितां दी बगावत का मूंह तोड़ जवाब देने लई जिहड़ी उच्च धिरे आ उह किस तरह के कार्य करदी आ उस संबंध विच भी मैं तुहाडे नाल सांझी गल कर रहा कि दलितां दी बगावत का मूंह तोड़ जवाब देने लई स्वर्णा वल्लों उहनां दी कुटमार हत्या अंग भंग समूहिक बलात्कार या उहनां नूं गहरा सदमा देने लई दलित औरतां नूं खुलेआम निर्वस्त्र करके गलियां बाजारां विच घुमाया जांदा है। अजिही जलालत तों बाद कोई भी दलित जिहड़ा आ उह सिर चुकण दे लई हिम्मत नहीं जुटा पाउंदा। इस किस्म दे वर्तारे विच दलित औरत सब तों वध लाचारी जलालत अते शोषण दा शिकार हुंदी है जिसकी वेदना नूं काव्यक रूप विच इस प्रकार जिहड़ा आ उह पेश कीता गया कि साडियां ठट्ठियां च साडे वेहड़ियां च कणक दे बुक जां पठियां दे रुग बदले क्यों रुलदी है पत्त साडियां धीआं भैणां दी तेरे वरसाए खालस आरिया पुत्तां दे हत्थों। इस प्रकार एक होर कविता आ कि साडियां मावां ते भैणां दी सेज बन जांदी है कोई वट ते हमल गिराउण लई लगण पैंदा है किसे तजर्बेकार दाई दे चरणी। तो औरत ते हाशियागत जीवन संताप नूं इह प्रगटाउंदे होए विकुलतरे काव्य प्रवचन आधुनिक पंजाबी कविता विच पेश होए हन। ते इन्हां सारियां गल्लां नूं विचारदा होया मैं ਭੁੱਲਾਂ ਚੁੱਕਾਂ ਦੀ ਬਾਕੀ ਦੀ ਕੋਈ ਮੇਰੀ ਗੱਲਬਾਤ ਦੇ ਵਿੱਚ ਖੱਪੇ ਰਹਿ ਗਏ ਹੁਣ ਤਾਂ ਉਹਦੀ ਮਾਫੀ ਚਾਹੁੰਦਾ ਆ। ਵਾਹਿਗੁਰੂ ਜੀ ਕਾ ਵਾਹਿਗੁਰੂ। ਸ਼ੁਕਰੀਆ ਬਲਜਿੰਦਰ। ਜਿਸ ਤਰ੍ਹਾਂ ਕਿ ਬਲਜਿੰਦਰ ਸਿੰਘ ਜੀ ਹੋਰਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਰੂਪਾਕਾਰ ਜਿਹੜਾ ਰੂਪਾਕਾਰ ਕਵਿਤਾ ਹੈ ਕਵਿਤਾ ਦੇ ਸੰਦਰਭ ਦੇ ਵਿੱਚ ਦਲਿਤ ਦੀ ਜਿਹੜੀ ਹਾਸ਼ਿਆਗਤ ਪਛਾਣ ਨੂੰ ਸਾਡੇ ਸਨਮੁੱਖ ਕੀਤਾ ਹੈ। ਸੋਹਣੇ ਸੋਹਣੇ ਚੰਗੇ ਚੰਗੇ ਵਿਚਾਰ ਰੱਖੇ ਹਨ। ਉਸ ਦੇ ਸੰਬੰਧ ਵਿੱਚ ਜਿੱਥੇ ਇਹਨਾਂ ਨੇ ਅਖੀਰ ਦੇ ਵਿੱਚ ਜਿਹੜੀ ਨਾਰੀ ਚੇਤਨਾ ਦੀ ਗੱਲ ਕੀਤੀ ਹੈ, ਮੈਂ ਥੋੜ੍ਹਾ ਜਿਹਾ ਆਪਣੇ ਵੱਲੋਂ ਨਾਰੀ ਚੇਤਨਾ ਦੇ ਸੰਬੰਧ ਵਿੱਚ ਮੈਂ ਆਪਣੀ ਵੀ ਕੋਈ ਵਿਚਾਰ ਦੇਣੇ ਚਾਹਾਂਗਾ ਜਾਂ ਗੱਲ ਰੱਖਣੀ ਚਾਹਾਂਗਾ ਕਿ ਨਾਰੀ ਚੇਤਨਾ ਨੂੰ ਕਿੱਦਾਂ ਮਤਲਬ ਕਿ ਹਾਸ਼ੀਆ ਦੇ ਪੱਖ ਤੋਂ ਦੇਖਿਆ ਜਾਂਦਾ ਜਾਂ ਕਿਸ ਤਰ੍ਹਾਂ। ਜੇਕਰ ਮੈਂ ਮੱਧਕਾਲੀ ਸਾਹਿਤ ਤੋਂ ਲੈ ਕੇ ਸਾਡੇ ਆਧੁਨਿਕ ਅਤੇ ਉੱਤਰ ਆਧੁਨਿਕ ਤੱਕ ਦੇ ਦੌਰ ਦੀ ਗੱਲ ਕਰਾਂ ਤਾਂ ਜਿਸ ਤਰ੍ਹਾਂ ਮੱਧਕਾਲ ਦੇ ਦੌਰ ਵਿੱਚ ਸਾਡੇ ਸਨਮੁੱਖ ਕੋਈ ਵੀ ਨਾਰੀ ਲੇਖਕ ਜਿਹੜੀ ਆ ਉਹ ਨਹੀਂ ਆਉਂਦੀ ਕਹਿਣ ਦਾ ਭਾਵ ਇਹ ਹੈ ਕਿ ਅਗਰ ਨਾਰੀ ਚਿੰਤਨ ਦੇ ਖੇਤਰ ਵਿੱਚ ਨਾਰੀ ਨੂੰ ਜੇ ਕੋਈ ਜ਼ੁਬਾਨ ਦਿੰਦਾ ਹੈ ਤਾਂ ਉਹ ਮਰਦ ਨੇ ਆਪਣੀਆਂ ਲਿਖਤਾਂ ਰਾਹੀਂ ਦਿੱਤੀ ਹੈ। ਜੇ ਸਾਡੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਪੀਰੋ ਨਾਮ ਦੀ ਲੇਖਿਕਾ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਲਿਖਤ ਦੇ ਅੰਸ਼ ਵੀ ਨਾ ਮਾਤਰ ਹਨ। ਪਰ ਸਾਡੇ ਆਧੁਨਿਕ ਦੌਰ ਵਿੱਚ ਨਾਰੀ ਨੇ ਆਪਣੇ ਸਵੈ ਮਾਨ ਨੂੰ ਖੁਦ ਹੀ ਪਛਾਣ ਜਿਹੜੀ ਹੈ ਉਹ ਦਿਵਾਈ ਹੈ, ਜਿਹਨਾਂ ਵਿੱਚ ਅਸੀਂ ਅੰਮ੍ਰਿਤਾ ਪ੍ਰੀਤਮ ਨੂੰ ਲੈ ਸਕਦੇ ਹਾਂ। ਇਸ ਦੇ ਨਾਲ ਹੀ ਜੇ ਮੈਂ ਹੁਣ ਦੇ ਸਮੇਂ ਦੀ ਗੱਲ ਕਰਾਂ ਤਾਂ ਸਾਡੇ ਕੋਲ ਸੁਖਵਿੰਦਰ ਅੰਮ੍ਰਿਤ, ਪਾਲ ਕੌਰ, ਵਿਨੀਤਾ ਵਰਗੀਆਂ ਵੀ ਕਵਿਤਰੀਆਂ ਹਨ ਜਿਨ੍ਹਾਂ ਨੇ ਆਪਣੀ ਨਾਰੀ ਹੋਣ ਦੀ ਸਵੈ ਪਛਾਣ ਦਾ ਹੋਕਾ ਦੇ ਰਹੀਆਂ ਹਨ। ਇਸੇ ਤਰ੍ਹਾਂ ਹੀ ਦਲਿਤ ਦੀ ਪਛਾਣ ਦੇ ਸੰਬੰਧ ਵਿੱਚ ਬਲਜਿੰਦਰ ਸਿੰਘ ਹੋਰਾਂ ਨੇ ਗੱਲ ਕੀਤੀ ਹੈ, ਬੜੀ ਸੋਹਣੀ ਗੱਲਾਂ ਕੀਤੀਆਂ ਹੈ ਇਹਨਾਂ ਨੇ। ਦਲਿਤ ਚਿੰਤਨ ਦੀ ਜਿਹੜੀ ਜਿੱਥੋਂ ਤੱਕ ਸਾਹਿਤ ਦੇ ਵਿੱਚ ਯੋਗਦਾਨ ਦੇਖਿਆ ਜਾਂਦਾ, ਦਲਿਤ ਸਾਹਿਤ ਦੇ ਵਿੱਚ ਚਿੰਤਨ ਦਾ ਬਹੁਤ ਭਰਮਾਰ ਹੈ ਇੱਕ ਤਰ੍ਹਾਂ ਦੀ ਪੰਜਾਬੀ ਸਾਹਿਤ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਬਹੁਤ ਸਾਰੀ ਜੋ ਪਛਾਣ ਦੇਣ ਦਾ ਹੀ ਆ ਬਹੁਤ ਸਾਰਾ ਕੀਤਾ ਗਿਆ। ਉਹ ਮੱਧਕਾਲ ਤੋਂ ਹੀ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਕੀਤਾ ਹੈ ਤੇ ਉੱਥੇ ਹੀ ਆਧੁਨਿਕ ਦੌਰ ਵਿੱਚ ਦਲਿਤ ਚਿੰਤਨ ਦੀ ਇੱਕ ਤਰ੍ਹਾਂ ਜੋ ਪਰਮਾਰ ਹੈ ਉਹ ਸਾਡੇ ਸਾਹਮਣੇ ਜੋ ਆਉਂਦੀ ਹੈ ਉਹ ਅਸੀਂ ਅੱਜ ਉੱਤਰ ਆਧੁਨਿਕਤਾ ਦੇ ਦੌਰ ਵਿੱਚ ਵਿਚਰਦੇ ਹੋਏ ਵੀ ਦੇਖਦੇ ਹਾਂ। ਇਸ ਦੇ ਨਾਲ ਹੀ ਨਾਰੀ ਚੇਤਨਾ ਤੇ ਦਲਿਤ ਚੇਤਨਾ ਤੇ ਪੈਟਰੀਆਰਕੀ ਸਿਸਟਮ ਜੋ ਤੋਂ ਹਟ ਕੇ ਵੀ ਹਾਸ਼ਿਆਗਤ ਧਿਰਾਂ ਜਿਹੜੀਆਂ ਹੈਗੀਆਂ ਸਾਡੇ ਸਾਹਮਣੇ ਆਉਂਦੀਆਂ ਹੈ ਉਹਨਾਂ ਵਿੱਚ ਮੈਂ ਲੈਸਬੀਅਨ ਕਹਿ ਸਕਦਾ, ਗੇ ਕਹਿ ਸਕਦਾ, ਟਰਾਂਸਜੈਂਡਰ ਕਹਿ ਸਕਦਾ ਔਰ ਬਾਇਓਸੈਕਸੁਅਲ ਕਹਿ ਸਕਦਾ। ਦਲਿਤ
ਅਤੇ ਨਾਰੀ ਚੇਤਨਾ ਤੋਂ ਇਲਾਵਾ ਕੀ ਉੱਤਰ ਆਧੁਨਿਕਤਾ ਦੇ ਦੌਰ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਇਹਨਾਂ ਨੂੰ ਪਛਾਣ ਦਿੱਤੀ ਜਾ ਰਹੀ ਹੈ? ਕੀ ਇਹ ਹਾਸ਼ਿਆਗ੍ਰਸਤ ਧਿਰਾਂ ਨੂੰ ਉਭਾਰਿਆ ਜਾ ਰਿਹਾ ਜਿਨ੍ਹਾਂ ਨੂੰ ਸਾਡੇ ਪੰਜਾਬੀ ਸਾਹਿਤ ਵਿੱਚ ਉਸ ਤਰ੍ਹਾਂ ਦਾ ਸਥਾਨ ਨਹੀਂ ਮਿਲਿਆ ਜੋ ਕਿ ਮਿਲਣਾ ਚਾਹੀਦਾ ਸੀ? ਇਸ ਤਰ੍ਹਾਂ ਇਸ ਹਾਸ਼ੀਏ ਦੇ ਵਿਚਾਰ ਦੇ ਤੌਰ 'ਤੇ ਮੈਂ ਗੱਲ ਇਹੀ ਕਹਿਣਾ ਚਾਹਾਂਗਾ ਕਿ ਸਾਡਾ ਜਿਹੜਾ ਪੰਜਾਬੀ ਸਾਹਿਤ ਹੈ ਉਹ ਸਿਰਫ ਅਤੇ ਸਿਰਫ ਨਾਰੀ ਚਿੰਤਨ ਤੱਕ ਜਾਂ ਦਲਿਤ ਚਿੰਤਨ ਤੱਕ ਹੀ ਸੀਮਿਤ ਨਹੀਂ ਹੁੰਦਾ। ਉੱਤਰ ਆਧੁਨਿਕਤਾ ਦੇ ਦੌਰ ਦੇ ਵਿੱਚ ਸਾਡੇ ਕੋਲ ਕਈ ਸਾਰੀਆਂ ਜਿਹੜੀਆਂ ਨਵੀਆਂ ਹਾਸ਼ਿਆਗ੍ਰਸਤ ਧਿਰਾਂ ਸਾਡੇ ਸਾਹਮਣੇ ਆਉਂਦੀਆਂ। ਜਿਸ ਤਰ੍ਹਾਂ ਮੈਂ ਗੇ ਜਾਂ ਜੈਂਡਰ ਜਾਂ ਟਰਾਂਸਜੈਂਡਰ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪੰਜਾਬੀ ਸਾਹਿਤ ਦੇ ਵਿੱਚ ਸਥਾਨ ਦੇਣਾ ਬਣਦਾ ਹੈ। ਸੋ ਇਸ ਦੇ ਨਾਲ ਹੀ ਮੈਂ ਸਾਡੇ ਅਗਲੇ ਬੁਲਾਰੇ ਸਤਵੀਰ ਜੀ ਹੋਰਾਂ ਨੂੰ ਸੱਦਾ ਦਿਆਂਗਾ ਕਿ ਉਹ ਆਪਣੇ ਵਿਚਾਰ ਜਿਹੜੇ ਹੈ ਸਾਡੇ ਸਨਮੁਖ ਕਰਨ। ਸਤਵੀਰ ਸਿੰਘ ਜੀ, ਸਤੀਸ਼ ਲੱਗਦਾ ਹੈ ਡਾਕਟਰ ਰਵੇਲ ਸਿੰਘ ਆ ਗਏ ਨੇ, ਐਮ ਆਈ ਰਾਈਟ? ਜਿਹੜੀਆਂ ਗੱਲਾਂ ਪਹਿਲਾਂ ਹੋਈਆਂ ਉਹ ਰਿਪੀਟ ਨਾ ਹੋਣ ਤੇ ਬੇਸਿਕਲੀ 20 ਮਿੰਟ ਹੈਗੇ ਤਾਂ ਮੈਂ ਜਿਹੜੇ ਬਾਈ ਪਹਿਲਾਂ ਬਲਜਿੰਦਰ ਨੇ ਗੱਲਾਂ ਕੀਤੀਆਂ ਸਿਧਾਂਤਕ ਗੱਲਾਂ ਕਰਤੀਆਂ ਜਿਹੜੀਆਂ ਸਬਾਲਟਰਨ ਦੇ ਸਿਧਾਂਤ ਤੇ ਉਹਦੇ ਵਿੱਚ ਜਿਹੜੀਆਂ ਗੱਲਾਂ ਰਹਿ ਗਈਆਂ ਕੁਛ ਜਾਂ ਜਿਹੜੀਆਂ ਗੱਲਾਂ ਚਲੋ ਕਹਿ ਨਹੀਂ ਪਾਏ ਗੇ ਉਹਨਾਂ ਨੇ ਤਿਆਰੀ ਤਾਂ ਕਾਫ਼ੀ ਕੀਤੀ ਆ ਤਾਂ ਉਹੀ ਮੈਂ ਗੱਲਾਂ ਜਿਹੜੀਆਂ ਰਹਿ ਗਈਆਂ ਗੱਲਾਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕਰੂੰਗਾ ਵੀ ਸਬਾਲਟਰਨ ਜਿਹੜਾ ਸ਼ਬਦ ਆ ਪਹਿਲਾਂ ਇਹ ਸ਼ਬਦ ਕਿੱਥੋਂ ਆਇਆ, ਕਿਉਂ ਲੋੜ ਪੈ ਗਈ ਸਾਨੂੰ ਸਬਾਲਟਰਨ ਦੀ ਜਦੋਂ, ਤੇ ਇਹਦੀ ਐਟਮੋਲੋਜੀ ਕੀ ਹੈ, ਕਿੱਥੋਂ ਆਇਆ? ਤਾਂ ਜਦੋਂ ਅਸੀਂ ਡਿਕਸ਼ਨਰੀਆਂ ਵਗੈਰਾ ਦੇਖਦੇ ਹਾਂ ਤਾਂ ਉਹਦੇ ਵਿੱਚ ਸਬਾਲਟਰਨ ਸ਼ਬਦ ਵਰਤਿਆ ਜਾਂਦਾ ਤਾਂ ਉਹਦੇ 'ਚ ਸਬ ਅਤੇ ਅਲਟਰ ਦੋ ਸ਼ਬਦਾਂ ਨੂੰ ਜੋੜ ਕੇ ਬਣਦਾ ਹੈ ਅਤੇ ਉਹਦੇ ਵਿੱਚ ਇਹਨੂੰ ਦਜੈਲਾ, ਦੂਜਾ ਅਧੀਨ ਜਾਂ ਅਧੀਨ ਰੈਂਕ, ਆਰਮੀ ਦੇ ਵਿੱਚ ਜਿਹੜਾ ਦੂਜਾ ਰੈਂਕ ਹੁੰਦਾ ਅਧੀਨ ਰੈਂਕ ਕਰਨਲ ਤੋਂ ਥੱਲੇ, ਉਹਦੇ ਲਈ ਇਹ ਸ਼ਬਦ ਵਰਤਿਆ ਜਾਂਦਾ ਰਿਹਾ। ਤਾਂ ਉੱਥੋਂ ਇਹ ਸ਼ਬਦ ਜਦੋਂ ਅੱਗੇ ਵਰਤਿਆ ਜਾਂਦਾ ਹੈ ਤਾਂ ਇਹ ਸ਼ਬਦ ਸੈਨਾ ਦੇ ਵਿੱਚ ਜਿਹੜੇ ਕਿਸਾਨੀ ਪਿਛੋਕੜ ਵਾਲੇ ਕਿਸਾਨੀ ਪਿਛੋਕੜ ਤੋਂ ਜਿਹੜੇ ਸੈਨਾ 'ਚ ਭਰਤੀ ਹੁੰਦੇ ਸੀਗੇ ਤਾਂ ਉਹਨਾਂ ਦੇ ਲਈ ਵੀ ਇਹ ਸ਼ਬਦ ਵਰਤਿਆ ਜਾਂਦਾ ਰਿਹਾ ਹੈ। ਤਾਂ ਇਸ ਤੋਂ ਇਲਾਵਾ ਡੇਵਿਡ ਲੁਡਨ ਜਿਹੜਾ ਆਪਦੀ ਕਿਤਾਬ ਦੇ ਵਿੱਚ ਜ਼ਿਕਰ ਕਰਦਾ ਵੀ ਜਿਹੜੇ ਕਲੋਨੀਅਲ ਟਾਈਮ ਦੇ ਵਿੱਚ ਜਿਵੇਂ ਵਾਰਨ ਹੇਸਟੇਡ ਅਫਸਰ ਸੀਗੇ ਉਹਨਾਂ ਜਿਹੜੀਆਂ ਡਾਇਰੀਆਂ ਲਿਖੀਆਂ ਆਪਦੇ ਐਕਸਪੀਰੀਅੰਸ ਲਿਖੇ ਬਸਤੀਆਂ ਦੇ ਵਿੱਚ ਤਾਂ ਉਹਨਾਂ ਨੇ ਜਿਹੜਾ ਸਾਹਿਤ ਰਚਿਆ ਜਿਹੜੀਆਂ ਉਹਨਾਂ ਨੇ ਡਾਇਰੀਆਂ ਵਗੈਰਾ ਲਿਖੀਆਂ ਉਹਨਾਂ ਦੇ ਲਈ ਵੀ ਸਬਾਲਟਰਨ ਸ਼ਬਦ ਇਹ ਵਰਤਿਆ ਜਾਂਦਾ ਰਿਹਾ। ਉੱਥੋਂ ਇਹ ਸ਼ਬਦ ਗ੍ਰਾਮਸ਼ੀ ਦੀਆਂ ਪ੍ਰਿਜ਼ਨ ਨੋਟਸ ਬੁੱਕਸ ਦੇ ਵਿੱਚ ਆਉਂਦਾ ਹੈ। ਹੁਣ ਇਹ ਵੀ ਬੜੀ ਕੰਟਰੋਵਰਸੀ ਆ ਵੀ ਗ੍ਰਾਮਸ਼ੀ ਨੇ ਕੀ ਇਹ ਜੇਲ੍ਹ ਸੈਂਸਰਸ਼ਿਪ ਤੋਂ ਬਚਣ ਲਈ ਇਹ ਸ਼ਬਦ ਪ੍ਰੋਲੇਟਰੀ ਦੀ ਥਾਂ 'ਤੇ ਵਰਤਿਆ, ਕਿਉਂਕਿ ਉਹਦੀ ਜਿੰਨੀਆਂ ਵੀ ਲਿਖਤਾਂ ਉਹ ਜੇਲ੍ਹ ਸੈਂਸਰਸ਼ਿਪ ਦੇ ਵਿੱਚ ਦੇਖੀਆਂ ਜਾਂਦੀਆਂ ਸੀਗੀਆਂ ਵੀ ਸੈਂਸਰਸ਼ਿਪ ਵੀ ਹੁੰਦੀਆਂ ਸੀਗੀਆਂ, ਸੈਂਸਰ ਹੁੰਦੀਆਂ ਸੀ। ਪਰ ਇਹਦੇ ਵਿੱਚ ਵੀ ਬੜਾ ਡਿਬੇਟੇਬਲ ਆ, ਮੈਂ ਜਾਣਾ ਨਹੀਂ ਚਾਹੁੰਦਾ ਹੈਗਾ ਵੀ ਗ੍ਰਾਮਸ਼ੀ ਨੇ ਜਿਹੜਾ ਇਹ ਸ਼ਬਦ ਆ, ਕਿਉਂਕਿ ਗ੍ਰਾਮਸ਼ੀ ਮਾਰਕਸ ਗ੍ਰੀਨ ਕਹਿੰਦਾ ਵੀ ਗ੍ਰਾਮਸ਼ੀ ਫਿਰ ਪ੍ਰੋਲੇਟੇਰੀਅਟ ਸ਼ਬਦ ਵੀ ਉਹ ਵਰਤਦਾ ਹੈ ਲਗਭਗ ਮਾਰਕਸ ਗ੍ਰੀਨ ਦੇ ਅਨੁਸਾਰ 30 ਵਾਰੀ ਉਹ ਪ੍ਰੋਲੇਟੇਰੀਅਟ ਸ਼ਬਦ ਵਰਤਦਾ ਹੈ ਤੇ ਫਿਰ ਉਹਨੂੰ ਪ੍ਰੋਲੇਟੇਰੀਅਟ ਸ਼ਬਦ ਕਿਉਂ ਵਰਤਣਾ ਪਿਆ? ਤਾਂ ਉਹ ਕਹਿੰਦਾ ਵੀ ਨਹੀਂ, ਇਹ ਮੌਲਿਕ ਅਰਥ ਹੈ ਇਹਦੇ, ਸਬਾਲਟਰਨ ਸ਼ਬਦ ਦੇ ਮੌਲਿਕ ਅਰਥ ਆ। ਨੋਟਬੁੱਕ ਜਿਹੜੀ ਹੈ ਪ੍ਰਿਜ਼ਨ ਨੋਟਬੁੱਕ 25 ਦੇ ਵਿੱਚ ਗ੍ਰੈਮਸ਼ੀ ਲਿਖਦਾ ਹੈ ਇਹ ਗੁਲਾਮਾਂ, ਔਰਤਾਂ, ਆਦਿਵਾਸੀਆਂ ਤੇ ਮਜ਼ਦੂਰਾਂ ਦੇ ਲਈ ਇਹ ਸ਼ਬਦ ਮੈਂ ਵਰਤ ਰਿਹਾ ਹੈ। ਤਾਂ ਉਦੋਂ ਬਾਅਦ ਇਹ ਸ਼ਬਦ ਦੇ ਮੌਲਿਕ ਜਿਹੜੇ ਅਰਥ ਪਸਾਰ ਆ ਉਹ ਗ੍ਰਾਮਸ਼ੀ ਦੇ ਪੂਰੇ ਕੰਮ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਸਾਨੂੰ ਉਹਦੇ ਜਿਹੜੇ ਮੌਲਿਕ ਜਿਹੜੇ ਅਰਥ ਪਸਾਰ ਉਹ ਸਮਝ ਆਉਂਦੇ ਆ। ਤਾਂ ਗ੍ਰਾਮਸ਼ੀ ਕੀ ਕਰ ਰਿਹਾ, ਗ੍ਰਾਮਸ਼ੀ ਦੇ ਜਿਹੜੇ ਹੋਰ ਕਨਸੈਪਟ ਆ, ਜਿਵੇਂ ਗ੍ਰਾਮਸ਼ੀ ਦਾ ਕਨਸੈਪਟ ਹੈਗਾ ਹੈਜਮਨੀ ਦਾ ਕਨਸੈਪਟ ਆ, ਕੋਮਨ ਸੈਂਸ ਦਾ ਕਨਸੈਪਟ ਆ। ਹੁਣ ਕੋਮਨ ਸੈਂਸ ਦਾ ਜਿਹੜਾ ਸ਼ਬਦ ਆ ਤੇਜਵੰਤ ਗਿੱਲ ਨੇ ਉਹਦੇ ਲਈ ਬੜਾ ਵਧੀਆ ਸ਼ਬਦ ਘੜਿਆ, ਸਾਡੇ ਆਪਣੇ ਬਜ਼ੁਰਗ ਸਾਡੇ ਵਿਦਵਾਨ ਨੇ ਬੜੇ ਮਾਹਰ ਨੇ, ਉਹਨਾਂ ਨੇ ਇਹਦੇ ਲਈ ਲੋਕ ਬੋਧ ਸ਼ਬਦ ਘੜੇ। ਆਪਦਾ ਇੱਕ ਮੌਲਿਕ ਕਨਸੈਪਟ ਦੇ ਤੌਰ ਤੇ ਘੜ ਰਿਹਾ ਸੀਗਾ। ਤਾਂ ਮੌਲਿਕ ਕਨਸੈਪਟ ਦੇ ਤੌਰ ਤੇ ਜਦੋਂ ਘੜ ਰਿਹਾ ਸੀ ਤਾਂ ਉਹਦਾ ਜਿਹੜਾ ਸਾਰ ਨਾਲੋਂ ਪਹਿਲਾ ਜਿਹੜਾ ਜ਼ੋਰ ਲੱਗਾ ਹੋਇਆ ਸੀਗਾ ਤਾਂ ਉਹ ਸੀਗਾ ਵੀ ਜਿਹੜੀ ਮਾਰਕਸਿਜ਼ਮ ਦੀ ਜਿਹੜੀ ਸਮਝ ਹੈਗੀ ਆ, ਇਕਨੋਮਿਕ ਰਿਡਕਸ਼ਨਿਜ਼ਮ ਦੀ ਸਮਝ ਹੈਗੀ, ਜਾਂ ਉਹਨੂੰ ਜਮਾਤ ਤੱਕ ਘਟਾਉਣਾ
जमात तक घटा के देखना उन्होंने जमात ज आर्थिक सिद्धांत तक घटा के देखना वर्ग विश्लेषण तक घटा के देखना जनू आर्थिक सिद्धांत तक जमात नूं घटा के देखना उत्थों तक वो सीमित ना रह जाए तो उन्हें जिहड़े फिर कल्चरल हैजमनी का कंसैप्ट लैके आता तो उहदे लई लोक बोध का कंसैप्ट सी जिहड़ा तो यह ग्रामशी का पूरा एक आपका सिद्धांत सीगा जिहड़ा कि ऑरगैनिक सीगा आपदे आपदे विच मौलिक सीगा उत्थों ही फिर अगों ये रणजीत गुहा ने लिया कंसैप्ट क्योंकि रणजीत गुहा का जिहड़ा गुरु सीगा वह मतलब कि ओदे राही मतलब कि अपना रणजीत गुहा तक आया ये कंसैप्ट रणजीत गुहा तो अगे फिर सबाल्टन स्कूल दे विच इह कंसैप्ट प्रचलित होया तां ये रणजीत गुहा दे प्रति बलजिंदर ने काफ़ी गल कर ली है सबाल्टन स्कूल दे लई पर एक होर जिहड़ी उहदे बराबर धारा सी उह स्पीवाक आई आउंदी जदों तां स्पीवाक ये कंसैप्ट नूं वरतदी आ तां स्पीवाक ये कंसैप्ट नूं पेशकारी प्रतिनिधता नाल जोड़दी आ रीप्रजेंटेशन नाल भी सबाल्टन जिहड़ा हैगा ए उहदा जिहड़ा मसला रीप्रजेंटेशन नाल आ सबाल्टन बोल नहीं सकता उन्हूं रीप्रजेंट नहीं किया जा सकता उन्हूं पैसा पेश किया जाता उन्हूं मतलब कि उन्हूं दूजा कोई पेश करता है मतलब कि उन्हूं रीप्रजेंटेशन नाल जोड़ती है जिथे ग्रैमशी आ ग्रैमशी उन्हूं जिहड़ा जोड़ता है उन्हूं वो हैजमनी नाल जोड़ता भी सबाल्टन जिहड़ा हुंदा वो मतलब कि जिहड़ियां सत्ताधारी धिर उन्हां दी प्रभु सत्ता दे अधीन हुंदा है पर जिहड़ी स्पीवाक आ उन्हूं रीप्रजेंटेशन नाल जोड़ती आ रीप्रजेंटेशन नाल जोड़ती हुई वह मसला पहला उठाउंदी आ भी की सबाल्टन बोल सकता है की सबाल्टन बोल सकता है कि सबाल्टन नूं पेश किया जा सकता है सा यह सवाल वड्डा भी की सबाल्टन नूं पेश किया जा सकता है तो सबाल्टन नूं क्योंकि जो असीं सबाल्टन नूं पेश करते हैं तो हमेशा ही एक विचोलगी हुंदी है क्योंकि सबाल्टन नूं असीं कदे भी पारदर्शी रूप में पेश नहीं कर सकते सानूं पता कि साडा जिहड़ा आपदा जिहड़ा साडी आपदी आइडियोलॉजी साडी आपदी विचारधारा है वह कदे ना कदे उहदे विच प्रवेश कर जांदी आ तां इहदे ते स्पीवाक ने भी काफ़ी लंबा चौड़ा लिखिया ते स्पीवाक दी भी काफ़ी आलोचना हुंदी आ फिर उस तों बाद ग्रैमशी दी भी आलोचना हुंदी आ तां उह चीज़ां दे विच आपां जाण तों बचना चाहुंदे क्योंकि टाइम अपने कोल घट आ तां पर स्पीवाक एक थां ते कहिंदी भी इस कंसैप्ट दा फायदा बड़ा है कंसैप्ट दा फायदा इस तरह भी इह बड़ा ही फलैक्सीबल टर्म आ इह बड़ी अंबरेला टर्म आ जिवें छतरी नुमा टर्म हुंदी आ तां बड़ी ही फलैक्सीबल टर्म आ ते इह फलैक्सीबल टर्म होण दे कारण इहनूं असीं लोकलाइज़ कर सकदे आ मतलब कि इहनूं किसे खित्ते दे विच जिवें पंजाब दे विच पावर रिलेशन की आ शक्ति संबंध की आ आपस दे विच उहनूं असीं उस खित्ते दीआं जिहड़ियां विलक्षण विशेषतावां ऐ उहदे विच शक्ति संबंध किवें आ फॉर एग्जाम्पल जिवें पंजाब दे विच ते भारत दे विच जिहड़ा दलित एक्सप्लाइटेशन दी पहलां गल कर रहे थे आ मेरे वीर तां उहदे च फर्क आ इक पंजाब दे विच ब्राह्मणवाद उस तरह नहीं हैगा पंजाब दे विच ब्राह्मणवाद जट हैजमनी जां जट सिख हैजमनी जिवें सिखिज़म नूं जिवें इंटरप्रेट जट हैजमनी दे थ्रू किया जाता उस तरीके नाल वो दलित क्लास दे उत्ते हैजमनी दे रूप विच काम करता है जिवें पिंडां दे विच तुसीं देखिया भी दो दो गुरद्वारे आ जां होर भी जमीन दा जिवें मसला सीगा पिंडां दे विच तां उहदे नाल असीं जो स्टीवो कहिंदी वी असीं नूं लोकलाइज़ कर सकदे आ इह कंसैप्ट इहना फलैक्सीबल आ ਤੇ ਉਹ ਫਲੈਕਸੀਬਲ ਕਨਸੈਪਟ ਹੋਣ ਦੇ ਕਾਰਨ ਇਹਦਾ ਇਹ ਫਾਇਦਾ ਦੂਜਾ ਫਾਇਦਾ ਵੀ ਆ ਨੁਕਸਾਨ ਵੀ ਆ ਨੁਕਸਾਨ ਇਹ ਆ ਵੀ ਅਸੀਂ ਇਹਨੂੰ ਬੜਾ ਖੁੱਲ੍ਹਾ ਡੁੱਲਾ ਵਰਤਦੇ ਹਾਂ ਅਤੇ ਵੈਲ ਡਿਫਾਈਨ ਨਹੀਂ ਕਰਦੇ ਹੈਗੇ ਜੇ ਤੁਸੀਂ ਵੈਲ ਡਿਫਾਈਨ ਨਹੀਂ ਕਰਦੇ ਗੇ ਤਾਂ ਉਦੋਂ ਕਦੇ ਨਾ ਕਦੇ ਸਾਡੀ ਵੀ ਪਹੁੰਚ ਬੜੀ ਇਲੀਟਿਸਟ ਹੀ ਹੋ ਜਾਂਦੀ ਹੈ ਵੀ ਅਸੀਂ ਮਤਲਬ ਉੱਤੋਂ ਗੱਲਾਂ ਕਰ ਜਾਂਦੇ ਪਰ ਇਹਨੂੰ ਅਸੀਂ ਸਪੈਸੀਫਿਕ ਉੱਥੋਂ ਦੇ ਜਿਹੜੇ ਪਾਵਰ ਰਿਲੇਸ਼ਨਸ ਆ ਜਦੋਂ ਅਸੀਂ ਉਹਨੂੰ ਦੇਖਣਾ ਹੁੰਦਾ ਹੈ ਤਾਂ ਉਹ ਨਹੀਂ ਦੇਖ ਪਾਉਂਦੇ ਕਿਉਂਕਿ ਸਬਾਲਟਨ ਦੇ ਵਿੱਚ ਵੀ ਜਦੋਂ ਬਲਜਿੰਦਰ ਨੇ ਪਹਿਲਾਂ ਗੱਲ ਕੀਤੀ ਵੀ ਸਬਾਲਟਨ ਦੇ ਵਿੱਚ ਵੀ ਬਹੁਤ ਜ਼ਿਆਦਾ ਕੁਛ ਅੰਗਰੇਜ਼ੀ 'ਚ ਲਿਖਿਆ ਗਿਆ ਅਤੇ ਜਿਹੜੇ ਇੱਥੋਂ ਦੇ ਜਿਹੜੇ ਥੱਲੇ ਜਿਹੜਾ ਲੋਕਲ ਦੇ ਪੱਧਰ 'ਤੇ ਜਿਹੜੀ ਰਿਸਰਚ ਹੋ ਰਹੀ ਹੈ ਜਿਹੜੀ ਹਿੰਦੀ ਦੇ ਵਿੱਚ ਲਿਖਿਆ ਜਾ ਰਿਹਾ ਜਾਂ ਪੰਜਾਬੀ 'ਚ ਲਿਖਿਆ ਜਾ ਰਿਹਾ ਉਹ ਕਦੇ ਨਾ ਕਦੇ ਦਰਕਨਾਰ ਰਹੀ ਤਾਂ ਉਹਦੇ ਵਿੱਚ ਜਿਹੜੀ ਮੇਰਾ ਜਿਹੜਾ ਹੁਣ ਇਹ ਪੂਰਾ ਦਾ ਪੂਰਾ ਆਪਣਾ ਕੇਂਦਰ ਹੈਗਾ ਉਹ ਪੰਜਾਬੀ ਨਾਵਲ ਹੋਊਗਾ ਅਤੇ ਮਾਡਰਨ ਪੰਜਾਬੀ ਜਿਹੜਾ 21ਵੀਂ ਸਦੀ 'ਚ ਪੰਜਾਬੀ ਨਾਵਲ ਲਿਖਿਆ ਜਾ ਰਿਹਾ ਉਹਦੇ ਵਿੱਚ ਮੈਂ ਦੇਸ਼ ਰਾਜ ਅਕਾਲੀ ਦੇ ਨਾਵਲਾਂ ਨੂੰ ਆਪਦੇ ਅਨੈਲਿਸਿਸ ਦਾ ਆਧਾਰ ਬਣਾਊਂਗਾ ਕਿ ਦੇਸ਼ ਰਾਜ ਅਕਾਲੀ ਦੇ ਨਾਵਲਾਂ ਦੇ ਵਿੱਚ ਜਿਹੜਾ ਸਬਾਲਟਨ ਧਿਰ ਹੈ ਉਹਨਾਂ ਦੀ ਰੀਪ੍ਰਜੈਂਟੇਸ਼ਨ ਕਿਵੇਂ ਹੋ ਰਹੀ ਆ ਦੇਸ਼ ਰਾਜ ਅਕਾਲੀ ਜਿਹੜਾ ਹੈਗਾ ਉਹ ਸਬਾਲਟਨ ਦਾ ਜਿਹੜਾ ਲੋਕ ਬੋਧ ਆ ਜਿਹੜਾ ਕੰਸੈਪਟ ਗ੍ਰਾਮਸ਼ੀ ਨੇ ਵਰਤਿਆ ਵੀ ਲੋਕ ਬੋਧ ਜਿਹੜਾ ਹੈਗਾ ਹੈ ਉਹ ਸਬਾਲਟਨ ਦਾ ਡੇ ਟੂ ਡੇ ਲਿਵਿੰਗ ਐਕਸਪੀਰੀਅੰਸ ਹੁੰਦਾ ਹੈ ਡੇ ਟੂ ਡੇ ਜਿਹੜਾ ਲਿਵਿੰਗ ਐਕਸਪੀਰੀਅੰਸ ਆ ਸਬਾਲਟਨ ਦਾ ਉਹਨੂੰ ਜਿਹੜਾ ਦੇਸ਼ ਰਾਜ ਅਕਾਲੀ ਉਹ ਕਿਵੇਂ ਪੇਸ਼ ਕਰ ਰਿਹਾ ਆਪਦੇ ਨਾਵਲਾਂ ਦੇ ਵਿੱਚ ਇਹਨੂੰ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਇਹ ਲੋਕ ਬੋਧ ਕਿਉਂਕਿ ਲੋਕ ਬੋਧ ਇੱਕ ਇਹੋ ਜਿਹੀ ਟਰਮ ਆ ਉਹ ਇਹੋ ਜਿਹਾ ਕੰਸੈਪਟ ਆ ਜਿਹੜਾ ਬੜਾ ਹੀ ਕੰਟਰਾਡਿਕਟਰੀ ਹੁੰਦਾ ਲੋਕ ਬੋਧ ਲੋਕ ਬੋਧ ਦੇ ਵਿੱਚ ਡੇ ਟੂ ਡੇ ਜਦੋਂ ਲੋਕ ਬੋਧ ਦੇ ਵਿੱਚ ਦਲਿਤ ਆਪਦੇ ਡੇ ਟੂ ਡੇ ਜਿਹੜੇ ਐਕਸਪਲਾਈਟੇਸ਼ਨ ਨੂੰ ਜਦੋਂ ਮਹਿਸੂਸ ਕਰਦਾ ਤਾਂ ਉਹਦੇ ਵਿੱਚ ਰਜਿਸਟੈਂਸ ਵੀ ਹੁੰਦੀ ਆ
ਉਹਦੇ ਵਿੱਚ ਅਧੀਨਗੀ ਵੀ ਹੁੰਦੀ ਆ, ਕਲਚਰਲ ਹੈਜਮਨੀ ਜਿਹੜੀ ਹੁੰਦੀ ਆ, ਤਾਂ ਉਹਨੂੰ ਉਹਦੇ 'ਚ ਡੇ ਟੂ ਡੇ ਉਹਦੇ ਇਨਕਾਊਂਟਰ ਹੁੰਦੇ ਨਿੱਕੇ ਨਿੱਕੇ, ਉਹਦੀਆਂ ਭਾਵਨਾਵਾਂ ਹੁੰਦੀਆਂ, ਉਹਨੂੰ ਨਾਵਲਕਾਰ ਨੇ ਫੜਨਾ ਹੁੰਦਾ ਹੈ। ਤਾਂ ਜਦੋਂ ਮੈਂ ਦੇਸਰਾਜ ਕਾਲੀ ਦੇ ਨਾਵਲਾਂ ਨੂੰ ਦੇਖ ਰਿਹਾ ਸੀਗਾ, ਤਾਂ ਦੇਸਰਾਜ ਕਾਲੀ ਬੜਾ ਹੀ ਐਕਟਿਵਿਸਟ ਆ, ਦਲਿਤ ਐਕਟਿਵਿਸਟ ਆ, ਪੱਤਰਕਾਰ ਆ, ਕਹਾਣੀਆਂ ਵੀ ਉਹਨਾਂ ਨੇ ਲਿਖੀਆਂ ਹੈ ਅਤੇ ਨਾਵਲ ਵੀ ਉਹਨਾਂ ਨੇ ਲਗਭਗ 5 ਦੇ ਕਰੀਬ ਨਾਵਲ ਲਿਖ ਚੁੱਕੇ ਆ ਉਹ। ਤਾਂ ਕਾਲੀ ਨੇ ਕੀ ਕੀਤਾ, ਕਾਲੀ ਸਭ ਤੋਂ ਪਹਿਲਾਂ ਕਾਲੀ ਜਿਹੜਾ ਕਿਉਂਕਿ ਪੰਜਾਬ ਦਾ ਜਦੋਂ ਅਸੀਂ ਦੇਖਦੇ ਹਾਂ ਤਾਂ ਪੰਜਾਬ ਦੇ ਵਿੱਚ ਲਗਭਗ 28% ਦੇ ਕਰੀਬ ਜੇ ਮੈਂ ਗਲਤ ਨਾ ਹੋਵਾਂ ਤਾਂ ਦਲਿਤ ਵਸੋਂ ਆ, ਤਾਂ ਉਹਦੇ ਵਿੱਚ ਵੀ ਏਰੀਆ ਟੂ ਏਰੀਆ ਫਰਕ ਆ, ਜਿਹੜਾ ਦੁਆਬੇ ਦਾ ਦਲਿਤ ਆ ਅਤੇ ਜਿਹੜਾ ਮਾਲਵੇ ਦਾ ਦਲਿਤ ਆ ਉਹਦੀ ਕੰਡੀਸ਼ਨ ਦੇ ਵਿੱਚ ਬਹੁਤ ਫਰਕ ਆ। ਜਿਹੜਾ ਦੁਆਬੇ ਦਾ ਦਲਿਤ ਆ ਕਿਉਂਕਿ ਦੁਆਬੇ ਦੇ ਵਿੱਚ ਆਹ ਧਰਮ ਮੂਵਮੈਂਟ ਰਹੀ ਹੈ, ਉਦੋਂ ਬਾਅਦ ਗਦਰ ਮੂਵਮੈਂਟ ਵੀ ਜਲੰਧਰ ਵਾਲੇ ਏਰੀਏ 'ਚ ਕਾਫੀ ਸਟਰੋਂਗ ਰਹੀ ਆ, ਤਾਂ ਉਦੋਂ ਬਾਅਦ ਇੱਕ ਦਲਿਤ ਚੇਤਨਾ ਸੀ ਜਾਂ ਇੱਕ ਦਲਿਤ ਮੋਬਲਾਈਜੇਸ਼ਨ ਸੀ ਪੜ੍ਹਾਈ ਦੇ ਕਾਰਨ, ਤਾਂ ਉਹ ਮਾਲਵੇ ਦੇ ਕਾਰਨ ਦੁਆਬੇ ਦੇ ਵਿੱਚ ਜ਼ਿਆਦਾ, ਮਾਲਵੇ ਦੇ ਮੁਕਾਬਲੇ। ਅਤੇ ਦੁਆਬੇ ਦੇ ਵਿੱਚ ਦੇਸਰਾਜ ਕਾਲੀ ਦੇ ਜਿਹੜੇ ਨਾਵਲ ਆ ਉਹ ਦੁਆਬੇ ਦੇ ਜਲੰਧਰ ਖਿੱਤਾ ਏ ਜਾਂ ਜਲੰਧਰ ਦੇ ਆਸ ਪਾਸ ਦੇ ਜਿਹੜੇ ਖਿੱਤੇ ਆ ਉਹਨਾਂ ਨੂੰ ਰੀਪ੍ਰਜੈਂਟ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਜਿਹੜੀ ਇਹਦੇ ਨਾਵਲ ਪਰਮੇਸ਼ਵਰੀ ਨਾਵਲ ਆਉਂਦਾ ਏ ਜਾਂ ਉਦੋਂ ਬਾਅਦ ਸ਼ਹਿਰ ਵਿੱਚ ਸਾਂਝ ਹੋਣ ਦਾ ਮਤਲਬ ਆਉਂਦਾ ਏ, ਅਤੇ ਉਦੋਂ ਬਾਅਦ ਹੋਰ ਵੀ ਨਾਵਲ ਆਉਂਦੇ ਜਿਵੇਂ ਸ਼ਾਂਤੀ ਪਰਵ ਆਉਂਦਾ, ਤਾਂ ਉਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਹੈਗਾ ਏ ਉਹ ਸ਼ਹਿਰ ਦਾ ਬਿੰਬ ਆ ਜਿਹੜਾ। ਹੁਣ ਸ਼ਹਿਰ ਦਾ ਬਿੰਬ ਜਿਵੇਂ ਇੱਕ ਸ਼ਹਿਰ ਵਿੱਚ ਸਾਂਝ ਹੋਣ ਦਾ ਮਤਲਬ ਜਾਂ ਹੋਰ ਵੀ ਜਿਹੜੇ ਬਿੰਬ, ਉਹ ਸ਼ਹਿਰ ਦਾ ਬਿੰਬ ਬਹੁਤ ਹੀ ਸ਼ਕਤੀਸ਼ਾਲੀ ਰੂਪ ਵਿੱਚ ਆਉਂਦਾ। ਹੁਣ ਸ਼ਹਿਰ ਅਤੇ ਦਲਿਤ ਦੇ ਜਿਹੜੇ ਸੰਬੰਧ ਰਹੇ ਆ ਉਹ ਸਾਨੂੰ ਦੇਖਣ ਦੀ ਲੋੜ ਆ, ਕਿਉਂਕਿ ਸ਼ਹਿਰ ਜਿਹੜਾ ਸੀਗਾ ਆਜ਼ਾਦੀ ਤੋਂ ਬਾਅਦ ਉਹ ਮਾਡਰਨਿਟੀ ਦਾ ਪ੍ਰਤੀਕ ਸੀਗਾ। ਸ਼ਹਿਰ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਗਦਾਨ ਦੇ ਵਿੱਚ ਜਦੋਂ ਉਹਦਾ ਪਾਤਰ ਸ਼ਹਿਰ ਜਾਂਦਾ ਤਾਂ ਉਹ ਸ਼ਹਿਰ ਫਿਲਮਾਂ ਦੇ ਵਿੱਚ ਵੀ, ਸਾਡੀਆਂ ਮੁੱਢਲੀਆਂ ਫਿਲਮਾਂ ਦੇ ਵਿੱਚ ਆਉਂਦਾ ਵੀ ਜਦੋਂ ਇੱਕ ਗਰੀਬ ਬੰਦਾ ਸ਼ਹਿਰ ਜਾਂਦਾ ਤਾਂ ਉਹ ਇੱਕ ਆਸ਼ਾ ਨਾਲ ਜਾਂਦਾ ਵੀ ਉੱਥੇ ਮੈਂ ਵਿਕਾਸ ਕਰੂੰਗਾ, ਮੈਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਮਿਲਣਗੇ। ਉਹ ਇੱਕ ਮਾਡਰਨਿਟੀ ਦਾ ਕੰਸੈਪਟ ਸੀਗਾ ਵੀ ਮਾਡਰਨਿਟੀ ਸੀ, ਆਧੁਨਿਕਤਾ ਸੀ, ਵੀ ਆਧੁਨਿਕਤਾ ਦੇ ਰਾਹਾਂ 'ਤੇ ਜਦੋਂ ਦਲਿਤ ਚੜੂਗਾ ਤਾਂ ਉਹਨੂੰ ਬਿਹਤਰ ਰੁਜ਼ਗਾਰ ਦੇ ਮੌਕੇ ਸ਼ਹਿਰ ਦੇ ਵਿੱਚ ਮਿਲਣਗੇ, ਉਹਦਾ ਵਿਕਾਸ ਹੋਊਗਾ, ਉਹ ਪੁਰਾਣੀਆਂ ਕਦਰਾਂ ਕੀਮਤਾਂ ਟੁੱਟੂਗਾ। ਪਰ ਦੇਸਰਾਜ ਕਾਲੀ ਕੀ ਕਰਦਾ ਆਪਦੇ ਨਾਵਲਾਂ ਦੇ ਵਿੱਚ, ਸ਼ਹਿਰ ਦਾ ਜਿਹੜਾ ਇਹ ਬਿੰਬ ਆ ਉਹਨੂੰ ਤੋੜਦਾ, ਸ਼ਹਿਰ ਦਾ ਬਿੰਬ ਜਿਹੜਾ ਬਣਾਇਆ ਹੋਇਆ ਜਿਹੜਾ ਮਾਡਰਨਿਟੀ ਜਿਹੜਾ ਕਲੋਨੀਅਲ ਮਾਡਰਨਿਟੀ ਤੋਂ ਬਾਅਦ ਜਿਹੜਾ ਪੂੰਜੀਵਾਦੀ ਜਿਹੜੀ ਵਿਵਸਥਾ ਹੈ ਉਹਦੇ ਵਿੱਚ ਜਿਹੜਾ ਸ਼ਹਿਰ ਉਹਦੇ ਬਿੰਬ ਨੂੰ ਲਗਾਤਾਰ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਹਦੇ ਵਿੱਚ ਉਹਦਾ ਜਿਹੜਾ ਮੈਂ ਪਾਤਰ ਆ, ਹੁਣ ਮੈਂ ਪਾਤਰ ਜਿਹੜਾ ਹੈਗਾ ਉਹ ਜਰਨਲਿਸਟ ਮੈਂ ਪਾਤਰ ਆ, ਉਹ ਲਗਭਗ ਪੂਰੇ ਨਾਵਲਾਂ ਦੇ ਵਿੱਚ ਟਰੈਵਲ ਕਰਦਾ ਹੈ। ਤਾਂ ਉਹ ਐਕਚੁਲੀ ਦੇਸਰਾਜ ਕਾਲੀ ਦਾ ਹੀ ਆਪਦਾ ਜਿਹੜਾ ਆਪਦਾ ਜੀਵਨ ਆ ਉਹਦਾ ਗਲਪੀ ਕਰਨਾ, ਉਹ ਉਹਨੂੰ ਉਹਦਾ ਅਜਨਬੀਕ੍ਰਿਤ ਕਰਕੇ ਉਹਨੂੰ ਆਪਣੇ ਨਾਵਲਾਂ ਦੇ ਵਿੱਚ ਲਗਾਤਾਰ ਪੇਸ਼ ਕਰਦਾ, ਕਿਉਂਕਿ ਜਿਹੜਾ ਕਦੇ ਨਾ ਕਦੇ ਜਿਹੜਾ ਦਲਿਤ ਦਾ ਜਿਹੜਾ ਭੋਗਿਆ ਹੋਇਆ ਐਕਸਪੀਰੀਅੰਸ ਆ ਉਹ ਅਜਮਣੀਕ੍ਰਿਤ ਹੋ ਕੇ ਉਹਦੇ ਨਾਵਲਾਂ ਦੇ ਵਿੱਚ ਪੇਸ਼ ਹੁੰਦਾ। ਕਿਉਂਕਿ ਜਿਹੜੀ ਨਾਵਲ ਦੀ ਵਿਧਾ ਹੈ, ਨਾਵਲ ਦੀ ਵਿਧਾ ਦੇ ਅੰਦਰ ਨਵੇਂ ਪ੍ਰਯੋਗ ਜਿਹੜੇ ਕਰਦਾ ਉਹ ਕਾਲੀ ਇੱਥੋਂ ਸ਼ੁਰੂ ਕਰਦਾ ਹੈ, ਕਿਉਂਕਿ ਕਾਲੀ ਦੇ ਜਿਹੜੇ ਬਾਕੀ ਨਾਵਲ ਆ ਉਹ ਵੀ ਪ੍ਰਯੋਗ ਧਰਮੀ ਆ ਅਤੇ ਇਹ ਵੀ ਪ੍ਰਯੋਗ ਧਰਮੀ ਨਾਵਲੀ ਆ ਬਾਕੀ ਲਗਭਗ ਸਾਰੀ। ਤਾਂ ਉਹਦੇ ਵਿੱਚ ਜਿਹੜਾ ਸ਼ਹਿਰ ਦਾ ਬਿੰਬ ਉਹ ਖੰਡਿਤ ਕਰਦਾ ਹੈ, ਅਤੇ ਸ਼ਹਿਰ ਦਾ ਬਿੰਬ ਖੰਡਿਤ ਕਰਦਾ ਜਦੋਂ ਤਾਂ ਉਹਦੇ ਵਿੱਚ ਉਹਦੇ ਪਹਿਲਾ ਨਾਵਲ ਜਿਹੜਾ ਹੈਗਾ ਇਹ ਪਰਮੇਸ਼ਵਰੀ ਨਾਵਲ ਹੈਗਾ ਜਿਹੜਾ, ਤਾਂ ਪਰਮੇਸ਼ਵਰੀ ਨਾਵਲ ਦੇ ਵਿੱਚ ਉਹ ਮਿੱਥ ਲੈਂਦਾ ਇੱਕ ਪਰਮੇਸ਼ਵਰੀ ਦੀ ਮਿੱਥ। ਪਰਮੇਸ਼ਵਰੀ ਇੱਕ ਮੂਰਤੀ ਆ, ਉਹ ਮੂਰਤੀ ਦੇ ਪੈਰਾਂ ਹੇਠ ਗਣਪਤੀ ਦਰੜਿਆ ਹੋਇਆ ਹੈ, ਗਣਪਤੀ ਉਹਦੇ ਪੈਰਾਂ ਦੇ ਹੇਠ ਦੜਿਆ ਹੋਇਆ ਹੈ, ਗਣਪਤੀ ਲਹੂ ਲਹਾਣ ਹੈ। ਅਤੇ ਇਹ ਪੂਰੀ ਜਿਹੜੀ ਮਿੱਥ ਆ ਇਹ ਮਿੱਥ ਦੇ ਵਿੱਚ ਜਦੋਂ ਅਸੀਂ ਇਹਨੂੰ ਦੁਬਾਰਾ ਜਦੋਂ ਉਹਨੂੰ ਘੋਖਣ ਦੀ ਮੈਂ ਕੋਸ਼ਿਸ਼ ਕੀਤੀ ਤਾਂ ਇਹ ਜਿਹੜੀ ਮਿੱਥ ਸੀ ਇਹ ਲੁਕਾਇਤ ਵਿੱਚੋਂ ਲਈ ਗਈ ਸੀ, ਲੁਕਾਇਤ ਜਿਹੜੀ ਦੇਵੀ ਪ੍ਰਸਾਦ ਦੀ ਜਿਹੜੀ ਕਿਤਾਬ ਆ, ਅਤੇ ਲੁਕਾਇਤ ਦੇ ਵਿੱਚ ਕੀ ਆਉਂਦਾ ਵੀ ਜਿਹੜੀ ਇਹ ਮਿੱਥ ਆ, ਮਿੱਥ ਦੇ ਵਿੱਚ ਜਿਹੜਾ ਗਣਪਤੀ ਆ, ਗਣਪਤੀ ਐਕਚੁਲੀ ਜਿਹੜਾ ਗਣੇਸ਼ ਆ, ਗਣੇਸ਼ ਐਕਚੁਲੀ ਜਨਜਾਤੀ ਦਲਿਤ ਦੇਵਤਾ ਸੀਗਾ, ਦਲਿਤ ਆਗੂ ਸੀ, ਗਣਪਤੀ ਦਾ ਨਾਂ ਹੀ ਹੁੰਦਾ ਗਣ ਦਾ ਨਾਇਕ। ਅਤੇ ਉਹ ਪੈਰਾਂ 'ਚ ਦਰੜਿਆ ਹੋਇਆ, ਪਰ ਦਰੜਨ ਤੋਂ ਬਾਅਦ ਵੀ ਉਹ ਜ਼ਖਮੀ ਹੋਣ ਤੋਂ ਬਾਅਦ ਸੰਘਰਸ਼ਸ਼ੀਲ ਆ, ਅਤੇ ਸੰਘਰਸ਼ਸ਼ੀਲ ਆ, ਪਰ ਉਦੋਂ ਬਾਅਦ ਕੀ ਹੁੰਦਾ ਜਿਵੇਂ ਜਿਵੇਂ ਦੇਵੀ ਪ੍ਰਸ਼ਾਦ ਕਹਿੰਦਾ ਵੀ ਜਿਵੇਂ ਜਿਵੇਂ ਜਨਜਾਤੀ ਸਮਾਜ ਤੋਂ ਵਰਗ ਅਤੇ ਜਾਤੀ ਆਧਾਰਿਤ ਸਮਾਜ ਬਣਦੇ, ਤਾਂ ਉਵੇਂ ਉਵੇਂ ਜਿਹੜੇ ਜਨਜਾਤੀ ਨਾਇਕ ਸੀ ਉਹਨਾਂ ਦਾ ਬ੍ਰਾਹਮਣੀਕਰਨ ਕਰ ਦਿੱਤਾ ਗਿਆ, ਜਿਹੜਾ ਗਣਪਤੀ ਦਲਿਤਾਂ ਦਾ
आद नायक सी ओह ब्राह्मणिकल देवता बन गया तो उसकी एक लंबी मतलब कि उसकी पूरी चर्चा है उस मैं जान तो संकोच करूँगा तो हुंदा कि इतने शक्तिशाली प्रतीक आ जिहड़ा उस नावल का मुख पात्र हुंदा है पाड़ा पाड़ा उस गणपति नूं गणपति की मूर्ति नूं आपदे कमरे दे विच स्थापित करता है मतलब कि बड़े शक्तिशाली प्रतीक आ भी आपदे कमरे दे विच उहदी मूर्ति नूं स्थापित करना तो वह कहना की चाह रहा भी जिहड़ी ये मूर्ति आ इह हुण आपदिया जड़ां आपदे इतिहास नूं फरोलण की लोड़ आ दूजी जिहड़ी गल हैगी भी ये नावल दे विच आउंदा है वो हैगी भी जिहड़ा दलित ज्ञान परंपरावां नूं खोजना भी दलित जिहड़ियां ज्ञान परंपरावां आ आपदियां वार वार इस नावल दे विच आउंदा है भी आपदे जठेरे पूजो आपदियां जड़ां नूं खोजो उहदा इक पात्र आ रावल रावल जिहड़ा डे टू डे लिविंग दे विच जदों रहिंदा है तां रावल जदों रहिंदा ते रावल उह उहदी जिहड़ी देह आ उह एक्चुअली साधी हुई आ समाजीकृत की हुई आ पर जदों असीं उहनूं जोगती रूप विच देशराजकाली वरतदा है तां देशराजकाली साए दी जोगत थ्रू यह दिखाता भी उन्हें व्यक्ति जो साया आता तो वह वार बार कहता आप जठेरे पूजो आपदिया जड़ा वल परतो आपदिया जड़ा देखो तो जड़ा की आ जड़ा आपका अल्टरनेटिव वैकल्पी ज्ञान परंपरावान है जिड़िया वार बार ये जेडे पूरे पात्र आपदिया मौखिक कथा कहानियां थ्रू मौखिक वृतांतों थ्रू मौखिक जिहड़ियां मिथ कथावां उन्हां दे थ्रू पेश करते भी ब्राह्मणिकल मिथिकल कथावां दे पैरल साडा आपदा मिथिकल आपदा साडा मिथिकल कथा कहानियां साडे मौखिक वृतांत हैगे आ जिवें सिद्ध चानो दी कृष्ण नाल लड़ाई आ हुण सिद्ध चानो दी कृष्ण नाल लड़ाई दे थ्रू की दिखाया गया भी किवें ब्राह्मणिकल आइडियोलॉजी दे विच धोखा षडयंत्र ते जे कोई आइडियोलॉजी उन्हां दे फिट नहीं बहिंदी ब्राह्मणिकल आइडियोलॉजी दे थ्रू तां उहनूं किवें खुंडा ते विकृत किया जाता है तो वह दिखाया गया है सिद्ध चानो की कथा दे विच भी किवें सिद्ध चानो नूं कृष्ण मल युद्ध दे विच हराउंदा है उहदी पत्नी दी सहायता दे नाल धोखा करके तो वह भी एक लंबी एक कथा है नावल दे विच जदों असीं पढ़ांगे तो इहदे विच तीजी गल जिहड़ी आउंदी नावल दे विच उह आंदा भी जिहड़ा बुद्धिजीवी आ जैविक बुद्धिजीवी जिहदी ग्रामशी गल करदा है तो जैविक बुद्धिजीवी की बहुत लोड़ आ दलितों के उत्थान लई दलितों की मुक्ति लई जैविक बुद्धिजीवी जिहड़ा हैगा है वह उहदा आपदे भाईचारे नाल आपदी जिहड़ी जमात नाल बड़ा ही डूंघा संबंध होना चाहिए घ्यो खिचड़ी वाला संबंध होना चाहिए जो ग्रैमशी आता भी बुद्धिजीवी आपदे आप नूं लोकां नालों लून ना समझे भी वह मिट्टी आ ते वह कितने लून आ मैं कितने उन्हां नाल ज़्यादा सुपीरियर हाँ तो वह बड़ी ही एक लोड़ आ जैविक संबंधा की तो यह नावल पूरे जैविक संबंध दिखाए गए जिवें नाई की गल आउंदी आ भी राजा नाई यार हुण जदों पाड़ा राजे नाई वल देखदा है तो राजे नाई दे मोढे उत्ते लाल परना हुंदा है राजा नाई किसी टाइम आ धर्म मूवमेंट च सरगर्म रहा हुंदा है तो जो कड़ाई दे विच खुरचना मारदा तो नाल कह वार वार कहिंदा हुंदा रंगाला लाल पगड़ा जां होर जिहड़े भी वह शब्द बोलदा धर्म मूवमेंट नाल संबंध जिहड़ा रहा उह तां उहनूं बड़ा ही स्पष्ट दिसण लग पैंदा सारा कुछ भी मेरे जिहड़े इह आले दुआले जिहड़े पात्र फिर रहे आ इह पात्रां दा जिहड़ा लोक बोध है इहदे विच बहुत सारियां पॉजिटिव चीज़ां है बहुत सारियां मतलब इहदे विच एक प्रोग्रेसिव जिहड़ियां चीज़ां है पर लोड़ इहनां नूं ऑर्गेनाइज करन दी आ इहनां प्रोग्रेसिव चीज़ां नूं एक लाइन दे विच सेध देण दी आ पाड़ा हुण पाड़ा उहो ही काम करन दी कोशिश करदा है आपदियां जड़ां नूं खोजण दी कोशिश करदा है उसे विच ही फिर संत लौंकादास दा ते संत ब्रह्मदास दा वरतांत आ जांदा ब्रह्मदास दा जिहड़ा डेरा है फलौर दे विच आ मैनूं वी जाण दा मौका मिलिया उत्थे डेरे दे विच ते आम तौर ते साडे विच मतलब कि कंसैप्ट हैगा वी डेरे जिहड़े हैगे आ मतलब कि उह बड़े ही नैगेटिव जां आपणो कह लो वी अंध विश्वास फैलाउंदे आ जां उह सत्ता दी कठपुतली दे तौर ते वरते जांदे आ पर जदों मैं उत्थे गया है डेरा ब्रह्मदास दे विच मैं देसराज काली नाल भी गल कीती तां डेरा ब्रह्मदास दा बड़ा ही इतिहास दे विच प्रोग्रेसिव योगदान दिया पहला चश्ती खानदान संबंधित सन तां जदों फिर इधर आउंदे आ ते इधर भी उह दलितां दे लई बड़ा बहुत काम करदे आ उहनां दे कहिण ते अंबेदकर साहब लुधियाणे आउंदे आ ते डेरा ब्रह्मदास के उत्ते ही फिर जिहड़ा अकाली जी दे जिहड़े हुंदे आ फादर साहब हुंदे उच्च जांदे आ तां उत्थों ही उह ब्रह्मदास जी वार वार कहिंदे हुंदे भी आपदे बच्चों नूं पढ़ाओ पढ़ाउण नाल ही तुहाडी मुक्ति आ
ਵਿੱਦਿਆ ਜਿਹੜੀ ਵਿੱਦਿਆ ਨਾਲ ਹੀ ਤੁਹਾਡੀ ਮੁਕਤੀ ਆ ਤੇ ਆਪਦੇ ਲੋਕਾਂ ਦੇ ਲਈ ਕੰਮ ਆਓ। ਮਤਲਬ ਕਿ ਜਿਹੜੀ ਵਿੱਦਿਆ ਉਹਨੂੰ ਆਪਦੇ ਵਿਅਕਤੀਗਤ ਵਿਕਾਸ ਲਈ ਨਾ ਵਰਤੋ। ਇਹ ਨਾਵਲ ਦੇ ਵਿੱਚ ਵੀ ਬ੍ਰਹਮਦਾਸ ਜੀ ਕਹਿੰਦੇ ਆ ਵੀ ਜਿਹੜੀ ਦਲਿਤ ਜਾਂ ਸਬਾਲਟਰਨ ਜਿਹੜਾ ਧਿਰ ਹੈਗੀ ਆ ਉਹਦੇ ਜਿਹੜੇ ਬੁੱਧੀਜੀਵੀ ਹੋਣਗੇ ਆਪਦੇ ਵਿਅਕਤੀਗਤ ਵਿਕਾਸ ਲਈ ਨਹੀਂ ਵਰਤਣਗੇ। ਉਹਨਾਂ ਦਾ ਜਿਹੜਾ ਮਕਸਦ ਆ ਉਹ ਹੈਗੇਲੀਅਨ ਜਮਾਤ ਵਾਂਗੂ ਮੱਧ ਵਰਗ ਬਣ ਕੇ ਤੇ ਸ਼ਹਿਰਾਂ ਦੇ ਵਿੱਚ ਮਤਲਬ ਕੰਜ਼ਿਊਮਰ ਕਲਚਰ ਦੇ ਵਿੱਚ ਖਪਤ ਹੋਣਾ ਨਹੀਂ ਗਾ। ਉਹਨਾਂ ਦਾ ਮਕਸਦ ਆਪਦੇ ਭਾਈਚਾਰੇ ਦੇ ਲਈ ਕੰਮ ਕਰਨਾ, ਆਪਦੇ ਭਾਈਚਾਰੇ ਤੋਂ ਸਿੱਖਣਾ। ਜਿਵੇਂ ਸਟੀਵ ਹੋਕ ਆਉਂਦੀ ਆ ਵੀ ਹਾਊ ਟੂ ਲਰਨ ਫਰੋਮ ਸਬਾਲਟਰਨ, ਕੇਵਲ ਸਬਾਲਟਰਨ ਲਈ ਬੋਲਣਾ ਨਹੀਂ ਗਾ, ਉਹ ਤੋਂ ਸਿੱਖਣਾ ਵੀ ਆ, ਉਹਦੇ ਡੇ ਟੂ ਡੇ ਐਕਸਪੀਰੀਅੰਸ ਤੋਂ ਸਿੱਖਣਾ ਵੀ ਆ। ਤਾਂ ਉਹ ਇਸ ਨਾਵਲ ਦੇ ਵਿੱਚ ਵੀ ਵਾਰ ਆਉਂਦਾ ਵੀ ਕਿਵੇਂ ਜਿਹੜਾ ਪਾੜਾ ਹੈਗਾ ਏ ਪਾੜਾ ਆਪਦੇ ਪੁਰਖਿਆਂ ਚੋਂ ਆਪਦੇ ਵਡੇਰਿਆਂ ਤੋਂ ਕਿਵੇਂ ਸਿੱਖਦਾ, ਉਹਨਾਂ ਦੀਆਂ ਮਿੱਥਾਂ ਤੋਂ, ਉਹਨਾਂ ਦੇ ਅਲਟਰਨੇਟਿਵ ਜਿਹੜਾ ਗਿਆਨ ਭੰਡਾਰਾਂ ਤੋਂ ਸਿੱਖਦਾ ਹੋਇਆ ਕਿਵੇਂ ਉਹਨੂੰ ਇੱਕ ਤਰਤੀਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਦੇ ਜਿਹੜੇ ਫਲਸਫੇ ਨੂੰ ਜਾਂ ਆਪਦੇ ਜਿਹੜੇ ਅਲਟਰਨੇਟਿਵ ਫਲਸਫੇ ਨੂੰ, ਵਿਕਲਪੀ ਫਲਸਫੇ ਨੂੰ। ਤਾਂ ਇਹ ਪਰਮੇਸ਼ਵਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਮਤਲਬ ਕਿ ਉਹ ਰੀਪ ਗੱਲਾਂ ਆਉਂਦੀਆਂ। ਉਦੋਂ ਬਾਅਦ ਜਿਹੜਾ ਉਹਦਾ ਅਗਲਾ ਨਾਵਲ ਆ ਸ਼ਾਂਤੀ ਪਰਵ, ਹੁਣ ਸ਼ਾਂਤੀ ਪਰਵ ਜਿਹੜਾ ਨਾਵਲ ਹੈਗਾ ਏ, ਹੁਣ ਇਹਦੇ ਇਹਦੇ ਤੇ ਵੀ ਦੇਖਿਆ ਜਾਵੇ ਤਾਂ ਇਹ ਵੀ ਬੜਾ ਪ੍ਰਯੋਗ ਧਰਮੀ ਨਾਵਲ ਆ। ਡਾਕਟਰ ਸਰਬਜੀਤ ਨੇ ਵੀ ਇਹਨਾਂ ਤੇ ਲੰਮੇ ਕਮੈਂਟ ਕੀਤੇ ਆ। ਡਾਕਟਰ ਸਰਬਜੀਤ ਦੇ ਅਨੁਸਾਰ ਇਹ ਜਿਹੜੇ ਨਾਵਲ ਆ ਇਹ ਮਤਲਬ ਜਿਹੜੀ ਸਾਡੀ ਜਿਹੜੀ ਨਾਵਲ ਦੀ ਜਿਹੜੀ ਪਹਿਲਾਂ ਦੀ ਪਰੰਪਰਾ ਜੀ ਜਿਹੜੀ ਬਹੁਤ ਸਾਰੀ ਲੋਕਾਚ ਦੇ ਰੀਅਲਿਸਟ ਜਿਹੜਾ ਲੋਕਾਚੀਅਨ ਪਰੰਪਰਾ ਏ ਉਹਦੇ ਵਿੱਚ ਜਿਹੜੀ ਯਦਾਰਥਵਾਦੀ ਜਿਹੜੀ ਸਾਡੇ ਨਾਵਲ ਦੀ ਪਰੰਪਰਾ ਏ ਵੀ ਨਾਵਲ ਨੂੰ ਯਦਾਰਥਵਾਦੀ ਰਚਨਾ ਦ੍ਰਿਸ਼ਟੀ ਤੋਂ ਤੇ ਰਚਨਾ ਵਸਤੂ ਤੋਂ, ਯਦਾਰਥਵਾਦੀ ਦ੍ਰਿਸ਼ਟੀ ਤੋਂ ਜਿਹੜਾ ਘੜਨ ਦੀ ਜਿਹੜੀ ਪਰੰਪਰਾ ਰਹੀ ਆ ਉਹਨੂੰ ਤੋੜਦਾ ਏ ਨਾਵਲ। ਇਹ ਡਾਕਟਰ ਸਰਬਜੀਤ ਸਿੰਘ ਦਾ ਕਹਿਣਾ ਏ। ਤਾਂ ਲਗਭਗ ਮੈਂ ਵੀ ਉਹਨਾਂ ਦੀ ਇਸ ਧਾਰਨਾ ਨਾਲ ਸਹਿਮਤ ਹਾਂ ਬਈ ਇਹ ਜਿਹੜਾ ਨਾਵਲ ਆ ਉਸ ਪਰੰਪਰਾ ਤੋਂ ਬਾਹਰ ਆ। ਇਹ ਇੱਕ ਬਈ ਮਤਲਬ ਮੈਟਾ ਗਲਪ ਕਹਿ ਸਕਦੇ ਅਸੀਂ, ਕਿਉਂਕਿ ਮੈਟਾ ਗਲਪ ਆ ਇਹਦੇ ਵਿੱਚ ਤੁਹਾਨੂੰ ਇੱਕ ਪੂਰਾ ਸੰਗਠਿਤ ਪਲੋਟ ਨਹੀਂ ਮਿਲਣਾ। ਪਲੋਟ ਬੜਾ ਹੀ ਵਿਖੰਡਿਤ ਹੋਊਗਾ, ਟੁੱਟਿਆ ਹੋਊ ਪਲੋਟ ਹੋਊਗਾ, ਏਕੀਕ੍ਰਿਤ ਪਲੋਟ ਨਹੀਂ ਹੋਊਗਾ। ਪਲੋਟ ਜਦੋਂ ਕੋਈ ਇਹਨੂੰ ਪਾਠਕ ਪੜ੍ਹਨ ਦੀ ਕੋਸ਼ਿਸ਼ ਕਰੂਗਾ ਤਾਂ ਉਹਨੂੰ ਕੋਈ ਬੱਜਵਾਂ ਪਲੋਟ ਨਹੀਂ ਮਿਲਣਾ, ਨਾ ਹੀ ਪਾਠਕ ਨੂੰ ਕੋਈ ਕਹਾਣੀ ਰਸ ਮਿਲੂਗਾ ਇਹਨਾਂ ਦੇ ਨਾਵਲਾਂ ਦੇ ਵਿੱਚ, ਕਾਲੀ ਦੇ ਨਾਵਲਾਂ 'ਚ ਨਾ ਉਹਨੂੰ ਕੋਈ ਬੱਜਵਾਂ ਪਲੋਟ ਮਿਲੂਗਾ, ਨਾ ਉਹਨੂੰ ਕੋਈ ਕਹਾਣੀ ਰਸ ਮਿਲੂਗਾ। ਪਾਠਕ ਨੂੰ ਆਪ ਬੌਧਿਕ ਮੁਸ਼ਕਤ ਕਰਨੀ ਪਊਗੀ ਕਾਲੀ ਦੇ ਨਾਵਲਾਂ 'ਚ। ਤਾਂ ਉਹ ਆਪ ਸਿੱਧੇ ਤੌਰ 'ਤੇ ਹੀ ਮੈਟਾ ਗਲਪ ਦੀ ਇਹ ਖੂਬਸੂਰਤੀ ਹੁੰਦੀ ਆ ਵੀ ਉਹ ਸਿੱਧੇ ਤੌਰ 'ਤੇ ਹੀ ਮੈਟਾ ਗਲਪ ਦੇ ਵਿੱਚ ਪਾਠਕ ਨੂੰ ਸੰਬੋਧਿਤ ਹੋ ਲਿਆ ਜਾਂਦਾ ਹੈ ਵੀ ਪਾਠਕ ਨੂੰ ਸਿੱਧਾ ਹੀ ਕਹਿ ਦਿੱਤਾ ਜਾਂਦਾ ਵੀ ਆਹ ਪਾਠਕ ਦੀ ਨਾਵਲ ਦੀ ਰਚਨਾ ਪ੍ਰਕਿਰਿਆ ਚੱਲ ਰਹੀ ਆ, ਤੂੰ ਇਹ ਰਚਨਾ ਪ੍ਰਕਿਰਿਆ ਦੇ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਹੋ ਜਾ, ਐਂ ਕਰਕੇ ਤੈਨੂੰ ਇੱਥੇ ਇੱਥੇ ਜਾਣਾ ਪੈਣਾ ਹੈ ਅਤੇ ਇਹ ਨਾਵਲ ਦਾ ਇਹ ਪੂਰਾ ਘੇਰਾ ਹੈ, ਤੈਨੂੰ ਆਪ ਮਿਹਨਤ ਕਰਨੀ ਪੈਣੀ। ਜਿਵੇਂ ਬ੍ਰੈਕਟ ਦੇ ਐਪਿਕ ਥੀਏਟਰ ਦੇ ਵਿੱਚ ਆਉਂਦਾ ਹੈ ਵੀ ਉਹ ਇੱਕ ਜਿਹੜਾ ਸਾਹਿਤਕ ਜਿਹੜਾ ਸਾਹਿਤਕ ਜਿਹੜਾ ਭਰਮ ਹੁੰਦਾ ਹੈ ਉਹਨੂੰ ਤੋੜਿਆ ਜਾਂਦਾ ਵੀ ਇਹ ਕੋਈ ਇਹ ਮਤਲਬ ਕਿ ਇੱਕ ਨਾਵਲ ਜਿਹੜਾ ਰਚਿਆ ਜਾ ਰਿਹਾ ਹੈ, ਮਤਲਬ ਕਿ ਕੋਈ ਉਸ ਤਰ੍ਹਾਂ ਦੀ ਹੂਬ ਹੂ ਕੋਈ ਜ਼ਿੰਦਗੀ ਦੀ ਤਸਵੀਰ ਨਹੀਂ, ਇਹ ਨਾਵਲ ਹੀ ਰਚਿਆ ਜਾ ਰਿਹਾ ਹੈ। ਤਾਂ ਉਹ ਇਸ ਤਰ੍ਹਾਂ ਦੀ ਹੈ ਜਿਹੜਾ ਇਹਦੀ ਰਚਨਾ ਹੈ, ਰਚਨਾ ਸੰਸਾਰ ਆ ਅਕਾਲੀ ਦਾ। ਉਹਦੇ ਵਿੱਚ ਜਿਹੜਾ ਸ਼ਾਂਤੀ ਪਰਵ ਆ ਉਹ ਹੁਣ ਪੇਜ ਦੇ ਦੋ ਹਿੱਸੇ ਕਰ ਦਿੰਦਾ ਹੈ ਇਸ ਨਾਵਲ ਦੇ ਵਿੱਚ। ਉੱਪਰਲੇ ਹਿੱਸੇ ਦੇ ਵਿੱਚ ਉਹੀ ਅਕਾਲੀ ਦੀ ਆਪਦੀ ਜਰਨਲਿਸਟ ਜਿਹੜਾ ਪਾਤਰ ਆ ਉਹਦੀ ਜਿਹੜੀ ਵਿਅਕਤੀਗਤ ਜ਼ਿੰਦਗੀ ਆ ਉਹ ਚੱਲਦੀ ਆ, ਥੱਲੇ ਤਿੰਨ ਨੈਰੇਟਿਵ ਤਿੰਨ ਪ੍ਰਵਚਨ ਚੱਲਦੇ ਆ ਥੱਲੇ, ਲੈਫਟਿਸਟ ਪ੍ਰਵਚਨ, ਪ੍ਰੋਫੈਸਰ ਜੌਹਲ ਦੀ ਬੁੜਬੁੜ ਅਕੈਡਮਿਕ ਪ੍ਰਵਚਨ ਤੇ ਭਾਗਮਲ ਦੀ ਬੁੜਬੁੜ ਬੁੜਬੁੜ। ਹੁਣ ਬੁੜਬੁੜ ਕਿਹਾ ਗਿਆ ਇਹਨਾਂ ਨੂੰ, ਉੱਪਰਲੇ ਪਾਸੇ ਕਹਾਣੀ ਚੱਲ ਰਹੀ ਆ ਨਾਵਲ ਦੀ, ਥੱਲੇ ਤਿੰਨ ਕਮੈਂਟਰੀ ਚੱਲ ਰਹੀ ਆ ਉੱਪਰਲੇ ਦੇਸ਼ ਦੀਆਂ ਕੰਡੀਸ਼ਨ ਦੇ ਉੱਤੇ, ਦੇਸ਼ ਦੀਆਂ ਕੰਡੀਸ਼ਨ ਕੀ ਆ, ਆਜ਼ਾਦੀ ਦੇ ਟਾਈਮ ਆਜ਼ਾਦੀ ਜਦੋਂ ਮਿਲ ਰਹੀ ਸੀ ਉਦੋਂ ਕੀ ਸੀ, ਉਦੋਂ ਦਲਿਤਾਂ ਦੀ ਕੀ ਕੰਡੀਸ਼ਨ ਸੀ, ਉਦੋਂ ਆਮ ਲੋਕਾਂ ਦੀ ਕੀ ਕੰਡੀਸ਼ਨ ਸੀ, ਤੇ ਉੱਪਰਲੇ ਪਾਸੇ ਇੱਕ ਸਟੋਰੀ ਚੱਲ ਰਹੀ ਆ। ਹੁਣ ਸ਼ਾਂਤੀ ਪਰਵ ਆ ਜਿਹੜਾ, ਸ਼ਾਂਤੀ ਪਰਵ ਮਹਾਭਾਰਤ ਦਾ ਇੱਕ ਅਧਿਆਇ ਆ, ਆਖਰੀ ਪਰਵ ਜਿਹਨੂੰ ਕਿਹਾ ਜਾਂਦਾ, ਜਿਹਦੇ ਵਿੱਚ ਪੂਰਾ ਯੁੱਧ ਹੋ ਹਟਦਾ ਹੈ। ਤਾਂ ਜੋ ਯੁੱਧ ਹੋ ਹਟਣ ਤੋਂ ਬਾਅਦ ਉਸ ਯੁੱਧ ਨੂੰ ਸ਼ਾਂਤੀ ਪਰਵ ਦੇ ਵਿੱਚ ਜਸਟੀਫਾਈ ਕੀਤਾ ਗਿਆ ਵੀ ਜਿਹੜਾ ਕੁਛ ਵੀ ਹੋਇਆ ਹੈ, ਜਿਹੜਾ ਕੁਛ ਵੀ ਇਹ ਘਟਿਆ ਹੈ, ਇਹ ਸਹੀ ਘਟਿਆ, ਇਹ ਇਸ ਤਰ੍ਹਾਂ ਹੀ ਹੋਣਾ ਸੀ ਇਹ, ਤੇ ਉਹਨੂੰ ਜਸਟੀਫਾਈ ਕੀਤਾ ਗਿਆ, ਹਿੰਸਾ ਨੂੰ ਜਸਟੀਫਾਈ ਕੀਤਾ ਗਿਆ, ਵਾਇਲੈਂਸ ਨੂੰ ਜਸਟੀਫਾਈ ਕੀਤਾ ਗਿਆ। ਤੇ ਉੱਪਰਲੇ ਪਾਸੇ ਕਹਾਣੀ ਚੱਲ ਰਹੀ ਜਿਹਦੇ ਵਿੱਚ ਵਾਇਲੈਂਸ ਆ, ਜਿਹਦੇ ਵਿੱਚ ਧੱਕਾ ਹੈ, ਜਿਹਦੇ ਵਿੱਚ ਲੋਕਾਂ ਦਾ ਭੇਦਭਾਵ ਹੋ ਰਿਹਾ ਹੈ। ਉੱਪਰਲੇ ਪਾਸੇ ਕਹਾਣੀ ਹੈ, ਜੇ ਤੁਸੀਂ ਨਾਵਲ ਪੜੋਂਗੇ ਤਾਂ ਤੁਹਾਨੂੰ ਉਹ ਸਿੱਧੇ ਤੌਰ 'ਤੇ ਕਿਹਾ ਗਿਆ ਵੀ ਪਾਠਕ ਨੂੰ ਰਿਲੇਟ ਕਰਨਾ ਪੈਣਾ, ਪਾਠਕ ਨੂੰ ਬੌਧਿਕ ਮੁਸ਼ਕਤ ਕਰਨੀ ਪੈਣੀ ਆ ਥੱਲੇ ਜਿਹੜੀ ਕਮੈਂਟਰੀ ਆ ਉਹਦੇ ਨਾਲ। ਤਾਂ ਉਹਦੇ ਵਿੱਚ ਕੀ ਆਉਂਦਾ ਹੈ, ਉਹਦੇ ਵਿੱਚ ਵੀ ਅਕਾਲੀ ਭਾਗਮਲਮਲ ਦੀ ਬੁੜਬੜ ਦੇ ਥਰੂ ਦਲਿਤ ਜਿਹੜਾ ਹੈਗਾ, ਦਲਿਤ ਇਤਿਹਾਸ ਨੂੰ ਅਗਰ ਭੂਮੀ ਦੇ ਵਿੱਚ ਲੈ ਕੇ ਆਉਂਦਾ ਹੈ। ਉਹਦੇ ਵਿੱਚ ਮੈਂ ਸਿਰਫ ਇੱਕ ਹੀ ਉਦਾਹਰਨ ਦੇਊਂਗਾ, ਬਹੁਤ ਲੰਬੀ ਚੌੜਾ ਮੇਰੇ ਕੋਲ ਆਰਟੀਕਲ ਲਿਖਿਆ ਹੋਇਆ। ਤਾਂ ਉਹਦੇ ਵਿੱਚ ਇੱਕ ਅਲਟਰਨੇਟਿਵ ਜਿਹੜੀ ਫੋਕਲੋਰ ਆ, ਕਿਉਂਕਿ ਸਾਡੀ ਜਿਹੜੀ ਫੋਕਲੋਰ ਆ ਬੜੀ ਕਿਸਾਨੀ ਕੇਂਦਰਿਤ ਰਹੀ ਆ, ਦਲਿਤ ਫੋਕਲੋਰ ਕੀ ਸੀ, ਤਾਂ ਉਹਦੇ ਵਿੱਚ ਇੱਕ ਭਾਗ ਮਲਮਲ ਕਹਿੰਦਾ ਵੀ ਜਿਹੜੀਆਂ ਸਿੱਖ ਮਿਸਲਾਂ ਦੇ ਟਾਈਮ
ਜਿਹੜੀ ਸਾਡੀ ਜਿਹੜੀ ਕਮਿਊਨਿਟੀ ਸੀ ਚਮਿਆਰ ਕਮਿਊਨਿਟੀ, ਕਿਉਂਕਿ ਭਾਗਮਲ ਇੱਕ ਰੀਅਲ ਕਰੈਕਟਰ ਆ ਤੇ ਉਹ ਉਸ ਟਾਈਮ ਜਿਹੜੀਆਂ ਮਿਸਲਾਂ ਦੇ ਟਾਈਮ ਜਿਹੜੇ ਕਿਲ੍ਹੇ ਬਣੇ ਤਾਂ ਉਹ ਕਿਲ੍ਹਿਆਂ ਦੀਆਂ ਜਿਹੜੀਆਂ ਨਾਨਕ ਸ਼ਾਹੀ ਇੱਟਾਂ ਸੀਗੀਆਂ ਉਹ ਚਮਿਆਰ ਕਮਿਊਨਿਟੀ ਥੱਪਦੀ ਰਹੀ ਆ। ਇਹ ਮਤਲਬ ਕਿ ਅਕਾਲੀ ਦੇ ਨਾਵਲ ਦੇ ਵਿੱਚ ਆਉਂਦਾ ਹੈ, ਪੂਰਾ ਲਿਖੇ ਹੋਏ ਰੂਪ ਵਿੱਚ ਆਉਂਦਾ ਹੈ। ਤੇ ਉਦੋਂ ਬਾਅਦ ਥੱਲੇ ਉਹ ਇੱਕ ਲੋਕ ਗੀਤ ਦਿੰਦਾ ਹੈ, ਚੱਕ ਆਟਾ ਪੀਣ ਦੇ ਗੀਤ, ਚੱਕੀ ਪੀਣ ਦੇ ਗੀਤ ਦੇ ਵਿੱਚ ਵੀ ਤੇਰੇ ਘੋੜਿਆਂ ਲਈ ਆਟਾ ਦਲਦੀ ਵੇ ਰਣਜੀਤ ਸਿਆ, ਹਨਾ ਕਿ ਕੰਟਰੋਵਰਸ਼ੀਅਲ ਹੈ ਵੀ, ਮਤਲਬ ਕਿ ਫੋਕਲੋਰ ਨੂੰ ਅਸੀਂ ਕਿਵੇਂ ਇੱਕ ਸੰਬੰਧਿਤ ਕਰ ਸਕਦੇ ਹਾਂ, ਪਰ ਉਹਦਾ ਕਹਿਣਾ ਬਈ ਜਿਹੜੀਆਂ ਨਾਨਕ ਸ਼ਾਹ ਇੱਟਾਂ ਉਹ ਸਾਡੀ ਕਮਿਊਨਿਟੀ ਥੱਪਦੀ ਸੀਗੀ। ਤੇ ਉਦੋਂ ਬਾਅਦ ਉਹ ਇਸ ਤਰ੍ਹਾਂ ਉਹ ਆਪਦੇ ਭਾਈਚਾਰੇ ਦੇ ਇਤਿਹਾਸ ਦੀਆਂ ਪੈੜਾਂ ਨੱਪਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਸ਼ਾਂਤੀ ਪਰਵ ਨਾਵਲ ਦੇ ਨਾਲ ਹੀ ਉਹਦਾ ਇੱਕ ਹੋਰ ਨਾਵਲ ਆ ਜਿਹੜਾ ਨਵਾਂ ਨਾਵਲ ਆਇਆ ਹੈ, ਤਸੀਹੇ ਕਦੇ ਬੁੱਢੇ ਨਹੀਂ ਹੁੰਦੇ, ਇਹਦੇ ਵਿੱਚ ਉਹ 8 ਤਸੀਹਿਆਂ ਦੀ ਗੱਲ ਕਰਦਾ ਹੈ। ਤਾਂ ਇਹਦੇ ਵਿੱਚ ਉਹਨੇ ਕਿਸਾਨੀ ਦੀ ਗੱਲ ਕੀਤੀ ਆ ਤੇ ਕਿਸਾਨੀ ਦੇ ਨਾਲ, ਛੋਟੀ ਕਿਸਾਨੀ ਦੇ ਨਾਲ ਖੇਤ ਮਜ਼ਦੂਰ, ਦਲਿਤ ਖੇਤ ਮਜ਼ਦੂਰ ਆ ਉਹਦੀ ਗੱਲ ਕੀਤੀ ਆ। ਤਾਂ ਇਹਨੇ ਇਹ ਵੀ ਇੱਕ ਮੈਟਾ ਗਲਪ ਰਚਨਾ ਹੈ, ਕਿਉਂਕਿ ਇਹ ਸੰਬੋਧਨ ਹੈ ਐਲੀ ਵਾਈਜ਼ਲ ਨੂੰ। ਐਲੀ ਵਾਈਜ਼ਲ ਬੜਾ ਮਸ਼ਹੂਰ ਨਾਵਲਕਾਰ, ਤਾਂ ਉਹਨੇ ਰਾਤ ਦੁਰਘਟਨਾ ਵਰਗੇ ਨਾਵਲ ਲਿਖੇ। ਤਾਂ ਉਹਨੇ ਜਿਹੜੇ ਯਹੂਦੀਆਂ ਦੇ ਜਿਹੜੇ ਤਸੀਹਾ ਕੈਂਪ ਬਣਾਏ ਗਏ ਸੀਗੇ ਹਿਟਲਰ ਦੁਆਰਾ, ਤਾਂ ਉਹਦੇ ਸੰਬੰਧ ਦੇ ਵਿੱਚ ਉਹਨੇ ਨਾਵਲ ਲਿਖੇ ਸੀ ਵੀ ਉੱਥੇ ਉਹ ਕਿਵੇਂ ਆਪਦਾ ਜੀਵਨ ਭੋਗ ਰਹੇ ਸੀ, ਕਿਵੇਂ ਉਹਨਾਂ ਨਾਲ ਧੱਕਾ ਹੋਇਆ, ਤਸੀਹੇ ਹੋਏ। ਤਾਂ ਉਹਨੇ ਕਿਹਾ ਵੀ ਤਸੀਹੇ ਇਕੱਲੇ ਤੁਹਾਡੇ ਕੈਂਪਾਂ ਦੇ ਵਿੱਚ ਨਹੀਂ ਹੋਏ, ਤੁਹਾਡੇ ਨਾਲ ਉਹ ਮਾੜੇ ਤਸੀਹੇ ਜਿਹੜੇ ਅਸੀਂ ਜੁਗਾਂ ਜੁਗਾਂ ਤੋਂ ਸਹਿ ਰਹੇ ਹਾਂ, ਅਸੀਂ ਉਸ ਟਾਈਮ ਤੋਂ ਸਹਿ ਰਹੇ ਹਾਂ ਆਦਕਾਲ ਤੋਂ, ਜਿਹੜੇ ਦਲਿਤ ਆ, ਦਲਿਤ ਲਗਾਤਾਰ ਹੀ ਇਹ ਤਸੀਹੇ ਐਵਰੀਡੇ ਲਾਈਫ 'ਤੇ ਸਹਿੰਦੇ ਆ। ਜਿਵੇਂ ਉਹਦੇ ਵਿੱਚ ਨਾਵਲ ਦੇ ਵਿੱਚ ਇੱਕ ਨੈਰੇਟਿਵ ਆਉਂਦਾ ਹੈ ਬਈ ਘਾਹ ਖੋਦ ਰਿਹਾ ਹੁੰਦਾ ਹੈ ਦਰਸ਼ਨ, ਮੁੱਖ ਪਾਤਰ ਜਿਹੜਾ ਉਹਦਾ ਹੈਗਾ ਦਰਸ਼ਨ, ਦਲਿਤ ਪਾਤਰ ਆ ਖੇਤ, ਮਤੇ ਉਹ ਕਿਸਾਨ ਯੂਨੀਅਨ ਦੇ ਵਿੱਚ ਕੰਮ ਕਰਦਾ ਹੈ, ਕਿਸਾਨ ਖੇਤ ਮਜ਼ਦੂਰ ਯੂਨੀਅਨ ਅਤੇ ਕਿਸਾਨ ਯੂਨੀਅਨ ਦੇ ਵਿੱਚ ਕੰਮ ਕਰਦਾ। ਇਹ ਵੀ ਇੱਕ ਤਸੀਹੇ ਆ ਜਿਹੜੇ ਥਰੂ ਲੈਂਗੁਏਜ ਸਾਨੂੰ ਰੋਜ਼ ਭੋਗਣੇ ਪੈਂਦੇ, ਸਾਨੂੰ ਅੱਗੇ ਦੇਹਾਂ 'ਤੇ ਸਾਨੂੰ ਆਪਦੇ ਮਨਾਂ 'ਤੇ ਭੋਗਣੇ ਪੈਂਦੇ ਆ, ਛੋਟੇ ਛੋਟੇ ਤਸੀਹੇ ਆ ਇਹ। ਅਤੇ ਸਾਨੂੰ ਡੇ ਟੂ ਡੇ, ਜਿਵੇਂ ਇੱਕ ਹੋਰ ਤਸੀਹਾ ਉਹਦੀ ਗੱਲ ਕਰਦਾ ਵੀ ਪਿੰਡ ਦੇ ਵਿੱਚ ਸਰਵੇ ਹੋ ਰਿਹਾ ਤਾਂ ਚੌਂਕਾ ਪਟਵਾਰੀ ਦੇ ਨਾਲ ਦੋ, ਇੱਕ ਚੌਂਕੀਦਾਰ ਆ, ਇੱਕ ਉਹਦਾ ਹੋਰ ਸਹਾਇਕ ਆ, ਅਤੇ ਜਿਹੜਾ ਸਹਾਇਕ ਆ ਉਹ ਦਲਿਤ ਆ, ਉਹਨੂੰ ਥੱਲੇ ਬਹਿ ਕੇ ਚਾਹ ਪਿਆਈ ਜਾਂਦੀ ਆ, ਦੂਜਾ ਉਹਨੂੰ ਸਟੀਲ ਦੇ ਗਲਾਸ ਦਿੱਤੀ ਜਾਂਦੀ, ਉਹਨੂੰ ਕੱਚ ਦੇ ਗਲਾਸ ਦੀ। ਇਹ ਦਲਿਤ ਵਾਸਤੇ ਬਹੁਤ ਮਤਲਬ ਇੱਕ ਸਟਿਗਮੇ ਦੀ, ਇੱਕ ਸ਼ੌਕ ਦੀ ਤਰ੍ਹਾਂ ਇਹ, ਸਾਡੇ ਲਈ ਇਹ ਕੋਈ ਗੱਲ ਵੱਡੀ ਨਹੀਂ ਕਿ ਲੱਗ ਸਕਦੀ ਆ ਆਮ ਬੰਦੇ ਲਈ, ਪਰ ਉਹ ਜਿਹੜਾ ਉਹਦਾ ਐਕਸਪੀਰੀਅੰਸ ਆ, ਜਿਹੜਾ ਉਹਦੇ ਲੋਕ ਬੋਧ ਦੇ ਵਿੱਚ ਜਿਹੜਾ ਉਹਦਾ ਝਟਕਾ ਲੱਗ ਰਿਹਾ ਹੈ, ਉਹ ਬੜਾ ਸਟਰੋਂਗ ਝਟਕਾ ਹੈ ਇਹ। ਤਾਂ ਉਹ ਕਹਿੰਦਾ ਵੀ ਇਹ ਵੀ ਤਸੀਹੇ ਐਵਰੀਡੇ ਲਾਈਫ ਤਸੀਹੇ ਆ। ਤਾਂ ਉਹਦੇ ਵਿੱਚ ਫਿਰ ਅੱਗੇ ਮਨਜੀਤ ਨੇਰ ਦਾ, ਜਿਵੇਂ ਹੁਣ ਸਾਡਾ ਕਿਸਾਨ ਸੰਘਰਸ਼ ਚੱਲ ਰਿਹਾ, ਅਤੇ ਮਨਜੀਤ ਨੇਰ ਦੀ ਜਿਹੜੀ ਘਟਨਾ, ਜਦੋਂ ਮਨਜੀਤ ਨੇਰ ਨੂੰ ਸਜ਼ਾ ਹੁੰਦੀ ਆ ਤਾਂ ਉਹ ਸਜ਼ਾ ਨੂੰ ਕਿਵੇਂ ਮਾਫ਼ ਕਰਾਇਆ ਜਾਂਦਾ ਵੱਡੀ ਪੱਧਰ 'ਤੇ ਪੰਜਾਬ ਵਿੱਚ ਲਾਮਬੰਦੀ ਹੁੰਦੀ ਆ, ਤਾਂ ਉਹ ਘਟਨਾ ਨੂੰ ਵੀ ਇਹ ਨਾਵਲ ਦੇ ਵਿੱਚ ਲਿਆ ਗਿਆ, ਵਰਤਿਆ ਗਿਆ ਹੈ। ਮਤਲਬ ਕਿ ਅਕਾਲੀ ਦੇ ਨਾਵਲਾਂ 'ਚ ਇਤਿਹਾਸ, ਮਿਥਿਆਸ, ਸੰਸਮਰਨ, ਜੀਵਨੀ, ਸਵੈ ਜੀਵਨੀ ਅਤੇ ਮੌਖਿਕ ਵਰਤਾਂਤ, ਉਹਨਾਂ ਨੂੰ ਉਹ ਆਪਦੇ ਨਾਵਲਾਂ ਦੇ ਵਿੱਚ ਖੁੱਲ੍ਹੇ ਰੂਪ ਵਿੱਚ ਵਰਤਦਾ ਹੈ। ਪਰ ਖੁੱਲ੍ਹੇ ਰੂਪ ਵਿੱਚ ਵਰਤਦੇ ਹੋਏ ਜਿਹੜਾ ਉਹਦਾ ਇੱਕ ਕਥਾ ਸੂਤਰ ਆ, ਉਹ ਕਥਾ ਸੂਤਰ ਕੀ ਹੈਗਾ ਵੀ ਜਿਹੜੀਆਂ ਦਲਿਤ ਇਤਿਹਾਸ ਜਾਂ ਜਿਹੜੇ ਸਬਾਲਟਰਨ ਜਿਹੜੀਆਂ ਕਲਾਸਿਸ ਆ, ਜਾਂ ਜਿਹੜੀਆਂ ਜਮਾਤਾਂ, ਜਿਹੜੇ ਸਮੂਹ ਆ, ਉਹਨਾਂ ਦੀਆਂ ਜਿਹੜੀਆਂ ਵਿਕਲਪੀ ਗਿਆਨ ਪਰੰਪਰਾਵਾਂ, ਉਹਨਾਂ ਨੂੰ ਮੈਂ ਸਾਹਮਣੇ ਲੈ ਕੇ ਆਉਣਾ, ਇਹ ਉਹਦਾ ਮੇਨ ਮੋਟਿਵ ਹੁੰਦਾ ਹੈ। ਉਹ ਜਿਹੜਾ ਵੀ ਮਟੀਰੀਅਲ ਵਰਤ ਰਿਹਾ, ਆਪਾਂ ਇਤਿਹਾਸ 'ਚੋਂ ਵਰਤ ਰਿਹਾ, ਮਿਥਿਹਾਸ 'ਚੋਂ ਵਰਤ ਰਿਹਾ, ਉਹਦਾ ਬੇਸਿਕਲੀ ਉਦੇਸ਼ ਇਹੀ ਹੁੰਦਾ ਵੀ ਜਿਹੜਾ ਇਹ ਦੱਬਿਆ ਹੋਇਆ, ਦੱਬੀਆਂ ਹੋਈਆਂ ਜਿਹੜੀਆਂ ਗਿਆਨ ਪਰੰਪਰਾਵਾਂ ਹੈ, ਇਹਨਾਂ ਨੂੰ ਮੈਂ ਅਗਰ ਭੂਮੀ 'ਚ ਲੈ ਕੇ ਆਉਣਾ ਅਤੇ ਇਹਨਾਂ ਨੂੰ ਇੱਕ ਸੂਤਰ ਦੇ ਵਿੱਚ ਪਰਾਉਣ ਦੀ ਕੋਸ਼ਿਸ਼ ਕਰਨਾ, ਜਿਵੇਂ ਉਹ ਪੂਰਾ ਚਾਰ ਵਾਕ ਤੋਂ ਲੈ ਕੇ, ਚਾਰ ਵਾਕ ਬੁੱਧ ਸਿੱਧ ਨਾਥ ਪਰੰਪਰਾ ਤੋਂ ਹੁੰਦਾ ਹੋਇਆ, ਗੁਰਮਤ ਪਰੰਪਰਾ, ਉਦੋਂ ਬਾਅਦ ਭਗਤੀ, ਭਗਤੀ ਤੋਂ ਬਾਅਦ ਫਿਰ ਫੂਲੇ ਅੰਬੇਦਕਰ, ਜਾਂ ਪੂਰੀ ਉਦੋਂ ਬਾਅਦ ਜਿਹੜੀ ਟਰੈਡੀਸ਼ਨ ਚੱਲਦੀ ਆ, ਤਾਂ ਇੱਕ ਡਾਇਲੋਗ, ਫਿਰ ਮੈਂ ਮਾਡਰਨ ਪੀਰੀਅਡ ਦੇ ਵਿੱਚ ਉਹ ਡਾਇਲੋਗ ਰਚਾਉਣ ਦੀ ਕਰਦਾ ਕੋਸ਼ਿਸ਼ ਕਰਦਾ ਹੈ, ਦਲਿਤ ਪਰੰਪਰਾਵਾਂ ਨਾਲ ਅਤੇ ਮਾਰਕਸਿਸਟ ਪਰੰਪਰਾਵਾਂ ਨਾਲ, ਗਿਆਨ ਦੀਆਂ ਪਰੰਪਰਾਵਾਂ ਨਾਲ ਮਾਡਰਨ ਪੀਰੀਅਡ ਦੇ ਵਿੱਚ। ਤਾਂ ਉਹਦੇ ਵਿੱਚ ਉਹ ਜਿਹੜੀ ਮਾਰਕਸਿਸਟਾਂ ਦੀਆਂ ਕੀ ਖਾਮੀਆਂ ਰਹਿ ਗਈਆਂ, ਕਿਉਂ ਨਹੀਂ ਉਹ ਦਲਿਤਾਂ ਨੂੰ ਜੋੜ ਪਾਏ, ਅਤੇ ਦਲਿਤ ਪੋਲੀਟਿਕਸ ਦੀ ਇਹ ਬੜੀ ਜ਼ਰੂਰੀ ਚੀਜ਼ ਆ ਵੀ ਉਹ ਦਲਿਤ ਪੋਲੀਟਿਕਸ ਨੂੰ ਵੀ ਕ੍ਰਿਟੀਕਲੀ ਦੇਖਦਾ ਭਾਗਮਲ ਦੇ ਥਰੂ, ਵੀ ਦਲਿਤ ਪੋਲੀਟਿਕਸ ਜਿਹੜੀ ਸੀਗੀ, ਦਲਿਤ ਪੋਲੀਟਿਕਸ ਦੇ ਵਿੱਚ ਕੀ ਖਾਮੀਆਂ ਰਹਿ ਗਈਆਂ, ਵੀ ਉਹ ਦਲਿਤਾਂ ਨੂੰ ਕਿਉਂ ਨਹੀਂ ਜੋੜ ਪਾਏ ਨਾਲ, ਪੰਜਾਬ ਦੇ ਵਿੱਚ ਇਹੋ ਜਿਹਾ ਕੀ ਘਟ ਗਿਆ ਵੀ ਪੰਜਾਬ ਦੇ ਵਿੱਚ ਉਹ ਆਪਦੀ ਅਲਟਰਨੇਟਿਵ ਖੁਦ ਮੁਖਤਿਆਰ ਪੋਲੀਟਿਕਸ ਨਹੀਂ ਖੜੀ ਕਰ ਪਾਏ, ਇਹ ਕ੍ਰਿਟੀਕਲੀ ਵੈਲੂਏਟ ਕਰਨ ਦੀ ਕੋਸ਼ਿਸ਼ ਕਰਦਾ ਆਪਦੇ ਨਾਵਲਾਂ ਦੇ ਵਿੱਚ। ਅਤੇ ਉਸ ਤੋਂ ਬਾਅਦ ਹੋਰ ਵੀ ਨਾਵਲ ਆ ਜਿਹਦੇ ਵਿੱਚ ਉਹ ਸ਼ਹਿਰੀ ਜ਼ਿੰਦਗੀ ਦੇ ਮਿਡਲ ਕਲਾਸ ਆ, ਜਿਹੜੀ ਦਲਿਤ ਮਿਡਲ ਕਲਾਸ ਉੱਭਰ ਰਹੀ ਆ, ਉਹਦੀਆਂ ਕੀ ਸਮੱਸਿਆਵਾਂ ਹੈ, ਉਹ ਕੀ ਸੋਚਦੀ ਆ,
ओवरऑल जे असीं अकाली दे नावलां नूं देखीए तां अकाली एक जिहड़े नवें प्रयोग कर रहा है इहदा एक संकट भी आ जिहड़ा मैं अकाली नाल भी गल कीती सी ते होर भी जिहड़े विद्वान जिहड़े सियाणे विद्वान दोस्त उहनां ने भी गल कीती सी वी रीडिंग जिहड़ी पढ़न योगता अकाली दे नावलां दी उत्थे संकट खड़ा हो सकदा क्योंकि जिहड़ा साडा पाठक आ साडा पाठक जिहड़ा नावलां दी जिहड़े साडे कोल ट्रडिशन आ प्राप्त ट्रडिशन आ ਉਹ ਜਿਹੜੀ ਹੈਗੀ ਆ ਯਥਾਰਥਵਾਦੀ ਪਰੰਪਰਾ ਟ੍ਰੈਡੀਸ਼ਨ ਹੈ ਇੱਕ ਸਾਨੂੰ ਬੱਜਵਾਂ ਪਲੋਟ ਚਾਹੀਦਾ ਇੱਕ ਸਾਨੂੰ ਕਹਾਣੀ ਰਸ ਚਾਹੀਦਾ ਹੈ ਤਾਂ ਉਹ ਅਕਾਲੀ ਉਹ ਨਹੀਂ ਦਿੰਦਾ ਗਾ ਅਕਾਲੀ ਦੇ ਨਾਵਲ ਦੇ ਪਾਠਕਾਂ ਨੂੰ ਮਿਹਨਤ ਕਰਨੀ ਪੈਂਦੀ ਆ ਸੋ ਇੱਥੇ ਪ੍ਰੋਬਲਮ ਅਕਾਲੀ ਦੇ ਨਾਵਲਾਂ ਦੀ ਹੈ ਆ ਤਾਂ ਜੋ ਉਹਦਾ ਰੀਡਰ ਆ ਉਹ ਇੰਨਾ ਵਿਸ਼ਾਲ ਨਹੀਂ ਗਾ ਉਹਦੇ ਰੀਡਰ ਬੜੇ ਸਿਲੈਕਟਿਵ ਜੀ ਆ ਯੂਨੀਵਰਸਿਟੀਜ਼ ਦੇ ਰੀਡਰ ਹੈਗੇ ਆ ਤਾਂ ਇੱਥੇ ਉਹਦੀ ਪ੍ਰੋਬਲਮ ਹੋ ਸਕਦੀ ਤਾਂ ਇਹ ਪ੍ਰੋਬਲਮ ਇਸੇ ਕਰਕੇ ਵੀ ਗੰਭੀਰ ਆ ਕਿਉਂਕਿ ਜਿਹੜਾ ਉਹਦਾ ਪਾਠਕ ਆ ਉਹ ਜਿਸ ਨੂੰ ਸੰਬੋਧਨ ਹੋਣਾ ਚਾਹੁੰਦਾ ਹੈ ਜਿਹੜਾ ਪਛੜਿਆ ਹੋਇਆ ਵਰਗ ਆ ਜਿਹੜੇ ਪਛੜੇ ਹੋਏ ਹੈਗੇ ਆ ਆਪਣੇ ਦਲਿਤ ਹੈਗੇ ਆ ਜਾਂ ਪਛੜੇ ਹੋਏ ਜਿਹੜੇ ਹੋਰ ਸ਼ਹਿਰੀ ਵਰਗ ਦੇ ਵਿੱਚ ਵੀ ਜਿਹੜੇ ਹੈਗੇ ਆ ਤੇ ਉਹਨਾਂ ਦੇ ਲਈ ਇਹ ਬੜੀ ਸਮੱਸਿਆ ਪੈਦਾ ਹੋ ਸਕਦੀ ਆ ਸੋ ਇਹ ਉਹਦੇ ਨਾਵਲਾਂ ਦੀ ਖੂਬੀ ਵੀ ਆ ਵੀ ਉਹ ਇੱਕ ਮੈਟਾ ਗਲਪ ਦੇ ਤੌਰ ਤੇ ਉਹ ਅਲਟਰਨੇਟਿਵ ਹਿਸਟਰੀ ਨੂੰ ਕਿਵੇਂ ਉਹ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਮੌਖਿਕ ਵਰਤਾਂਤਾਂ ਨੂੰ ਪਰ ਉਹਦੀ ਉਹੀ ਉਹਦੀ ਕਮਜ਼ੋਰੀ ਵੀ ਬਣ ਰਹੀ ਆ ਸੋ ਇੰਨਾ ਕਹਿੰਦੇ ਹੋਏ ਮੈਂ ਆਪਦੀ ਗੱਲ ਸਮਾਪਤ ਕਰਦਾ ਹੈ ਸਹਿਤ ਸਦਨ ਭਾਈ ਵੀਰ ਸਿੰਘ ਸਹਿਤ ਸਦਨ ਦਾ ਬਹੁਤ ਬਹੁਤ ਧੰਨਵਾਦ ਵੀ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਸ਼ੁਕਰੀਆ ਸਤਬੀਰ ਸਤਬੀਰ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਸਬਾਲਟਰਨ ਨੂੰ ਡਿਫਾਈਨ ਕਰਦਿਆਂ ਹੋਇਆਂ ਦੇਸ਼ ਰਾਜ ਕਾਲੀ ਦੇ ਨਾਵਲਾਂ ਦੇ ਸੰਦਰਭ ਦੇ ਵਿੱਚ ਜਿਹੜੀ ਸਬਾਲਟਰਨ ਦੀ ਪਛਾਣ ਹੈ ਜਿਹੜੀ ਚੇਤਨਾ ਹੈ ਉਸਨੂੰ ਬੜੀ ਡੂੰਘਾਈ ਦੇ ਨਾਲ ਪੇਸ਼ ਕੀਤਾ ਹੈ ਮੈਂ ਇਸਦਾ ਸ਼ੁਕਰੀਆ ਅਦਾ ਕਰਦਾ ਹਾਂ ਔਰ ਇਸ ਦੇ ਨਾਲ ਹੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਕੋਈ ਵੀ ਵਿਚਾਰ ਜਿਹੜਾ ਹੈਗਾ ਉਹ ਆਪਣੇ ਆਪ ਵਿੱਚ ਅੰਤਿਮ ਵਿਚਾਰ ਨਹੀਂ ਹੁੰਦਾ ਉਸਦੇ ਵਿਚਾਰਾਂ ਦੇ ਵਿੱਚੋਂ ਇੱਕ ਨਵੇਂ ਵਿਚਾਰ ਦੀ ਜਿਹੜੀ ਹੈ ਸੰਭਾਵਨਾ ਜਿਹੜੀ ਹੈ ਉਹ ਹਮੇਸ਼ਾ ਬਣੀ ਰਹਿੰਦੀ ਹੈ ਔਰ ਜਿਹੜਾ ਸਾਡਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ ਇਸ ਵਿੱਚ ਵੀ ਕਈ ਇਸ ਤਰ੍ਹਾਂ ਦੇ ਵਿਚਾਰ ਸੀਗੇ ਜਿਹਨਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਸੀ ਹੋ ਵੀ ਸਕਦੀਆਂ ਸੀ ਟਾਈਮ ਥੋੜ੍ਹਾ ਸੀ ਸਾਡੇ ਕੋਲ ਅਤੇ ਅਖੀਰ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਜਿੰਨੇ ਵੀ ਸਾਡੇ ਨਾਲ ਬੁਲਾਰੇ ਜੁੜੇ ਹੋਏ ਸੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਅਤੇ ਸਦਨ ਦੇ ਡਾਇਰੈਕਟਰ ਡਾਕਟਰ ਮਹਿੰਦਰ ਸਿੰਘ ਹੋਰਾਂ ਦਾ ਔਰ ਪ੍ਰੋਫੈਸਰ ਵੇਲ ਸਿੰਘ ਜੀ ਹੋਈ ਸਾਡੇ ਨਾਲ ਜੁੜੇ ਹੋਏ ਉਹਨਾਂ ਦਾ ਵੀ ਮੈਂ ਸ਼ੁਕਰੀਆ ਅਦਾ ਕਰਦਾ ਅਤੇ ਮੈਂ ਅੰਤਿਮ ਛੋਹਾਂ ਲਈ ਦਵਿੰਦਰ ਦਵੀ ਹੋਰਾਂ ਨੂੰ ਧੰਨਵਾਦ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੇ ਇਹ ਪ੍ਰੋਗਰਾਮ ਬਹੁਤ ਵਧੀਆ ਰਿਹਾ ਤੇ ਮੈਂ ਡਾਕਟਰ ਵੈਲ ਸਿੰਘ ਹੋਰਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਾਨੂੰ ਇਸ ਪ੍ਰੋਗਰਾਮ ਦੇ ਲਈ ਕੋਈ ਸੇਧ ਦੇਣ ਤੇ ਸਾਨੂੰ ਗਾਈਡ ਕਰਨ ਹੁਣ ਦੁਬਾਰਾ ਤੇ ਕੁਛ ਸ਼ਬਦ ਕਹਿਣ ਇਸ ਬਾਰੇ ਹਾਂਜੀ ਦਵਿੰਦਰ ਸਤਿਕਾਰਯੋਗ ਡਾਕਟਰ ਸਾਹਿਬ ਡਾਕਟਰ ਮਹਿੰਦਰ ਸਿੰਘ ਜੀ ਸਤੀਸ਼ ਬਲਜਿੰਦਰ ਤੇ ਸਤਬੀਰ ਪਹਿਲੇ ਤੇ ਸੋਰੀ ਕਿ ਮੈਂ ਥੋੜਾ ਲੇਟ ਸ਼ਾਮਲ ਹੋਇਆ ਮੈਂ ਸਤਵੀਰ ਬਲਜਿੰਦਰ ਨੂੰ ਅੱਧਾ ਕੁ ਸੁਣਿਆ ਔਰ ਸਤਵੀਰ ਨੂੰ ਸਾਰਾ ਸੁਣਿਆ ਅਸਲ ਵਿੱਚ ਜਿਵੇਂ ਇਸ ਤਰ੍ਹਾਂ ਦਾ ਰੱਖਿਆ ਸੀ ਕਿ ਸਬਾਲਟਰਨ ਸਾਹਿਤ ਦੇ ਉੱਤੇ ਆਪਾਂ ਗੱਲ ਕਰੀਏ ਤੁਸੀਂ ਬੱਚਿਆਂ ਦੋਨਾਂ ਨੇ ਬੜੀ ਮਿਹਨਤ ਕੀਤੀ ਸਤੀਸ਼ ਨੇ ਵੀ ਮਿਹਨਤ ਕਰਕੇ ਇਹਨੂੰ ਮੋਡਰੇਟ ਕੀਤਾ ਥਿਊਰੀ ਤੁਸੀਂ ਬਹੁਤ ਵਧੀਆ ਪੜ੍ਹੀ ਹੋਈ ਆ ਲੱਗ ਰਿਹਾ ਸੀ ਥਿਊਰਾਈਜ਼ ਬਹੁਤ ਅੱਛਾ ਕੀਤਾ ਦੋਵਾਂ ਨੇ ਬਟ ਜਿਹੜਾ ਸਾਡਾ ਜਦੋਂ ਅਸੀਂ ਇੱਦਾਂ ਦੇ ਪ੍ਰੋਗਰਾਮ ਕਰਦੇ ਹਾਂ ਤੇ ਸਾਨੂੰ ਇਹ ਤਵੱਕੋ ਹੁੰਦੀ ਹੈ ਬੁਲਾਰਿਆਂ ਤੋਂ ਕਿ ਉਹ ਕਿਤਾਬਾਂ ਨਵੀਆਂ ਸ਼ਾਮਿਲ ਕਰੋ ਜਿਹੜੀਆਂ ਬਹੁਤ ਚਰਚਿਤ ਰਹੀਆਂ ਹੋਣ ਜਿਵੇਂ ਜੇ ਮੈਂ ਕਵਿਤਾ ਦੀ ਗੱਲ ਕਰਨੀ ਹੈ ਬਲਜਿੰਦਰ ਤੇ ਮੈਨੂੰ ਉਮੀਦ ਸੀ ਕਿ ਤੂੰ ਮੋਹਨਜੀਤ ਦੀ ਕੋਣੇ ਦਾ ਸੂਰਜ ਦੀ ਗੱਲ ਕਰਦਾ ਕਿਉਂਕਿ ਉਹ ਮੈਨੂੰ ਲੱਗਦਾ ਕਿ ਸਬਾਲਟਰਨਸ ਦੇ ਉੱਤੇ ਜੇ ਕੋਈ ਮਹਾਂਕਾਵ ਵਰਗੀ ਕਵਿਤਾ ਹੁਣ ਪਿਛਲੇ ਪੰਜ ਸੱਤ ਸਾਲਾਂ ਚ ਆਈ ਤਾਂ ਉਹ ਮੋਹਨਜੀਤ ਦਾ ਉਹ ਕਵਿਤਾ ਦੀ ਕਿਤਾਬ ਹੈ ਕੋਣੇ ਦਾ ਸੂਰਜ ਜਾਂ ਜਿੱਦਾਂ ਸਤਬੀਰ ਨੇ ਨਾਵਲਾਂ ਦੀ ਗੱਲ ਕੀਤੀ ਤੇ ਬਹੁਤਾ ਆਪਾਂ ਉਹਨੂੰ ਕੇਂਦਰਿਤ ਕਰ ਲਿਆ ਦੇਸ਼ਰਾਜ ਕਾਲੀ ਦੇ ਉੱਤੇ ਜਦਕਿ ਮੈਨੂੰ ਲੱਗਦਾ ਕਿ ਜੇ ਆਪਾਂ ਨਾਵਲਾਂ ਦੇ ਉੱਤੇ ਹੀ ਗੱਲ ਕਰਨੀ ਹੋਵੇ ਤੇ ਨਾਵਲਾਂ ਵਿੱਚ ਤਾਂ ਆਪਾਂ ਜਸਵੰਤ ਸਿੰਘ ਕਮਲ ਦੇ ਜਿਹੜੇ ਦਲਿਤ ਪਾਤਰ ਜਾਂ ਸੀਰੀ ਪਾਤਰ ਸੀ ਜਾਂ ਫਿਰ ਗੁਰਦਿਆਰ ਸਿੰਘ ਦੇ ਸੀਰੀ ਪਾਤਰ ਹੈ ਜਾਂ ਫਿਰ ਜੇ ਮੈਂ ਤੁਹਾਨੂੰ ਹੋਰ ਕਰਾਂ ਕਿ ਜੇ ਦਿੱਲੀ ਵਾਲੇ ਨਛੱਤਰ ਦੇ ਤੁਸੀਂ ਨਾਵਲ ਪੜ੍ਹੇ ਹੋਣ ਤੇ ਉਹਦੇ ਲਗਭਗ ਨਾਵਲ ਬਾਕੀ ਦਾ ਸੱਚ ਨਾਵਲ ਉਹਦਾ ਬਹੁਤ ਕਮਾਲ ਦੀ ਸਬਾਲਟਰਨ ਸਟੱਡੀ ਦੇ ਉੱਤੇ ਹੈਗਾ
ਤੇ ਇੱਕ ਉਹਦਾ ਨਾਵਲ ਹੋਰ ਜਿਸ ਤੇ ਉਹਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ ਉਹ ਨਾਵਲ ਜਾਂ ਹੁਣ ਬਲਵੀਰ ਮਾਧੋਪੁਰੀ ਦਾ ਨਵਾਂ ਨਾਵਲ ਆਇਆ ਜਿਹੜਾ ਸਵਾਲਟਰਨਸ ਦੇ ਅੰਦਰ ਦੀਆਂ ਗੱਲਾਂ ਕਰ ਰਿਹਾ ਕਿ ਕਿਵੇਂ ਅੰਬੇਡਕਰ ਦੀਆਂ ਪੋਲਿਸੀਜ਼ ਦੇ ਨੂੰ ਵੀ ਪ੍ਰਸ਼ਨ ਚਿੰਨਤ ਕਰਦਾ ਸੋ ਇਸ ਤਰ੍ਹਾਂ ਦੇ ਜਦੋਂ ਵੈਸੇ ਤੁਸੀਂ ਬਹੁਤ ਵਧੀਆ ਬੋਲੇ ਹੋ ਤੁਹਾਨੂੰ ਸ਼ਾਬਾਸ਼ ਪਰ ਜਦੋਂ ਕਦੇ ਅਗਾਂਹ ਤੁਹਾਨੂੰ ਮੌਕਾ ਮਿਲੇ ਤੇ ਕੋਸ਼ਿਸ਼ ਕਰਿਆ ਕਰੋ ਕਿ ਜਿੱਥੇ ਤੁਸੀਂ ਰਿਸਰਚ ਕਰ ਰਹੇ ਹੋ ਤੋਂ ਬਾਹਰ ਨਿਕਲ ਕੇ ਹੋਰ ਟੈਕਸਟ ਵੀ ਵੇਖਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਟੈਕਸਟ ਸਾਡੇ ਆਲੇ ਦੁਆਲੇ ਪਈਆਂ ਹੁੰਦੀਆਂ ਅਸੀਂ ਸਿਰਫ ਥੋੜ੍ਹੀ ਜਿਹੀ ਨਿਗਾਹ ਲਾਈਏ ਤਾਂ ਟੈਕਸਟ ਆਪਣੇ ਆਪ ਨਜ਼ਰ ਆ ਜਾਂਦੀਆਂ ਬਟ ਈਵਨ ਦੈਨ ਇਟ ਵਾਸ ਵੈਰੀ ਗੁੱਡ ਐਫਰਟਸ ਬਾਈ ਬੋਥ ਥ੍ਰੀ ਆਫ ਯੂ ਸੋ ਤੁਹਾਡਾ ਬਹੁਤ ਬਹੁਤ ਤਿੰਨਾਂ ਦਾ ਹੀ ਧੰਨਵਾਦ ਸਾਡਾ ਤਾਂ ਮਕਸਦ ਇਹ ਹੈ ਕਿ ਤੁਹਾਨੂੰ ਮੰਚ ਦੇ ਬੋਲਣਾ ਸਿਖਾਈਏ ਤੁਹਾਡਾ ਚਾਗਾ ਕਰੀਏ ਉਹਦੇ ਵਿੱਚ ਅਸੀਂ ਕਾਮਯਾਬ ਹਾਂ ਪਰ ਤੁਸੀਂ ਬੋਲਣ ਵਿੱਚ ਕਾਮਯਾਬ ਹੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਕੁਝ ਬੋਲਣਾ ਚਾਹੁੰਦੇ ਨੇ ਡਾਕਟਰ ਮਹਿੰਦਰ ਸਿੰਘ ਮੈਂ ਦੋ ਗੱਲਾਂ ਕਰਨੀਆਂ ਪਹਿਲਾਂ ਤੇ ਬੜਾ ਮੈਂ ਖੁਸ਼ ਹਾਂ ਕਿ ਮੈਨੂੰ ਇੱਕ ਭੁਲੇਖਾ ਸੀ ਕਿ ਪੰਜਾਬੀ ਵਾਲੇ ਅੰਗਰੇਜ਼ੀ ਦੀਆਂ ਕਿਤਾਬਾਂ ਨਹੀਂ ਪੜ੍ਹਦੇ ਉਹ ਭੁਲੇਖਾ ਮੇਰਾ ਕਾਫੀ ਦੂਰ ਹੋਇਆ ਕਿ ਤੁਸੀਂ ਕਾਫੀ ਚੰਗਾ ਦੂਜਾ ਸਾਹਿਤ ਪੜ੍ਹਦੇ ਹੋ ਜੇ ਨਹੀਂ ਪੜ੍ਹੀ ਤੇ ਇੱਕ ਕਿਤਾਬ ਮੈਂ ਰਿਕਮੈਂਡ ਕਰਾਂਗਾ ਉਪਿੰਦਰ ਸਿੰਘ ਵਾਇਲੈਂਸ ਇਨ ਐਂਸ਼ੀਅੰਟ ਇੰਡੀਆ ਕਿਵੇਂ ਬ੍ਰਾਹਮਣਾਂ ਨੇ ਬੁੱਧਿਜ਼ਮ ਖਤਮ ਕੀਤਾ ਬੜੀ ਇੰਟਰਸਟਿੰਗ ਅਕਾਊਂਟ ਐਂਸ਼ੀਅੰਟ ਇੰਡੀਆ ਅੱਜ ਨਹੀਂ ਕਰ ਰਿਹਾ ਬ੍ਰਾਹਮਣ ਪਹਿਲਾਂ ਵੀ ਕਰਦਾ ਰਿਹਾ ਹੈਗਾ ਫਰਕ ਪਤਾ ਕੀ ਹੈਗਾ ਬੁੱਧਿਸਟ ਜਿਹੜੇ ਸੀ ਜ਼ਿਆਦਾ ਪੀਸ ਲਵਿੰਗ ਸੀ ਛੇਤੀ ਮੈਦਾਨ ਛੱਡ ਗਏ ਸਾਡੇ ਖਾਲਸੇ ਜਿਹੜੇ ਇੰਨੇ ਪੀਸ ਲਵਿੰਗ ਨਹੀਂ ਹੈਗੇ ਉਹ ਛੇਤੀ ਮੈਦਾਨ ਨਹੀਂ ਛੱਡਦੇ ਫਰਕ ਹੈ ਖਤਮ ਤੇ ਕਰਨ ਦੀ ਕੋਸ਼ਿਸ਼ ਹੋਈ ਇੱਥੇ ਵੀ ਠੀਕ ਹੈ ਸੋ ਇਹ ਕਿਤਾਬ ਚੰਗੀ ਹੋਏਗੀ ਮੇਰੇ ਖਿਆਲ ਤੁਸੀਂ ਪੜੋਗੇ ਵਾਇਲੈਂਸ ਇਨ ਐਂਸ਼ੀਅੰਟ ਇੰਡੀਆ ਦੂਜਾ ਜੇ ਆਗਿਆ ਦਿਓ ਤੇ ਮੈਂ ਅਗਲੇ ਪ੍ਰੋਗਰਾਮ ਅਨਾਊਂਸ ਕਰਾਂਗਾ ਕੋਸ਼ਿਸ਼ ਕਰੋ ਕਿ ਇਹਨਾਂ ਪ੍ਰੋਗਰਾਮਾਂ 'ਚ ਸ਼ਾਮਿਲ ਹੋ ਅਸੀਂ ਹਰੇਕ ਮਹੀਨੇ ਇੱਕ ਬੁੱਕ ਡਿਸਕਸ਼ਨ ਕਰਦੇ ਹਾਂ ਤੇ ਇਸ ਮਹੀਨੇ ਦੀ ਬੁੱਕ ਜਿਹੜੀ ਹੈ ਡਿਸਕਸ ਕਰ ਰਹੇ ਉਹ ਹੈਗਾ ਸਿੱਖਸ ਇਨ ਕਾਂਟੀਨੈਂਟਲ ਯੂਰਪ ਇੱਕ ਸੱਜਣ ਹਨ ਸਵਰਨ ਸਿੰਘ ਕਾਲੋਂ ਉਹਨਾਂ ਕੋਲ 28 ਪਾਸਪੋਰਟ ਨੇ ਕੈਨ ਯੂ ਇਮੈਜਿਨ 28 ਉਹਨੇ ਜਿੱਥੇ ਜਿੱਥੇ ਇੱਕ ਵੀ ਸਿੱਖਿਆ ਉੱਥੇ ਵੀ ਗਿਆ ਸਾਰੀ ਦੁਨੀਆਂ 'ਚ ਤੇ ਤਿੰਨ ਕਿਤਾਬਾਂ ਲਿਖੀਆਂ ਉਹਦੀ ਆਖਰੀ ਕਿਤਾਬ ਹੈ ਸਿੱਖਸ ਇਨ ਕਾਂਟੀਨੈਂਟਲ ਯੂਰਪ ਇਹ ਡਿਸਕਸ਼ਨ ਹੋਏਗੀ ਫਰਾਈਡੇ 15 February 2021 ਇਹਦੇ ਪੈਨਲਿਸਟ ਹਨ ਪ੍ਰੋਫੈਸਰ ਕ੍ਰਿਸਟੀਨਾ ਮੇਵੋਲਡ ਇਹ ਹੈਗੀ ਸਵੀਡਨ ਵਿੱਚ ਤੇ ਕਾਫੀ ਇਹਨਾਂ ਨੇ ਕੀਤਾ ਕੰਮ ਦੂਸਰੇ ਅਮਰਜੀਤ ਸਿੰਘ ਬਾਮਰਾ ਹੈਗੇ ਨੇ ਉਹ ਬੇਸਿਕਲੀ ਪ੍ਰੋਫੈਸਰ ਤੇ ਨਹੀਂ ਹੈਗੇ ਲੇਕਿਨ ਉਹਨਾਂ ਨੇ ਪ੍ਰੋਫੈਸਰ ਨੂੰ ਬੜਾ ਚੁੱਕਿਆ ਮਦੁਰਾਏ ਕਾਮਰਾਜ ਯੂਨੀਵਰਸਿਟੀ ਚ ਅਮਰਜੀਤ ਬਾਮਰਾ ਦੇ ਕੁਸ਼ਚਨ ਕਰਕੇ ਗੁਰੂ ਨਾਨਕ ਚੇਅਰ ਬਣੀ ਇੱਕ ਵੱਡਾ ਸੈਂਟਰ ਬਣ ਗਿਆ ਤੇ ਪ੍ਰੋਫੈਸਰ ਮੁਥੂ ਮੋਹਨ ਖੁਦ ਵੀ ਦਲਿਤ ਹਨ ਉਹਨਾਂ ਨੇ 43 PhD ਕਰਵਾਈਆਂ ਮਤਲਬ ਮੈਂ ਨਹੀਂ ਕਹਾਂਗੇ ਬੜੀਆਂ ਵਧੀਆ ਹੋਣਗੀਆਂ ਪਰ ਕਮਾਲ ਇਹ ਹੈਗੀ ਕਿ ਸਾਊਥ ਇੰਡੀਆ ਨੂੰ ਜਿਹੜਾ ਪੂਰਾ ਸਿੱਖੀ ਨਾਲ ਜੋੜ ਦਿੱਤਾ ਉਹਨਾਂ ਨੇ ਤੇ ਮਦਰੀ ਚਾਵਲਾ ਜਿਹੜੇ ਨੇ ਉਹ ਕਰਦੇ ਨੇ ਮੋਡਰੇਸ਼ਨ ਕਰਨਗੇ ਤੇ ਆਥਰ ਸਵਰਨ ਸਿੰਘ ਕਾਲੋਂ ਜੁਆਇਨ ਕਰਨਗੇ 29 January ਨੂੰ ਇੱਕ ਲੈਕਚਰ ਹੋਏਗਾ ਸੁਰਿੰਦਰ ਜੋਧਕਾ ਦਾ ਸਿੱਖਿਜ਼ਮ ਐਂਡ ਕਾਸਟ ਕੁਐਸਚਨ ਜਿਹਦੀ ਆਪਾਂ ਜ਼ਿਕਰ ਕਰ ਰਹੇ ਸੀਗੇ ਬਿਆਨ ਥਿਓਲੋਜੀ ਐਂਡ ਆਈਡੀਓਲੋਜੀ ਕਮਾਲ ਦਾ ਗੱਲ ਇਹ ਕਿ ਗੁਰੂ ਨਾਨਕ ਕੁਛ ਕਹਿੰਦਾ ਕਾਸਟ ਬਾਰੇ ਤੇ ਸਿੱਖ ਕਾਸਟ ਗੁਰੂ ਨਾਨਕ ਵਾਲੇ ਗੁਰੂ ਨਾਨਕ ਦਾ ਬਾਣੀ ਤੇ ਪੜ੍ਹਦੇ ਹਨ ਪਰ ਉਹਦਾ ਕਹਿਣਾ ਨਹੀਂ ਮੰਨਦੇ ਕਾਸਟ ਬਾਰੇ ਜਿਹੜੀ ਪ੍ਰੋਬਲਮ ਜਿਹੜੀ ਬਣੀ ਹੋਈ ਹੈ ਚੰਗਾ ਰਹੇਗਾ ਦੋਸਤੋ ਤੁਸੀਂ ਜੁਆਇਨ ਕਰੋ ਤੇ ਆਪਣੇ ਬਾਕੀ ਦੋਸਤਾਂ ਨੂੰ ਨਾਲ ਜੁਆਇਨ ਕਰਾਓ ਇਹਦੇ ਨਾਲ ਧੰਨਵਾਦ ਡਾਕਟਰ ਰਵੇਰ ਸਿੰਘ ਦਾ ਖਾਸ ਕਰਕੇ ਕਿ ਇਹਨਾਂ ਨੇ ਇੱਕ ਨਵੀਂ ਸੇਧ ਦਿੱਤੀ ਹੈ ਕਿ ਜਵਾਨ ਬੱਚਿਆਂ ਨੂੰ ਜੋੜੀਏ ਤੇ ਮੈਨੂੰ ਸੱਚੀ ਖੁਸ਼ੀ ਹੋਈ ਹੈ ਕਿ ਮੇਰੇ ਭੁਲੇਖੇ ਜਿਹੜੇ ਨੇ ਕਿ ਤੁਸੀਂ ਬਾਕੀ ਨਹੀਂ ਪੜ੍ਹਦੇ ਇੰਨਾ ਚੰਗਾ ਪੜ੍ਹਦੇ ਹੋ ਤੁਸੀਂ ਬਾਕੀ ਸਾਹਿਤ ਤੇ ਇਹਦੇ ਨਾਲ ਪੰਜਾਬੀ ਸਾਹਿਤ ਜਿਹੜਾ ਅਮੀਰ ਹੋ ਰਿਹਾ ਧੰਨਵਾਦ ਸ਼ੁਕਰੀਆ ਸਰ ਥੈਂਕ ਯੂ ਸਰ ਥੈਂਕ ਯੂ ਸਰ ਪ੍ਰੋਗਰਾਮ ਦੀ ਸਮਾਪਤੀ ਤੇ ਹਮੇਸ਼ਾ ਹੀ ਤਰ੍ਹਾਂ ਅਸੀਂ ਇਹੀ ਕਹਾਂਗੇ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਇਸ ਬਾਰੇ ਤੁਸੀਂ ਆਪਣੇ ਸੁਝਾਅ ਸਾਨੂੰ ਸਾਡੀ ਈਮੇਲ ਆਈਡੀ events.bvs@gmail.com ਤੇ ਭੇਜ ਸਕਦੇ ਹੋ ਜਾਂ ਫਿਰ ਆਪਣੇ ਸੁਝਾਵਾਂ ਨੂੰ ਯੂਟਿਊਬ ਅਤੇ ਫੇਸਬੁੱਕ ਦੇ ਕਮੈਂਟ ਸੈਕਸ਼ਨ ਵਿੱਚ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ